ਸਾਤਨ ਨੰਬਰ ਚੈਪਟਰ 140 ਨੰਬਰ ਪੇਜ ਆ ਲੁੰਗੇ ਦਾ ਮੈਕਸਿਮਮ ਮੈਕਸਿਮਮ ਲੰਬਾਈ ਦੀ ਉਹਨਾਂ ਵਿਗੋਲੀ ਗੱਡੀ ਦੀ ਮੈਕਸਿਮਮ ਲੰਬਾਈ ਕਿੰਨੀ ਹੁੰਦੀ ਹੈ ਭਲਾ 12 ਮੀਟਰ ਬਰਾਬਰ 12 ਮੀਟਰ 12 ਮੀਟਰ 12 ਮੀਟਰ ਠੀਕ ਹੈ ਨਾਰਮਲੀ ਗੱਡੀ ਦੀ ਇੱਕ ਦੀ ਲੰਬਾਈ ਮੈਕਸਿਮਮ ਹੁੰਦੀ ਹੈ 12 ਮੀਟਰ ਠੀਕ ਹੈ ਕਿਵੇਂ ਕਹਿੰਦੇ ਨੇ ਤੇ ਵਿਗੋਲੀ ਐਸਕਲੂਜ਼ੀ ਆਟੋਬਸ ਸਵਾਯਾ ਟੋਬਸ ਦੇ ਕਿਉਂਕਿ ਆਟੋਬਸ ਦੀਆਂ ਲੰਬੀਆਂ ਹੁੰਦੀਆਂ ਲੰਬਾਈਆਂ ਠੀਕ ਹੈ ਆਤਵ ਆਤਵ ਸੁਨੋ ਦਾਤ ਵੀ ਹੁੰਦੀ ਹੈ ਜਿਹੜੀ 18 18 18 18 75 ਦੀ ਗੱਲ ਹਾਂ ਠੀਕ ਹੈ ਤੇ ਇਸ ਕਰ ਆਤਵ ਉਸ ਨੂੰ ਛੱਡ ਗਏ ਕਿਉਂਕਿ ਆਤਵ ਉਸ ਤੋਂ ਥੋੜੀ ਜਿਆਦਾ ਲੰਬੀ ਹੁੰਦੀ ਹੈ ਤੇ ਇਹ ਸਮਿਰ ਮੋਰ ਕੇ اور ਸਮਿਰ ਮੋਰ ਕੇ ਵੀ 15 ਮੀਟਰ ਗੱਲ ਬਣਾਉਂਦੇ ਨੇ ਠੀਕ ਹੈ ਉਹਨਾਂ ਨੂੰ ਛੱਡ ਗਏ ਦੇਵੇ ਅਵੇਰ ਲੂਗੇ ਜਿਹੜੀ ਆ ਕਾਮ ਨਾਰਮਲ ਟਰੱਕ ਜਾਂ ਗੱਡੀ ਵਗੈਰਾ ਹੁੰਦੀ ਹੈ ਨੋਨ ਸੁਪਰੀਓਰ ਹੈ ਆ ਬਾਰਾ ਮੀਟਰੀ 12 ਮੀਟਰ ਤੋਂ ਬਾਅਦ ਨਹੀਂ ਚੱਲਦਾ ਰੁਕ ਕੇ ਅਵੇਰ ਹੋਇਆ ਠੀਕ ਹੈ ਕੈਨ ਲੂਗੇ ਦਾ ਮੈਕਸੀਮਾ ਨੋਨ ਸੁਪਰੀਓਰ ਹੈ ਦੂਸਰਾ ਕੁਐਸਚਨ ਕਹਿੰਦੇ ਜੇ ਲੰਬਾਈ ਮੈਕਸਿਮਮ ਹੈ ਨਹੀਂ ਵੱਧਣੀ ਚਾਹੀਦੀ ਇਹ ਦੇ ਬਿਕੋਲ ਹੀ ਨੋਨ ਫਿਸਾਤ ਉਹਦੇ ਨੌਰਮੇ ਜਿਹੜਾ ਨੀ ਫਿਕਸ ਹੁੰਦਾ ਹੈ ਕਾਨੂੰਨ ਦਿੰਦਾ ਹੈ ਦੇਖੋ ਕਾਨੂੰਨ ਦਿੰਦਾ ਹੈ ਫਿਕਸ ਹੁੰਦਾ ਤਾਂ ਹੀ ਸੂਤ 12 ਮੀਟਰ ਪੜ ਗਿਆ ਨਾ ਕਹਿੰਦੇ ਕਵਾਂਦੋ ਡਿਪੈਂਡ ਦੇ ਦਲਕਾਰੀ ਕੋ ਟ੍ਰਾਂਸਪੋਰਟ ਦਾ ਜਿਸ ਟਾਈਮ ਡਿਪੈਂਡ ਕਰਦਾ ਵੈ ਕਾਰੀ ਕੋ ਟ੍ਰਾਂਸਪੋਰਟ ਕਰਨਾ ਦੇਖੋ ਗੱਲ ਕਿਨ ਬੀ ਫਾਲਸ ਹੋਇਆ ਇਹ ਡਿਪੈਂਡ ਕਰਦਾ ਵੈ ਠੀਕ ਹੈ ਇਸਕਾ ਕਿ ਮੈਕਸਿਮਮ ਲੰਬਾਈ ਦਾ ਕਾਨੂੰਨ ਹੈ ਮੈਕਸ ਔਰ ਇਹਦੇ ਤੋਂ ਇਲਾਵਾ ਜੇ ਕਾਰਗੋ ਸਪੋਰਜੈਂਟ ਹੈ ਕਹਿੰਦਾ ਉਹਦੇ ਵੀ ਮੈਕਸਿਮਮ ਕਾਨੂੰਨ ਹੈ ਠੀਕ ਹੈ ਜਿਵੇਂ ਅਰੇ ਕਹਿੰਦੇ ਨੇ ਬੇ ਲੋਕੇ ਦਾ ਮੈਕਸਿਮਾਈ ਹੈ ਠੀਕ ਹੈ ਲੰਬਾਈ ਮੈਕਸਿਮਮ ਹੀ ਜਿਵੇਂ ਕਿ ਤੁਹਾਨੂੰ ਪਤਾ ਹੱਥ ਸੁਣਾਦਾ ਤੇ ਯਾਤਪਤ ਵਗੈਰਾ ਦੀ ਜਿਹੜੀ ਮੈਕਸਿਮਮ ਰਿਵਰਕ ਦੇ ਨਾਲ ਹੁੰਦੀ ਹੈ 18.75 ਹੋ ਸਕਦੀ ਹੈ ਔਰ ਜਿਹੜੀਆਂ ਹੁੰਦੀਆਂ ਨੇ ਰਸਮੀ ਰਿਵਰਕ ਉਹਦੀ 15 15 ਕਿੰਨਾ 15.50 ਮੀਟਰ ਉਸ ਦੀ ਲੰਬਾਈ ਤੇ ਆ ਤੋਂ ਆ ਤੋਂ ਕੀ ਲਾਤੀ ਦੀ ਕਿੰਨੀ ਹੋਣੀ ਚਾਹੀਦੀ ਹੈ ਯੋ ਮੇਸਰ ਕੋ ਪਹਿਲਾ ਕੁਐਸਚਨ ਹੈ ਕਹਿੰਦੇ ਬੇ ਲੁੰਗੇ ਦਾ ਮੈਕਸਿਮਮ ਜਿਹੜੀ ਲੰਬਾਈ ਹੈ ਹੁੰਦੀ ਹੈ ਇਹਦੀ 14 ਟਾਰਟਿਕੁਲਦੀ 14 ਟਾਰਟਿਕੁਲਦੀ ਕਿਹੜੀ ਗੱਡੀ ਹੁੰਦੀ ਹੈ ਜਿਹੜਾ ਲੰਬਾ ਟਰੱਕ ਹੁੰਦਾ 14 ਵੀਲਰ ਕਰ ਤੋਂ 14 ਵੀਲਰ ਟਰੱਕ 12 ਵੀਲਰ ਟਰੱਕ ਜਿਹੜੇ ਲੰਬੇ ਟਰੱਕ ਨਹੀਂ ਹੁੰਦੇ ਆ ਵੀ ਉਹਨਾਂ ਨੂੰ ਉਹਨਾਂ ਦੀ ਲੰਬਾਈ 16.50 ਮੀਟਰੀ ਪਿਰਕੇ ਅਵਾਂਜ਼ਮੈਂਟੋ ਦਲਾ ਆਬੀਆ ਪਰਟਿਕੁਲਾਰੇ ਕਾਰਾਟ੍ਰਿਸਟੀਕੇ ਕਿਉਂਕਿ ਉਹਦੇ ਆਵਾਂਜ਼ਾਮੈਂਡੋ ਦੀ ਕੋਈ ਖਾਸ ਕਿਸਮ ਦੀਆਂ ਖੂਬੀਆਂ ਨੇ ਇਸ ਕਰਕੇ ਉਹਦੀ 1.16 ਹੋ ਸਕਦੀ ਹੈ ਦੂਸਤ ਕਰ ਮੇਵੇਰ ਹੋਇਆ ਕਹਿੰ ਲੁਗੇ ਤਾਂ ਮੈਕਸਿਮੋ ਮੈਕਸਿਮਮ ਜਿਹੜੀ ਲੰਬਾਈ ਹੈ ਦੋਨੋਂ ਵਿਅਕਤੀ ਬਿਲਕੁਲੀ ਕਰਤ ਆਤ ਤੁਰਤੀ ਕੋਲਾਤੀ ਦੀ ਕੋਨ ਆਵਾਂਜ਼ਾਮੈਂਡੋ ਰਾਲਾ 3 ਮੀਟਰ ਜਿਹਦਾ ਰਾਲਾ ਆਵਾਂਜ਼ਾਮੈਂਡੋ 3 ਮੀਟਰ ਹੋਵੇ ਰਿਸਪੈਤੋਲ ਪਾਰ ਤੇ ਅੰਦਰੂ ਅਗਲੇ ਪਾਰ ਦੇ ਨਾਲ ਈ ਦਲਸਮੀਰ ਮੋਰ ਕਿ 15 3 ਜਿਹੜਾ ਸਮੀਰ ਮੋਰ ਕਿ ਹੋਵੇਗਾ ਜੇ ਆ ਆਪਣਾ ਅਰਧ ਤਿੱਗਲਾਪ ਦੇ ਵਿੱਚ ਹੈ ਤੇ 15 15 50 ਹੋਵੇਗੀ। ਅਵਾਂਜ਼ਾਮੈਂਟੋ ਦੀ ਬੇਸ ਤੇ ਲੰਬਾਈ ਜਿਹੜੀ ਹੈ ਅਵਾਂਜ਼ਾਮੈਂਟੋ ਜਿਵੇਂ ਅਸੀਂ 10 ਨੰਬਰ ਵਿੱਚ ਪੜਿਆ ਹੋਇਆ ਹੈ ਦੁਬਾਰਾ ਪੜਾਂਗੇ ਫਿਰ ਠੀਕ ਹੈ। ਅਵਾਂਜ਼ਾਮੈਂਟੋ ਹੁੰਦੀ ਹੈ ਜਿਹੜੀ ਕਿ ਗੱਡੀ ਦੀ ਪਿਛਲੇ ਦੂਸਰੇ ਜਿਹੜਾ ਬੋਟਰ ਦੇ ਦੂਸਰੇ ਟਾਇਰ ਹੁੰਦੇ ਨੇ ਜਿਹੜੇ ਜ਼ੋਰ ਲਾਣ ਵਾਲੇ ਹੁੰਦੇ ਨੇ ਉਹਨਾਂ ਤੋਂ ਲੈ ਕੇ ਔਰ ਰਾਲੇ ਦੇ ਤੱਕ ਅਵਾਂਜ਼ਾਮੈਂਟੋ ਦਾ ਏਰੀਆ ਹੁੰਦਾ ਹੈ। ਜਿਹੜਾ ਅਸੀਂ ਡਿਟੇਲ 10 ਨੰਬਰ ਵਿੱਚ ਪੜਿਆ ਹੋਇਆ ਹੈ ਪੜਾਂਗੇ ਫਿਰ ਕੇ। ਕਿਨਰ अवन जमहत अवन जमहत दी द्रे मैत्री रिसपैतो पारते अगली सैड आ समीर रिमोर के पंद्रह समीर मोर के हो सकता है पंद्रह शरीजा पाँ मीटर कहने लूंगे मासीम मैक्सीम लंबाई जी अत्त तो सुनौदा तो दी उन्हें आत्पूस या फ्री की अतबूस की कौन रमोर की जिदोर के होवै या तो सुनौदाह तो हो सनौदा टोटल अठारह पचहत्ती हो सकती है या बस रिमोरके हो ਬਸ ਦਾ ਪਿੱਛੇ ਵੀ ਰਮੋਰ ਕਿ ਲੱਗ ਸਕਦਾ ਹੈ ਠੀਕ ਹੈ ਤਾਂ ਉਹ ਹੋ ਸਕਦਾ ਹੈ ਮੈਕਸਿਮਮ 1875 ਦਰੂਸ ਕਿੰਨੇ ਬੇਵਰ ਹੋਇਆ ਵੀ ਕਿਹ ਲੁਗੇ ਦਾ ਮੈਕਸਿਮਮ ਹੋ ਦੀ ਉਹ ਹਾਤ ਤਰੇਨੋ ਇਕ ਹਾਤ ਤਰੇਨੋ ਦੇ ਲਈ ਮਾਈਗਰੀ ਮੈਕਸਿਮਮ ਹੈ 1875 ਫਿਰ ਕਿ ਇਲ ਕੰਪਲੇਟੋ ਦੇ ਵਿਕੋਲੋ ਆਬੀ ਇਹ ਪਰਟੀਕੁਲਰ ਮਿਜ਼ੂਰਾ ਕਿਉਂਕਿ ਕੰਪਲੀਟ ਗੱਡੀ ਦਾ ਜੇ ਇੱਕ ਕੰਪਲੀਟ ਗੱਡੀ ਹੋਵੇ ਤਾਂ ਉਹਦਾ ਕੋਈ ਪਰਟੀਕুলਰ ਵਿੱਚ ਕੋਈ ਕਿਸਮ ਦਾ ਹਾਸ ਕਿਸਮ ਦਾ ਮਸੂਰਾ ਹੋ ਸਕਦਾ ਠੀਕ ਹੈ ਆទਤਰੇਨੀ ਦੂ ਮਰਾਦ ਹੁੰਦੀ ਹੈ ਜਿਹਨਾਂ ਕਿ ਇੱਕ ਟਰੱਕ ਹੈ ਜਿਵੇਂ ਕਿ ਆទਤਰੇ ਗਲਾਤੀ ਉਹਦੇ ਪਿੱਛੇ ਗਰਮੌਰ ਗਿਆ ਪਲੱਸ ਕਿਨਾਂ ਬਿਜ਼ਾਰ ਕੇ ਬਿਜ਼ਾਰ ਕੇ ਕਿਉਂ ਬਿਜ਼ਾਰ ਕੇ ਹੁੰਦੇ ਨੇ ਨਾ ਉਹ ਜਿਹੜੀਆਂ ਲੰਬੀ ਲੰਬੀ ਗੱਡੀਆਂ ਹੁੰਦੀਆਂ ਨੇ ਉਹ ਗੱਡੀਆਂ ਟਰਾਂਸਪੋਰਟ ਕਰਨ ਲਈ ਕਾਰਾਂ ਵਗੈਰਾ ਟਰਾਂਸਪੋਰਟ ਕਰਨ ਲਈ ਤੁਸੀਂ ਦੇਖਿਆ ਹੁਣ ਬਹੁਤ ਲੰਬੀਆਂ ਗੱਡੀਆਂ ਹੁੰਦੀਆਂ ਨੇ ਬਿਜ਼ਾਰ ਕੇ ਆਤਵਿਕੋਲੀ ਪਰ ਟਰਾਂਸਪੋਰਟ ਤੋਂ ਦੇ ਆਲਤ੍ਰੀਵਿਕੋਲੀ ਬਜ਼ਾਰ ਦੇ ਬਜ਼ਾਰ ਕੇ ਉਹ ਆਤਵਿਕੋਲੀ ਹੁੰਦੀ ਜੀ ਟਰਾਂਸਪੋਰਟ ਕਰਦੀ ਹੈ ਦੂਜੀਆਂ ਗੱਡੀਆਂ ਨੂੰ ਵੱਡੇ ਵੱਡੇ ਟਰੱਕਾਂ ਦੇ ਪਿੱਛੇ ਗੱਡੀਆਂ ਲੱਦੀ ਹੁੰਦੀਆਂ ਉਹਨਾਂ ਦੇ ਉਹਨੂੰ ਬਿਜ਼ਾਰ ਕਹਿੰਦੇ ਪੋਸਟਰ ਅਵੇਰੇ ਲੁੰਗੇਜ਼ਾ ਮੈਕਸیمو ਦਿਫਰੈਂਤੇ ਕੁਆਲੇ ਪ੍ਰਿਵਿਸਤਾ ਆਲਤ੍ਰੀਵਿਕੋਲੀ ਕਿਉਂਕਿ ਜਿਹੜਾ ਦੂਜੀਆਂ ਗੱਡੀਆਂ ਨੂੰ ਫਰਾਮ ਕੀਤਾ ਜਾਂਦਾ ਲੰਬਾਈ ਉਹਦੇ ਨਾਲੋਂ ਡਿਫਰੈਂਟ ਹੋ ਸਕਦੀ ਹੈ ਬਿਜ਼ਾਰ ਕੇ ਦੀ ਲੰਬਾਈ ਦੁਬਾਰਾ ਇਸ ਕਰ ਮੇ ਵੇਰ ਹੋਇਆ ਚੈਨਬਰ ਲੰਗੋਲਾ ਮੈਕਸਿਮਮ ਮੈਕਸਿਮਮ ਉਦਾਰਤੀ ਉਤਕਲਾਤੀ ਦਾ 18 75 ਆਤੁਰਤੀ ਕਲਾ 75 ਹੁੰਦੀ ਹੈ ਨਹੀਂ 16 50 16 50 ਇਸ ਕਰਕੇ ਗਲਤ ਕਰਨ ਮੇ ਫਾਲਸ ਹੋਇਆ ਅਗਰ ਲੁਗੇ ਤਾਂ ਮੈਕਸਿਮਮ ਆਤੁਰੇ ਨੋ ਦਾ 19 35 19 35 ਕਿਸੇ ਦਾ ਹੁੰਦਾ ਹੀ ਨਹੀਂ ਹੈ ਕਿਰਨ ਸੇ ਦੋਤਾ ਤੋਂ ਉਹ ਜਿਹੜਾ ਤਾਂ ਤਰੇ ਨਹੀਂ ਹੁੰਦਾ ਉਹਦਾ 18 75 ਹੁੰਦਾ ਹੈ ਠੀਕ ਹੈ ਮੈਕਸਿਮਮ क्या दत्ता तो सस्पेंशियो ने अपनी माती के सुले आसे दलर रु, दलर मोर के हो कसपेंशियो ने जो शोकर दिते शोकर सिस्टम दिता गया आसे मोरके वाले देते हैं सबा सस्पेंशियो का सिस्टम सबूर तो होता ही है, रुमौर, रुमौर है।, ना है। ये। लेकिन ये ना कोई लंबाइश ही नहीं बदी गलत कॉल्स हो कोरक्य हो ਨੋਨ ਦੇਵੇ ਮਾਈ ਮਾਈ ਅੱਜ ਦਾ ਕੁਐਸਚਨ ਜ਼ਿਆਦਾਤਰ ਫਾਲਸ ਹੋ ਜਾਂਦੇ ਨੇ ਲੇਕਿਨ ਵੀਰੋ ਵਾਲੇ ਕੋਈ ਕਾਫੀ ਕੁਐਸਚਨ ਹੈ ਜ਼ਿਆਦਾਤਰ ਫਾਲਸ ਹੁੰਦੇ ਨੇ ਕਹਿੰਦੇ ਉਹਨਾਂ ਰਿਪੋਰਟ ਕਿਉ ਨੋਨ ਦੇ ਵੀ ਮਾਈ ਅਵੇਰ ਲੂਗੇ ਦਾ ਮਾਇਓਰ ਦਲ 60% ਦਲ ਕੁਆਲੇ ਦਲ ਮੋਤਰੀ ਜੇ ਕਹਿੰਦੇ ਮੋਰ ਕੀ ਦਾ ਮੋਟਰ ਦੀ ਲੰਬਾਈ 60% ਤੋਂ ਵੱਧ ਨਹੀਂ ਹੋਣੀ ਚਾਹੀਦੀ ਹੈ ਵੀ ਗੱਲ ਕਰਨ ਵਿੱਚ ਫਾਲਸ ਹੋਇਆ ਪਤਾ ਨਹੀਂ ਲੱਗ ਰਿਹਾ ਹਾਂ ਹਾਂ ਜੀ ਸੋਰੀ ਰਗਾ ਸੀ ਸਾਡਾ ਨਾ ਇੱਕ ਨਿੱਕਾ ਫੌਜੀ ਜਿਹੜਾ ਨਾ ਉਹ ਲੇਟ ਗਿਆ ਸੀ ਤਾਂ ਮੈ ਉਹਦਾ ਪਤਾ ਕਰਨ ਗਿਆ ਸੀ ਕਿਥੇ ਹੋ ਚਲੇ ਗਏ ਹੋ ਨਹੀਂ ਸਰ ਇਹ ਕੇ ਨਹੀਂ ਅੱਛਾ ਗੁਰਿੰਦਰ ਬਾਜੀ ਆਏ ਨੇ ਜੀ 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 ਸਰਪੀ ਜੀ ਗੁਰਿੰਦਰ ਬਾਜੀ ਪਰਦੇ ਹੋਵੇ ਤੁਸੀਂ ਮੈਸੇਜ ਵੀ ਭੇਜਿਆ ਮੈਨੂੰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੈ ਰ ਅਦਰਾ ਚਾੜਾ ਨੀਕਾ ਫੌਜੀ ਰ ਨਾ ਲੇਟ ਗਿਆ ਸੀ ਲੇਟ ਗਿਆ ਤਾਂ ਉਹ ਨਾ ਬਹੁਤ ਨਫਰ ਚੀਖਾ ਮਾਰਦਾ ਮੈਂ ਪਤਾ ਕਰਨ ਗਿਆ ਸੀ ਕੀ ਕਰ ਲਗੇ ਤੇ ਕਿਹੜਾ ਕੁਐਸਚਨ ਪੜ੍ਹਿਆ ਸੀ ਅਸੀਂ ਕੁਐਸਚਨ ਨੰਬਰ 8 ਪੜ੍ਹਿਆ ਸੀ ਨਾ ਗਲਤ ਕਰਨ ਬੇ ਕੋਈ 60% ਦਾ ਕੋਈ ਲਿਮਿਟ ਫਿਕਸ ਨਹੀਂ ਆਵੇ ਠੀਕ ਹੈ ਕਿਉਂਕਿ ਜਿਹੜੇ ਆਤੌਤਿਕਲਾਤ ਵਿਜਨ ਦੇ ਸਮੇਂ ਪ੍ਰਮੋਰ ਕੀ ਵੇ ਲੱਗਦੇ ਨੇ ਪਿੱਛੇ ਗੜੀ ਜਾਂਦੇ ਉਹ ਦੇਖੋ ਉਹਨਰਮੋਰ ਕੀ ਬਹੁਤ ਲੰਬੇ ਹੁੰਦੇ ਨੇ ਅ ਇਧਰ ਤੋਂ ਗੱਡੀ ਤੋਂ ਇਸ ਕਰਕੇ ਫਾਲਸ ਹੋਇਆ ਕਿਨਾਂ ਉਹਨਰਮੋਰ ਕਿਉਂ ਨੋ ਨ ਦੇਵੇ ਮਾਈ ਅਵੇਰੇ ਲੁੰਗੇਜ਼ਾ ਮਾਈਓਰੀ ਦੇ ਨਾਲ ਮੈਂ ਇਤਨੀ ਮੀਟਰ ਤੋਂ ਵੱਧ ਨਹੀਂ ਹੁੰਦੀ ਇਹ ਵੀ ਗਲਤ ਕਰਨ ਬਿ ਫਾਲਸ ਹੋਇਆ 9 ਮੀਟਰ ਤੋਂ ਵੱਧ ਵਾਲਾ ਕੋਈ ਚੱਕਰ ਨਹੀਂ ਆ ਵੀ ਠੀਕ ਹੈ ਕਿਉਂਕਿ ਇਹਦੀ ਲਿਮਿਟ ਕੋ ਨਹੀਂ ਆ ਵੀ ਦੇਖਣਾ ਪਵੇ ਅ ਇਹ ਵੱਧ ਹੋ ਸਕਦੇ ਨੇ ਠੀਕ ਹੈ ਜਿਵੇਂ ਆ ਆ ਤੁਰਤੀ ਗੁਲਾਦੀ ਨੇ ਉਹਦੇ ਮੋਰ ਕੀ ਬਹੁਤ ਲੰਬੇ ਹੁੰਦੇ ਨੇ ਉਹਨਾਂ ਦੇ ਮੋਰ ਕੀ ਉਹ ਨਾਨਦੇਵੀ ਮਾਈ ਅਵੇਰੇ ਲੁੰਗੇਜ਼ਾ ਮਯੋਰੇ 1075 ਤੋਂ ਇਹ ਵੀ ਗਲਤ ਕਹਿਣ ਬੇ ਫਾਲਸ ਹੋਇਆ ਠੀਕ ਹੈ ਅੱਗੇ ਕਹਿੰਦੇ ਨੇ ਬੇ ਹਲਤੇ ਦਾ ਮੈਕਸਿਮਮ ਮੈਕਸਿਮਮ ਉਚਾਈ ਕਿੰਨੀ ਹੁੰਦੀ ਹੈ 4 ਮੀਟਰ ਬਰਾਵਾ ਸ਼ਾਬਾਸ਼ ਠੀਕ ਹੈ ਬਾਕੀ ਕੁਝ ਹਾਸ ਕਿਸਮ ਦੀਆਂ ਗੱਡੀਆਂ ਹੁੰਦੀਆਂ ਨੇ ਜਿਨ੍ਹਾਂ ਦੀ ਜਿਵੇਂ ਬੱਸ ਹੋ ਗਈ ਜਿਵੇਂ ਕਿ ਉਹ ਦੋਧੀਆਂ ਹੁੰਦੀਆਂ ਨੇ ਉਹ ਵਿਕੋਲ ਟ੍ਰਾਂਸਪੋਰਟ ਦੇ ਮਾਲੀਦਨ ਦੀਆਂ ਕਈ ਗੱਡੀਆਂ ਹੁੰਦੀਆਂ ਜਿਨ੍ਹਾਂ ਦੀ ਉਚਾਈ ਵੱਧ 4 ਤਰੀਕਾ ਹੋ ਸਕਦੀ ਹੈ ਠੀਕ ਹੈ ਕਿਨ ਸਰਵਾ ਚਿਚੇ ਨੇ ਜੇ ਕੋਈ ਸਪੈਸ਼ਲ ਛੂਟ ਨਾ ਹੋਵੇ ਤਾਂ ਉਹਨੀਆਂ ਵਿਕੋਲ ਹਰ ਗੱਡੀ ਦਾ ਕੰਪਰੈਸਰ ਹੋਵੇ ਕਾਲੀ ਕੋ ਦੁਕਾਰੀ ਕੋ ਸਮੇਤ ਦਵੈਵੇਰੇ ਅਲਟੇਰਾ ਮੈਕਸਿਮੋ ਨੋਨ ਸੁਪਰੀਓਰੇ ਚੀ 4 ਮੀਟਰੀ ਕਿਨ ਉਚਾਈ ਮੈਕਸਿਮਮ ਉਹਨਾਂ ਦੀ 4 ਮੀਟਰ ਤੋਂ ਵੱਧ ਨਹੀਂ ਹੋਣੀ ਚਾਹੀਦੀ ਹੈ ਵੀ ਠੀਕ ਹੈ ਦਰੂਸ ਕਿੰਨੇ ਬੀਰੋ ਆ ਨਾਰਮਲੀ ਕਰਦੀ ਨਹੀਂ ਉਚਾਈ ਜਿਹੜੀ ਹੈ 4 ਮੀਟਰ ਤੋਂ ਵੱਧ ਨਹੀਂ ਹੋਣੀ ਚਾਹੀਦੀ ਆਏ ਕਹਿੰਦੇ ਨੇ ਬੇ ਕਿ ਇਹ ਸਾਲਵਾ ਜਿਸ਼ੋ ਨੇ ਜੇ ਕੋ ਸਪੈਸ਼ਲ ਛੂਟ ਨਾ ਹੋਵੇ ਤਾਂ ਉਹਨੇ ਵੀ ਕੋਲ ਹਰ ਗੱਡੀ ਦੀ ਕੰਪਰੈਸਰ ਸੂਇ ਗਾਰੀ ਕੋ ਉਹ ਗਾਰੀ ਕੋ ਸਮੇਤ ਦੇ ਵੇਰੇ ਅਲਟੇਜ਼ਾ ਮੈਕਸਿਮੋ ਨੋਨ ਸੁਪਰੀਓਰੇ ਚੀਕੂ ਮੈਟ੍ਰਿਕ ਨੇ 5 ਮੀਟਰ ਵੱਧ ਨਹੀਂ ਹੋਣੀ ਚਾਹੀਦੀ ਲekin ve falsa hoya 5 ਮੀਟਰ ਦੇ ਵੱਧ 5 ਮੀਟਰ ਦਾ ਅਲਾਓ ਨਹੀਂ ਹੁੰਦਾ ਇਹ 4 ਮੀਟਰ ਹੁੰਦਾ ਇਸ ਕਰਕੇ ਫਾਲਸ ਹੋਇਆ ਗਲ ਕਨੇ ਤੇ ਠੀਕ ਹੈ। ਅਲਤੇ ਦਾ ਮਾਸੀਮਾ ਦਿਨੋ ਬਿਕੋਲੀ ਅਲਤੇ ਦਾ ਮਾਸੀਮਾ ਦਾ ਅਗਲਾ ਪੇਜ ਹੈ 144 ਨੰਬਰ ਪੇਜ। ਕਿਨਾਲ ਤੇ ਦਾ ਮਾਸੀਮਾ ਦੇ ਰਿਬੋਲੀ ਆਤਰੀਜ਼ ਆਤੀ ਕਨ ਕਾਰੋਜ਼ੇਰੀ ਪਰ ਇਲ ਟ੍ਰਾਂਸਪੋਰਟੋ ਦੀ ਸਪੈਸੀਫੀਕੋ ਅਨੀਮਾਲੀ ਵੀਵੀ ਕਹਨੇ ਬੇ ਜਿਹੜੀਆਂ ਆਥਰਜ਼ ਨਿਕੜੀਆਂ ਟ੍ਰਾਂਸਪੋਰਟ ਕਰਨੀਆਂ ਜਿੱਥੇ ਅਨੀਮਾਲੀ ਵੀਵੀ ਜਿੰਦੇ ਜਾਨਵਰ ਨੋਂਦੇਵਾਨਾ ਸੁਪਰਾਰ 43 ਕਿਨਾਂ 43 ਤੋਂ ਦੀ ਲਿਮਟ ਵਧਣੀ ਚਾਹੀਦੀ ਦਰੁਸ਼ਕਰਨ ਪਰ ਵੇਰ ਹੈ ਇਦਾਂ ਦੀ ਮੈਕਸਿਮਮ ਲਿਮਟ 43 ਹੀ ਹੁੰਦੀ ਹੈ ਠੀਕ ਹੈ ਅਲਤੇਰਾ ਮਾਕਸੀਮਾ ਮਕੀਨੋ ਬਰਦਰੀਜੇ ਨੋਂ ਨਦੇ ਮਕੀਨੋ ਬਰਟ੍ਰੀਚੇ ਦੀ ਜਿਹੜੀ ਉਚਾਈ ਹੈ ਉਹ ਨਹੀਂ ਵਧਣੀ ਚਾਹੀਦੀ ਸੁਪਰੀਓਰੇ ਆ 43 ਤੋਂ ਨਹੀਂ ਵਧਣੀ ਚਾਹੀਦੀ ਦਰੁਸ਼ਕਰਨ ਪਰ ਵੇਰ ਹੋਇਆ 43 ਤੋਂ ਦੀ ਉਚਾਈ ਨਹੀਂ ਵਧਣੀ ਚਾਹੀਦੀ ਅਗੇ ਕਹਿੰਦੇ ਨੇ ਇਹ ਬਿਲਕੁਲ ਹੀ ਆਪਤੀ ਪੀਜੇ ਨੇ ਕੰਪਰੈਸਰ ਦੌਰ ਕਾਰਗ ਅਧਿਕਾਰੀ ਕੋ ਸਮੇਤ ਦਵਨ ਅਵੇਰੇ ਲੁਗੇਜ਼ਾ ਲਾਰਗੇਜ਼ਾ ਇਹ ਚੋੜਾਈ ਹੋਣੀ ਚਾਹੀਦੀ ਹੈ ਮੈਕਸਿਮਮ ਨੋਨ ਸੁਪਰੀਓਰੇ ਆ 260 ਦੇਖੋ ਆਮ ਨਾਰਮਲ ਜਿਹੜੀ ਗੱਡੀਆਂ ਨੇ ਉਹਦੀ ਚੋੜਾਈ ਹੁੰਦੀ ਹੈ 255 ਲੇਕਿਨ ਜਿਹੜੀ ਆਰਟੀਪੀ ਗੱਡੀ ਹੁੰਦੀ ਹੈ ਨਾ ਆ ਟੈਂਪਰੇਚਰ ਕੰਟਰੋਲ ਆ ਜਿਹੜੀ ਹੁੰਦੀਆਂ ਨੇ ਜਿਹੜੇ ਕਿ ਉਹ ਜਿਹਨਾਂ ਦੇ ਫ੍ਰੀਜ ਵਗੈਰਾ ਜਾਂ ਫਿਰ ਇਹ ਸਮਾਨ ਗਰਮ ਰੱਖਣ ਦੇ ਲਈ ਹੀਟਰ ਵਗੈਰਾ ਮੌਜੂਦ ਹੁੰਦੇ ਨੇ ਉਹ ਜਿਹਨਾਂ ਦੇ ਡਾਲੇ ਵਿੱਚ ਉਹ ਗੱਡੀਆਂ ਦਾ ਚੋੜਾਈ ਮੈਕਸਿਮਮ ਹੁੰਦੀ ਹੈ 260 ਕਿਉਂਕਿ ਨਾਲ ਇਸ ਨੂੰ ਫ੍ਰੀਜ ਦੀ ਸਹੂਲਤ ਦੇਣੀ ਹੁੰਦੀ ਹੈ ਨਾ ਫ੍ਰੀਜ ਦੀ ਸਹੂਲਤ ਦੇਣ ਨਾਲ ਉਹਦੀ ਚੌੜਾਈ ਕਿਉਂਕਿ ਵਿੱਚੋਂ ਫਿਰ ਜੇ ਵਿੱਚ ਵਿੱਚ ਫ੍ਰੀਜ ਫ੍ਰੀਜ ਦੀ ਸਹੂਲਤ ਦੇਓਗੇ ਅੰਦਰੋਂ ਫਿਰ ਉਹਦਾ ਜਗ੍ਹਾ ਘਟ ਜੇਗੀ ਅੰਦਰੋਂ ਜਗ੍ਹਾ ਨਾ ਘਟੇ ਇਸ ਕਰਕੇ ਬਾਹਰ ਉਹਨੀ ਚੌੜਾ ਬਣਾਇਆ ਉਹਨੇ ਠੀਕ ਹੈ ਇਹਦੀ ਮੈਕਸਿਮਮ 260 ਹੁੰਦੀ ਹੈ ਨਾਰਮਲੀ ਕਿੰਨੀਆਂ ਹੁੰਦੀਆਂ ਨੇ 255 ਦੂਸਰੀਨ ਬੇਵਰ ਹੋਇਆ ਚੌੜਾਈ ਕਨੇ ਲਾਲਤੇਦਾ ਮੈਕਸਿਮਮ ਉਚਾਈ ਜਿਹੜੀ ਵਿਗੋਲੀ ਅਤਰੀਜ਼ਾਤੀ ਕੋਨ ਕਾਰਜ਼ੇਰੀ ਹੈ ਜਿਹੜੀ ਗੱਡੀਆਂ ਕਾਰਜ਼ੇਰੀ ਨਾਲ ਨੇ ਪਰ ਇਲ ਟ੍ਰਾਂਸਪੋਰਟੋ ਸਪੈਸੀਫੀਕੋ ਦੀ ਅਨੀਮਾਲੀ ਵਿਵੀ ਜਿਹੜਾ ਟ੍ਰਾਂਸਪੋਰਟ ਕਰਦੀ ਹੈ ਸਪੈਸੀਫਿਕ ਅਨੀਮਾਲੀ ਵਿਵੀ ਜਿੰਦੇ ਜਾਉਂਨਰ ਨੋਂਦੇ ਵਾਨੋ ਸੁਪੇਰਾਰ ਪੰਜ ਦਿਰੀ ਕਨੇ ਪੰਜ ਦਿਤੀ ਤੋਂ ਵਧਣਾ ਚਾਹੀਦਾ ਹੈ ਵੀ ਗਲਤ ਕੈਨ ਫਾਲਸ ਹੋਇਆ ਪੰਜ ਦਿਤੀ ਆਲਾ ਕੋਈ ਚੱਕਰ ਨਹੀਂ ਹੈ ਵੀ ਦਾ ਠੀਕ ਹੈ ਇਸ ਕਰਕੇ ਫਾਲਸ ਹੋਇਆ ਕਨੇ ਵਾਲਤੇਦਾ ਮੈਕਸਿਮਮ ਮੈਕਸਿਮੋ ਉਚਾਈ ਜਿਹੜੀ ਵਿਗੋਲੀ ਅਦੀਬੀ ਟ੍ਰਾਂਸਪੋਰਟੋ ਦੀ ਬਾਲੇ ਦੀ ਫੇਨਾ ਵਾਲੇ ਦੀ ਫੀਨ ਹੁੰਦੇ ਨਾ ਪੋ ਦੇ ਵੱਡੇ ਵੱਡੇ ਗੱਡੇ ਲੈ ਕੇ ਜਾਂਦੀਆਂ ਨੇ ਗੱਡੀਆਂ ਨੋਨ ਦੇਵਾਨਾ ਸੁਪਰਾਰੇ 53 ਉਹਨਾਂ ਦੀ 53 ਨਹੀਂ 53 ਨਹੀਂ ਹੁੰਦੀ ਉਹਨਾਂ ਦੇ ਵਿੱਚ ਗਾਲਮ 43 ਹੁੰਦੀ ਹੈ ਗਲਤ ਕਿਨਵੇਂ ਫਾਲਸ ਹੋਇਆ ਠੀਕ ਹੈ kernel ਹਾਲਤੇ ਦਾ ਮੈਕਸੀਮਮ ਮਕੀਨੋ ਵਰਤੀਤੇ ਮਕੀਨੋ ਵਰਤੀਤੇ ਤੇ ਵੀ ਕਿੰਨਾ ਹੁੰਦਾ ਹੈ ਹੁਣ ਅਸੀਂ ਵੜ ਗਏ ਆਂ ਉਚਾਈ ਕਿਸ ਜੰਮੀ ਬਸ ਚਾਤਰੀ ਹੋਣਾ ਤੇ ਬੜਿਆ ਤੁਸੀਂ ਬਹੁਤ ਇਹਨਦਰ ਇਹਨਾਂ ਵੀ ਨਹੀਂ ਸੋਚੀ ਸਮਝੀਦਾ ਸ਼ਾਬਾਸ਼ ਇਹ ਸਾਰਾ ਮੈਂ ਕੰਮ ਕਰਕੇ ਕਰਦਾ اچھا اچھا ਚਾਤਰੀ ਹੁੰਦੀ ਹੈ ਲੇਕਿਨ ਠੀਕ ਹੈ 53 ਨਹੀਂ ਹੁੰਦੀ ਹੈ ਵਿਫਲਸ ਹੋ ਗਿਆ ਅਲਤੇ ਦਾ ਮੈਕਸਿਮੋ ਡੇਲੀਟੇ ਵਿਗੋਲੀ ਅਦੀਬੀਟੀ ਅਲਟਰਾ ਸਪੋਰਟੋ ਦੀ ਕੋਂਟੀਨੀਏਰੇ ਨੋਨ ਦੇਵੋਨੋ ਸੋਪੇਰਾਰੇ 470 ਕਹਿੰਦੇ ਜਿਹੜੀ ਕੰਟੇਨਰ ਲੈ ਕੇ ਜਾਂਦੀ ਉਹਦੇ 470 ਤੋਂ ਚਾਈ ਨਹੀਂ ਵੱਧਣੀ ਚਾਹੀਦੀ ਇਹ ਵੀ ਗਲਤ ਕਹਿਣੇ ਪੇ ਫਾਲਸ ਹੋਇਆ 470 ਉਚਾਈ ਨਹੀਂ ਅਲਾਉ ਹੁੰਦੀ ਹੈ ਵੀ ਠੀਕ ਹੈ ਇਸ ਕਰਕੇ ਫਾਲਸ ਹੋਇਆ ਅੱਗੇ ਆਜੋ ਅਗਲੇ ਪੇਜ ਦੇ ਉੱਤੇ ਅੱਗੇ ਹੈ ਗਰਗਸੀ ਦਿਨ ਕੁਐਸਚਨ ਹੈ ਕਿਨੇ ਸਾਲ ਬਈ ਵਿਕੋਲੀ ਆਤੀਪੀ ਜਿਹੜੀ ਆਤੀਪੀ ਗੱਡੀਆਂ ਨੇ ਉਹਨੀ ਵਿਕੋਲੀ ਹਰ ਜਿਹੜੀ ਗੱਡੀ ਹੈ ਕੰਪਰੈਸੂਲ ਸੂਏ ਕਾਰੀਕੋਦ ਕਾਰੀਕੋ ਸਮੇਤ ਦਵੇਵੇਰੇ ਲਾਰਗੇਜ਼ਾ ਮੈਸਿਮਾ ਨੋਂਟੋਪ੍ਰਿਓਰੇ 254 ਕਹਿੰਦੇ ਨੇ ਆ ਸਾਲ ਸਾਲ ਬਈ ਵਿਕੋਲੀ ਆ ਆਤੀਪੀ ਨਾ ਹੋਵੇ ਗੱਡੀ ਯਾਨੀ ਕਿ ਇਹ ਬਕਰੀ ਗੱਲ ਹੈ ਜੇ ਆਤੀਪੀ ਗੱਡੀ ਹੋਵੇ ਤੇ ਉਹਨੀ ਵਿਕੋਲੀ ਹਰ ਜਿਹੜੀ ਗੱਡੀ ਹੈ ਕੰਪਰੈਸੂਲ ਸੂਏ ਕਾਰੀਕੋਦ ਕਾਰੀਕੋ ਸਮੇਤ ਯਾਨੀ ਕਿ ਆਤੀਪੀ ਬਿਨੂ ਛੱਡ ਗਿਆ ਗੱਡੀਆਂ ਨੂੰ ਅਤੇ ਅਧਿਕਾਰੀਆਂ ਸਮੇਤ ਦੇਵੇ ਆਵੇਰੇ ਲਾਰਗੇਜ਼ਾ ਨੂੰ ਚੁਰਾਈ ਹੋਣੀ ਚਾਹੀਦੀ ਮੈਕਸਿਮਮ ਨੋਨ ਸੁਪਰੀਓਰੇ 455 255 ਇਨਕੋ ਚੁਰਾਈ ਜਿਹੜੀ ਹੈ ਉਹ 255 ਵੱਧ ਨਹੀਂ ਹੋਣੀ ਚਾਹੀਦੀ ਇਸ ਕੰਪੀਅਰ ਹੋਇਆ ਸਾਲ ਵੀ ਕੋਲੀ ਆਤੀ ਵੀ ਜਿਹੜੀ ਗੱਡੀ ਆਤੀ ਵੀ ਨੇ ਉਹ ਵੀ ਕੋਲੀ ਹਰ ਜਿਹੜੀ ਗੱਡੀ ਹੈ ਕੰਪਰੈਸਰ ਸਹਾਕਾਰੀ ਹੋ ਉਹਦੇ ਅਧਿਕਾਰੀਆਂ ਸਮੇਤ ਦੇਵੇ ਆਵੇਰੇ ਉਹਨਾਂ ਲਾਰਗੇਜ਼ਾ ਮੈਕਸਿਮੋ ਉਹਨਾਂ ਦੀ ਮੈਕਸਿਮਮ ਚੁਰਾਈ ਹੋਣੀ ਚਾਹੀਦੀ ਹੈ ਨੋਨ ਸੁਪਰੀਓਰੇ 275 ਗਲਤੀਆਂ ਵਿੱਚ ਫਾਲਸ ਹੋਇਆ ਸੀ ਉੱਤੇ ਆਰਟੀਪੀ ਦੀ ਪਿੱਛੇ ਪੜ ਗਏ ਹਨ 260 ਹੋਣੀ ਚਾਹੀਦੀ 2 75 ਨਹੀਂ ਕਹਣਾ ਤੁਸੀਂ ਨਹੀਂ ਹੱਦ ਤੱਕ ਲਾਤੀ ਰਮੋਰ ਕਿ ਰਮੋਰ ਕਿਉਂ ਦੇਵੋਨਾ ਵੇਰੇ ਉਹਨਾ ਲਾਰਗੇਜ਼ਾ ਚੁੜਾਈ ਇਨਫਰੀਓਰਿਓ ala motrice di almeno 5 cm 5 cm ਕਾਗਜ਼ ਕਹਿੰਦੇ 5 cm ਕਾਰਟਨ ਜਿਹਦੇ ਗਲਤ ਕਹਿੰਦੇ ਕੋਈ ਖਾਸ ਕਿਸਮ ਦੀ ਰਿਪੋਰਟ ਇਦਾਂ ਨਹੀਂ ਹੈ ਵੀ ਜਿਹਦੇ ਵਿੱਚ ਕਿਹਾ ਗਿਆ ਹੋਵੇ ਕਿ ਰਮੋਰ ਕਿ ਉਹ ਗੱਡੀ ਦੀ ਚੁੜਾਈ ਕਿੰਨੀ ਹੋਣੀ ਚਾਹੀਦੀ ਫਰਕ ਇਸ ਕਰਕੇ ਇਹ ਵੀ ਗਲਤ ਕਹਿੰਦੇ ਫਾਲਸ ਹੋਇਆ ਕਹਿੰਦੇ ਵੀ ਕੋਲੀ ਆਤੀ ਵੀ ਕੋ ਵੀਰੇ ਸੋ ਲੋਰੋ ਕਾਰੀ ਕੋ ਕਹਿੰਦੇ ਆਤੀ ਵੀ ਉਹਨਾਂ ਦੇ ਕਾਰੀ ਕੋ ਸਮੇਤ ਦੇਵੋਨਾ ਵੀਰੇ ਲਾਰਗੇਜ਼ਾ ਮੈਕਸੀਮਾ ਨੋਨ ਟੋਪਰ 254 ਕਹਿੰਦੇ ਉਹਨਾਂ ਜੀ ਚੌੜਾਈ ਜਰੀ ਹੈ ਮੈਕਸਿਮਮ 255 ਹੋਣੀ ਚਾਹੀਦੀ ਹੈ ਦੇਖੋ ਆਰਟੀਪੀ ਦੀ 208 ਹੋਣੀ ਚਾਹੀਦੀ ਹੈ ਐਕਸ ਕਰਕੇ ਗਲਤ ਕਹਿੰਦੇ ਬੇਫਾਲ ਹੋਇਆ 255 ਨਹੀਂ ਚੱਲ ਸਕਦੀ ਹੈ ਵੀ ਠੀਕ ਹੈ ਅੱਗੇ ਕਹਿੰਦੇ ਨੇ ਵੀ ਕਰਜਾਤਾ ਆਪਾਸੋ ਇਦੀ ਸਪਾਲਜੋ ਕਰਜਾਤਾ ਕੀ ਹੁੰਦਾ ਹੈ ਪਾਸੋ ਕੀ ਹੁੰਦਾ ਹੈ ਸਵਾਲਜੋ ਕੀ ਹੁੰਦਾ ਹੈ ਇਹ ਚੀਜ਼ਾਂ ਦਾ ਜਿਵੇਂ ਇਦੀ ਹੈਗਾ ਥਿਊਰੀ ਵਿੱਚ ਦੱਸੀਆਂ ਗਈਆਂ ਬੇਤ ਬਿਹਤਰੀਨ ਤਰੀਕੇ ਨਾਲ ਨੇ ਇਸ ਤਰ੍ਹਾਂ ਮੌਮਕਨ ਹੈ ਜੇ ਤੁਹਾਨੂੰ ਵਧੀਆ ਸਮਝਾਣੀਆਂ ਇਜ਼ੀ ਨਾ ਹੋਵੇ ਠੀਕ ਹੈ ਹੁਣ ਪਹਿਲੇ ਸਮਝ ਜੇ ਕਰਜਾਤਾ ਕੀ ਹੁੰਦਾ ਹੈ ਕਰਜਾਤਾ ਸੀ ਸਿਰਫ ਪੜਦੇ ਆਇਆ ਨਾਰਮਲੀ ਰੋਡ ਦਾ ਰੋਡ ਦਾ ਕਰਜਾਤਾ ਉਹ ਪਾਰਟ ਹੁੰਦਾ ਜਿੱਥੇ ਗੱਡੀ ਚਲਦੀਆਂ ਨੇ ਠੀਕ ਹੈ ਗੱਡੀ ਦਾ ਕਰਜਾਤਾ ਕਿਹੜਾ ਹੁੰਦਾ ਹੈ ਗੱਡੀ ਦਾ ਕਰਜਾਤਾ ਹੁੰਦਾ ਹੈ ਗੱਡੀ ਦੇ ਟਾਇਰਾਂ ਦੇ ਇੱਕ ਧੂਰੇ ਦੇ ਟਾਇਰਾਂ ਦੇ ਸੈਂਟਰ ਵੱਲ ਥਾਂ ਜਿਹੜਾ ਇੱਕ ਧੂਰਾ ਹੁੰਦਾ ਨਾ ਗੱਡੀ ਦਾ ਉਹਦੇ ਟਾਇਰਾਂ ਦੇ ਸੈਂਟਰ ਵੱਲ ਥਾਂ ਯਾਨੀ ਕਿ ਗੱਡੀ ਦੀ ਚੋਰੀ ਜੇ ਸਣੀ ਉਸੀ ਦੇਖਾਂਗੇ ਉਹਨਾਂ ਟਾਇਰਾਂ ਦੇ ਸੈਂਟਰ ਵੱਲ ਥਾਂ ਉਹਨੂੰ ਕਹਣਗੇ ਕਰਜਾਤਾ ਗੱਡੀ ਦਾ ਠੀਕ ਹੈ ਅੱਗੇ ਪਾਸੋ ਪਾਸੋ ਦੋ ਧੂਰੇ ਜਿਹੜੀਆਂ ਇੱਕ ਗੱਡੀ ਹੁੰਦੀ ਹੈ ਚਾਰ ਟਾਇਰਾਂ ਵਾਲੀ ਚਾਰ ਟਾਇਰਾਂ ਵਾਲੀ ਦੇ ਕਿੰਨੇ ਧੂਰੇ ਹੋਗੇ ਕਿੰਨੇ ਹਿੱਸੇ ਹੋਗੇ ਗੱਡੀ ਦੇ ਰ ਦੋ ਧੂਰੇ ਹੋ ਗਏ ਕਰਦੀਆਂ ਤੇ ਪਿੱਛੇ ਇੱਕ ਅਗਲਾ ਧੂਰਾ ਇੱਕ ਪਿਛਲਾ ਧੂਰਾ ਠੀਕ ਹੈ ਉਹਨਾਂ ਅਗਲੇ ਪਿਛਲੇ ਧੂਰੇ ਔਰ ਪਿਛਲੇ ਧੂਰੇ ਦੇ ਸੈਂਟਰ ਵਾਲੀ ਜਿਹੜੀ ਜਗ੍ਹਾ ਹੈ ਨਾ ਉਹਨੂੰ ਕਹਣਗੇ ਪਾਸੋ ਪਾਸੋ ਸਹੀ ਠੀਕ ਹੈ ਹੁਣ ਰਹਿ ਗਈ ਸਵਾਲ ਜੋ ਸਵਾਲ ਜੋ ਹੁੰਦਾ ਹੈ ਜਿਹੜੇ ਉਹ ਦੋ ਟੂਰੇ ਵਾਲੀ ਗੱਡੀ ਹੈ ਨਾ ਉਹਦੇ ਜਿੱਥੇ ਟਾਇਰ ਲੱਗੇ ਹੈ ਟਾਇਰ ਤੋਂ ਅਗਲੀ ਸਾਈਡ ਅਗਲੇ ਟਾਇਰਾਂ ਤੋਂ ਅਗਲੀ ਸਾਈਡ ਉਹ ਸਵਾਲ ਜੋ ਹੈ ਔਰ ਪਿਛਲੇ ਦੋ ਟਾਇਰ ਜਿੱਥੇ ਲੱਗੇ ਨਾ ਉਹਨਾਂ ਤੋਂ ਪਿੱਛੇ ਜਿਹੜੀ ਸ਼ੈਡ ਹੈ ਨਾ ਉਹ ਵੀ ਸਵਾਲ ਜੋ ਹੈ ਇਪ ਸਵਾਲ ਜੋ ਪ੍ਰੋਬਲਮ ਕਿੱਥੇ ਕਰੀਅਰ ਕਰਦੀ ਹੈ ਜਦ ਤੁਸੀਂ ਗੱਡੀ ਮੋੜਦੇ ਵਗੈਰਾ ਹੋ ਨਾ ਤਾਂ ਸਵਾਲ ਜੋ ਤੁਹਾਡੀ ਗੱਡੀ ਦੇ ਨਾਲ ਉਸੇ ਤਰੀਕੇ ਨਾਲ ਨਹੀਂ ਮੋੜ ਲਗੀ ਹੈ ਵੀ ਠੀਕ ਜਿੰਨੀ ਜ਼ਿਆਦਾ ਸਵਾਲਸ ਹੋਵੇਗੀ ਉਨੀ ਜ਼ਿਆਦਾ ਚੜਾਈ ਚੜਦੇ ਆ ਗੱਡੀ ਥੱਲੇ ਲੱਗਣ ਦਾ ਖਤਰਾ ਹੋਵੇਗਾ ਨੀਚੇ ਉਤਰਦੇ ਆ ਗੱਡੀ ਥੱਲੇ ਲੱਗਣ ਦਾ ਖਤਰਾ ਹੋਵੇਗਾ ਮੋੜ ਮੋੜਦੇ ਆ ਗੱਡੀ ਚ ਮਰਚੇ ਪੇਢੀ ਵੱਲ ਜਾਣ ਦਾ ਖਤਰਾ ਹੋਵੇਗਾ ਠੀਕ ਹੈ ਬਿਸਕੋ ਕੋਈ ਸਮਝ ਆਈ ਅਗਦੀ ਸਮਝ ਜ਼ਬਰਦਸਤ ਜੇ ਕਿਸੇ ਨਹੀਂ ਸਮਝਿਆ ਪੁੱਛ ਸਕਦੇ ਦੁਬਾਰਾ ਜੇ ਕਿਸੇ ਨਹੀਂ ਸਮਝਾਇਆ ਉਹ ਦੂਜਾ ਚੈਨਲ ਦੂਜਾ ਹੇਵੇ ਥਿਉਰੀ ਡਿਐਗੋ ਦੀ ਜਿਹੜੀ ਡਿਟੇਲ ਅ ਦੱਸੀ ਹੋਈ ਹੈ ਨਾ ਵੈਸੇ ਵੀ ਕਹਿੰਦਾ ਕਰਜਾ ਤਾਂ ਦਿਉਣਾ ਵੀ ਕੋਲ ਜਿਹੜਾ ਕਰਜਾਤਾ ਹੈ ਗੱਡੀ ਦਾ ਲਾਦੀ ਸੈਂਜ਼ਾਫਰਾ ਚੈਂ트로 ਦਾ ਇਮਪ੍ਰੋਂਟ ਇਮਪ੍ਰੋਂਟ ਹੁੰਦੇ ਨੇ ਪ੍ਰਿੰਟਸ ਜਿਹੜੇ ਹੁੰਦੇ ਨੇ ਜਿਹੜੇ ਫੋਰ ਐਗਜ਼ਾਮਪਲ ਕਰ ਲਓ ਕਿ ਬਰਫ਼ ਪਈ ਹੋਈ ਹੈ ਤੇ ਤੁਹਾਡੀ ਗੱਡੀ ਜਿਹੜੇ ਬਰਫ਼ ਤਾਜੀ ਬਰਫ਼ ਪਈ ਉੱਪਰ ਤੇ ਲੰਘ ਕੇ ਜਾਏਗੀ ਨਾ ਤੇ ਗੱਡੀ ਦੇ ਟਾਇਰਾਂ ਦੇ ਦੋ ਨਿਸ਼ਾਨ ਪਾਉਣਗੇ ਠੀਕ ਹੈ ਸੱਜੇ ਦਾ ਟਾਇਰ ਤੇ ਖੱਬੇ ਦਾ ਟਾਇਰ ਦਾ ਉਹਨਾਂ ਦੋਵਾਂ ਟਾਇਰਾਂ ਨੂੰ ਅਸੀਂ ਨਾਪਾਂਗੇ ਸੈਂਟਰ ਵਿੱਚ ਕਿੰਨੀ ਜਗ੍ਹਾ ਬਣਦੀ ਹੈ ਉਹ ਗੱਡੀ ਦਾ ਕਰਜਾਤਾ ਹੋਵੇਗਾ ਇਹ ਕਿ ਜਿਉ ਤਾਰਾਂ ਦੇ ਨਿਸ਼ਾਨ ਨੂੰ ਸੈਂਟਰ ਨਾਪਾਂਗੇ ਅਸੀਂ ਜਿੰਨੇ ਮੀਟਰ ਗੱਡੀ ਹੁੰਦੀ ਹੈ ਉਹ ਉੱਥੋਂ ਨਾਪਦਾ ਲੱਗੇਗੀ ਜਿੰਨਾ ਕਰਜਾ ਤਵੇ ਕਿੰਨੇ ਪਰੰਧ ਜਿਹੜੇ ਤੇਰ ਜ਼ਮੀਨ ਤੇ ਦੇਲੇ ਆਤਵਾ ਨਿਮਾਚੀ ਦਾ ਹੁਣ ਉਸ ਤੇ ਸਵਾਸੇ ਇੱਕ ਇੱਕ ਸ ਤੇ ਸੋ ਇੱਕ ਧੂਰੇ ਦੇ ਇੱਕ ਆਸੇ ਦੇ ਇੱਕ ਹਿੱਸੇ ਦੇ ਜਿਹੜਾ ਸੈਂਟਰ ਵਿੱਚ ਥਾਂ ਹੁੰਦੀ ਉਹਨੂੰ ਕਹਿੰਦੇ ਨੇ ਕਰਜਾ ਤਾ ਦੂਸ ਕਿੰਨੇ ਵੀ ਹੋਇਆ ਇੰਨ ਤਰ੍ਹਾਂ ਸੇ ਜਾਂ ਪਾਸੋ ਇੰਨ ਤਰ੍ਹਾਂ ਸੇ ਦੋ ਆਸੇ ਦੇ ਦਰਮਿਆਨ ਵਾਲ ਜਗਾ ਦੋ ਧੂਰੇ ਦੇ ਦਰਮਿਆਨ ਵਾਲ ਜਗਾ ਅਗਲੇ ਧੂਰੇ ਰ ਪਿਛਲੇ ਧੂਰੇ ਦੇ ਦਰਮਿਆਨ ਵਾਲ ਜਗਾ ਕਹਿੰਦੇ ਨੇ ਉਹਨੂੰ ਇੰਤਰਾਸੇ ਜਾਂ ਪਾਸੋ ਦੇ ਨਵੀ ਕੋ ਲਈ ਦੂਏ ਆਸੀ ਇੰਟੈਂਡੇ ਲਾ ਡਿਸਟੈਂਸਾ ਫਰਾ ਚੈਨਟਰ ਦੇ ਦੂਏ ਆਸੀ ਜਿਹੜਾ ਕਿ ਡਿਸਟੈਂਸ ਫਾਸਲਾ ਹੁੰਦਾ ਦੋ ਆਸੀ ਦੋ ਤੁਰਿਆਂ ਤੂੰ ਦੂਜੇ ਕੰਪੇ ਵੇਰ ਹੋਇਆ ਜਿਹੜਾ ਦੋ ਆਸੀਆਂ ਦੋ ਤੁਰਿਆਂ ਦੀ ਡਿਸਟੈਂਸ ਹੁੰਦਾ ਨਾ ਫਾਸਲਾ ਹੁੰਦਾ ਨਾ ਉਹਨੂੰ ਕਹਿੰਦੇ ਨੇ ਇੰਟਰਾਸੋਪਾਸ ਠੀਕ ਹੈ Quindi sbalzo di una anteriormente? cioè il sbalzo di una gara, la parte sporge anteriormente, da, sporge parte, 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 sporge sporge anteriormente o posteriormente rispetto all'asse più estremo anteriore o posteriore rispettivamente. la parte parte, la parte ਇਹਨਿਕਾ ਰਿਲੇਟ ਇਹਨਾਂ ਦੇ ਬਾਹਰਲੀ ਸਾਈਡ ਤੇ ਅੱਗੇ ਅੱਗੇ ਤੇ ਧੂਰੇ ਦੇ ਬਾਹਰਲੀ ਸਾਈਡ ਤੇ ਆਪੋਸਟਰੀਓਰੇ ਰਿਸਪੈਕਟਿਵAMENTE ਔਰ ਪਿਛਲੇ ਟਾਇਰ ਦੇ ਬਾਹਰਲੀ ਸਾਈਡ ਤੇ ਉਹਨੂੰ ਕਹਿੰਦੇ ਨੇ ਸਬਾਲਜੋ ਕਹਿੰਦੇ ਕਰਜਾ ਤੇ ਦਿਉਣਾ ਵਿਕੋ ਲੋ ਜੇ ਕਰਜਾ ਤੇ ਗੱਡੀ ਦਾ ਇਲਾ ਦੀ ਸੈਂਜ਼ਾਫਰਾ ਉਹਨਾਂ ਪਾਰਾਫੋਂਗੋ ਪਾਰਾਫੋਂਗ ਹੁੰਦਾ ਹੈ ਜਿਹੜਾ ਕਿ ਗੱਡੀ ਦੇ ਟਾਇਰ ਦੇ ਉੱਤੇ ਇੱਕ ਤਾਂ ਚਿੱਕੜ ਮੈਟ ਹੁੰਦਾ ਹੈ ਠੀਕ ਹੈ ਉਹਨੂੰ ਕਹਿੰਦੇ ਡਿਸਪੋਜੀਟਿਵ ਐਂਟੀ ਨਿਬੁਲੇਸ਼ਨ ਹੈ ਠੀਕ ਹੈ ਇੱਕ ਹੁੰਦਾ ਆ ਪਾਰਫੰਗ ਹੁੰਦਾ ਟਰ ਦੇ ਉੱਤੇ ਕਵਰ ਜਿਹਾ ਬਣਿਆ ਹੁੰਦਾ ਪਲਾਸਟਿਕ ਇਹਦਾ ਉਹਨੂੰ ਕਹਿੰਦੇ ਪਾਰਫੰਗ ਇਹ ਆਲਟਰੋ ਅਦਲਾ ਆਸੇ ਸੇਸਾ ਆਸੇ ਕਹਿੰਦੇ ਪਾਰਫੰਗ ਨੂੰ ਤੂੰ ਨਾ ਆਪਕੇ ਹੋ ਗਿਆ ਪਾਰਫੰਗ ਨੂੰ ਤੂੰ ਨਾ ਆਪਕੇ ਨਹੀਂ ਹੈ ਵੀ ਠੀਕ ਹੈ ਪਾਰਫੰਗ ਨੂੰ ਤੂੰ ਨਾ ਚ ਮਿਲਗੀ ਪਾਰਫੰਗ ਨੂੰ ਕਲਿੱਕ ਕਰਕੇ ਸਰਚ ਕਰਕੇ ਜੋ ਮੋਟਰਸਾਈਕਲ ਦੇ ਉੱਤੇ ਨਹੀਂ ਹੁੰਦੇ ਕਵਰ ਜਿਹਾ ਬਣਿਆ ਹੋਇਆ ਮੋਟਰਸਾਈਕਲ ਦੇ ਟਾਇਰ ਉੱਤੇ ਇਹ ਸਾਈਕਲ ਦੇ ਅਗਲੇ ਟਾਇਰ ਤੋਂ ਤੁਸੀਂ ਦੇਖ ਸਕਦੇ ਹੋ ਉਹਨੂੰ ਪਾਰਾਫਾਂਗ ਕਹਿੰਦੇ ਨੇ ਠੀਕ ਹੈ। ਮਾਡੀ ਗਾਰਡ ਵੀ ਆਸੜੀ ਮਾਡੀ ਗਾਰਡ ਕਹੈ ਸੇ ਬਰਾਵੋ ਮਾਡੀ ਗਾਰਡ ਜਿਹੜਾ ਮਾਡੀ ਗਾਰਡ ਹੁੰਦਾ ਨਾ ਉਹਨੂੰ ਪਾਰਾਫਾਂਗ ਕਹਿੰਦੇ ਨੇ ਇਹ ਕਹਿੰਦੇ ਨੇ ਪਾਰਾਫਾਂਗ ਉਹ ਤੂੰ ਲੈ ਕੇ ਦੂਜੇ ਦੂਜੇ ਉਸੇ ਤੁਰੇ ਦੇ ਦੂਜੇ ਪਾਰਾਫਾਂਗ ਉਹ ਤੂੰ ਪਾਰਾਫਾਂਗ ਉਹ ਤੂੰ ਆਪਣਾ ਨਹੀਂ ਹੁੰਦਾ ਇਹ ਟਾਇਰਾ ਤੋਂ ਨਾ ਆਪਣਾ ਹੁੰਦਾ ਇਸ ਕਰਕੇ ਗਲਤ ਕਹਿਣ ਬੇਫਾਲ ਹੋਇਆ। ਠੀਕ ਹੈ। ਕਨੇ ਇੰਤਰਾਸੇ ਪਾਸੋ ਦਿਨ ਵੀ ਗੋਲੀ ਆ ਦੂਏ ਆਸੀ ਕਨੇ ਇੰਤਰਾਸੇ ਪਾਸੋਂ ਨੇ ਇੱਕ ਡੋਟਰੇ ਵਿੱਚ ਗੱਡੀ ਦਾ ਦੀ ਇੰਟੈਂਡਡ ਡਿਸੈਂਸ ਆਫ ਰਾ ਚੈਂਤਰੋ ਡੇ ਲਾਰੋਟੇ ਦੀ ਹੁਨਾ ਸਟੇਸਾਸੀ ਕਹਿੰਦੇ ਇਸ ਇੱਕ ਇੱਕ ਧੂਰੇ ਦੇ ਸੈਂਟਰ ਵਾਲਾ ਜਿਹੜੀ ਜਗ੍ਹਾ ਹੁੰਦੀ ਹੈ ਨਾ ਚੈਂਤਰੋ ਦਾ ਪੁਆਇੰਟ ਉਹਨੂੰ ਕਹਿੰਦੇ ਇੰਟਰਾਸੀ ਉਹਨੂੰ ਇੰਟਰਾਸੀ ਕਹਿੰਦੇ ਨੇ ਜਾਂ ਨਾ ਨਾ ਸਮਝ ਨਹੀਂ ਲੱਗੀ ਤੇ ਫਿਰ ਕਵੀ ਨੇ ਕੋਈ ਨਹੀਂ ਸਮਝ ਲੱਗੀ ਕਿਵੇਂ ਬ੍ਰਾਵੋ ਬ੍ਰਾਵੋ ਹੋਰ ਕੋਈ ਸਮਝ ਨਹੀਂ ਲੱਗੀ ਹੈ ਇੱਕ ਬੰਦੇ ਨੂੰ ਸਮਝ ਲੱਗੀ ਹੈ ਲਗੀ ਹੈ ਬਰਾਵੋ ਦੋ ਬਨੇ ਸਿਰਫ ਸਮੇ ਲਗੀ ਹੈ ਦੇਖੋ ਜਿਹੜਾ ਉਹ ਹੁੰਦਾ ਨਾ ਜਿੱਦੀ ਗੱਲ ਕਰ ਲਗੇ ਨੇ ਇੱਕ ਤੂਰੇ ਦੇ ਸੈਂਟਰ ਵਾਲਾ ਪੁਆਇੰਟ ਸੈਂਟਰਲ ਜਗ੍ਹਾ ਉਹ ਹੁੰਦਾ ਕਰਜਿਆਤਾ ਇੰਤਰਾਸੇ ਹੁੰਦਾ ਦੋ ਤੂਰਿਆਂ ਦੀ ਸੈਂਟਰਲ ਜਗ੍ਹਾ ਠੀਕ ਹੈ ਜਿਹੜਾ ਕਰਜਿਆਤਾ ਨਾ ਤੁਸੀਂ ਗੱਡੀ ਨੂੰ ਸਾਹਮਣੇ ਦੇਖ ਸਕਦੇ ਹੋ ਜਿਹੜਾ ਇੰਤਰਾਸੇ ਹੈ ਗੱਡੀ ਨੂੰ ਤੁਸੀਂ ਸਾਈਡ ਤੋਂ ਦੇਖੋਗੇ ਤਾਂ ਨਜ਼ਰ ਆਏਗਾ ਠੀਕ ਹੈ ਦੋ ਜਿਹੜੇ ਅਗਲੇ ਅਗਲੇ ਟਾਇਰ ਨੇ ਔਰ ਪਿਛਲੇ ਟਾਇਰ ਨੇ ਸੈਂਟਰਲ ਜਗ੍ਹਾ ਉਹਨੂੰ ਇੰਤਰਾਸੇ ਪਾਸੋਂ ਕੰਦੇ ਨੇ ਇਸ ਕਰਕੇ ਫਾਲਸੋ ਕਹਿੰਦੇ ਸਵਾਲ ਜੋ ਪਰ ਇਹਨਾਂ ਵੀ ਕੋਲੋ ਜਿਹੜਾ ਸਵਾਲ ਜੋ ਗੱਡੀ ਗੱਡੀ ਦਾ ਹੁੰਦਾ ਇੰਟਰਨ ਦੇ ਦਾ ਪੈਂਡੈਂਜਾ ਮੈਕਸਿਮਮ ਪੈਂਡੈਂਜਾ ਹੁੰਦਾ ਕਿ ਐਸੋ ਪੋਏਸਟੇਰ ਸੁਪੇਰਾਰੇ ਕਾਂਡੋ ਚਰਕੁਲਾ ਅਵੋ ਤੋ ਕਹਿੰਦੇ ਜਿਹੜਾ ਤੁਸੀਂ ਸੁਪੇਰਾ ਦੇ ਕਹਿੰਦੇ ਟਾਪ ਸਕਦੇ ਹੋ ਜੇ ਗੱਡੀ ਖਾਲੀ ਹੋਵੇ ਤੇ ਦੇਖੋ ਸਵਾਲ ਜੋ ਨੀ आसानी ਨਾਲ ਟੱਪਣ ਹੁੰਦਾ ਭਾਵੇਂ ਗੱਡੀ ਖਾਲੀ ਕਿਉਂ ਨਾ ਹੋਵੇ ਠੀਕ ਹੈ ਸਵਾਲ ਜੋ ਜੇ ਵਦਨ ਹੋਵੇ ਨਾ ਹੋਵੇ ਸਵਾਲ ਜੋ ਉਤਨੀ ਰਹਿਣਾ ਹੈ ਜੇ ਸਵਦਨ ਹੋਵੇਗਾ ਗੱਡੀ ਤੇ ਮਕਸਦ ਹੈ ਗੱਡੀ ਜ਼ਰਾ ਜ਼ਿਆਦਾ ਬੈਠੀ ਹੋਵੇਗੀ ਜ਼ਿਆਦਾ ਖਤਰਾ ਹੋਵੇਗਾ ਠੀਕ ਹੈ ਤੇ ਵਦਨ ਨਾ ਵੀ ਹੋਵੇਗਾ ਫਿਰ ਵੀ ਸਵਾਲ ਜੋ ਦਾ ਖਤਰਾ ਰਹਿੰਦੀ ਹੈ ਇਸ ਕਰਕੇ ਖਾਲੀ ਔਰ ਪਰਵੀ ਗੱਡੀ ਦਾ ਫਰਕ ਨਹੀਂ ਪੈਂਦਾ ਫਾਲਸ ਹੋਇਆ ਠੀਕ ਹੈ ਆਏ ਕਹਿੰਦੇ ਨੇ ਬੇ ਕਨੇ ਅਫੈਕਟੀ ਦੈਲਾਸਵਲੋ ਦੀ ਉਨਾ ਵਿਕੋਲੋ ਅਸੂਲੇ ਸੋਲਾ ਗੁਈਦਾ ਜਿਸ ਤਰ੍ਹਾਂ ਤੁਸੀਂ ਗੱਡੀ ਡਰਾਈਵ ਕਰ ਰਹੇ ਹੋ ਜਿਹੜੇ ਇਫੈਕਟ ਹੁੰਦੇ ਨੇ ਸਵਲੋ ਦੀ ਵਜ੍ਹਾ ਨਾਲ ਠੀਕ ਹੈ ਗੱਡੀ ਜਿਹੜਾ ਸਵਲੋ ਹੁੰਦਾ ਨਾਲ ਉਹਦੀ ਵਜ੍ਹਾ ਨਾਲ ਜਿਹੜੇ ਇਫੈਕਟ ਹੁੰਦੇ ਨੇ ਕਨੇ ਕੰਡੂਚੈਂਤੇ ਕੇ ਇ ਮੈਟੋ ਨੋ ਅਲਾ ਗੁਈਦਾ ਉਨਾ ਵਿਕੋਲ ਇਨ ਉਨਾ ਮੇਜ਼ੋ ਪੇ ਜ਼ਾਨਤੇ ਜਿਹੜਾ ਡਰਾਈਵਰ ਡਰਾਈਵ ਕਰਦਾ ਗੱਡੀ ਭਾਰੀ ਦੇ ਨਾਲ ਦੇਵੇ ਤਨੇਰ ਦੇ ਦੇਵੋਨੋ ਤਨੇਰ ਰਿਪਰੈਸੈਂਦੀ ਇਸ ਗਲਤੇ ਆ ਰਕਨ ਕੇ ਜਨਰਲਮੈਂਟੇ ਤਾਲੀ ਬੀ ਕੋਲੀ ਜਨਰਲ ਜਿਹੜੀਆਂ ਗੱਡੀਆਂ ਨੇ ਪ੍ਰਸਤਾਨੋਂ ਸਵਾਲ ਦੀ ਨੁੱਤੀ ਬੋਲੇ ਕਿਉਂਕਿ ਇਹਨਾਂ ਦਾ ਸਵਾਲ ਦੋ ਕਾਫੀ ਹੁੰਦਾ ਹੈ ਦੂਸਰ ਕੰਪੀਅਰ ਹੋਇਆ ਇਹਨਾਂ ਦਾ ਸਵਾਲ ਦੋ ਕਾਫੀ ਹੁੰਦਾ ਹੈ ਇਹ ਤੁਸੀ ਧਿਆਨ ਰੱਖਣਾ ਹੁੰਦਾ ਹੈ ਵੀਰੋਆ ਠੀਕ ਹੈ ਭਾਰੀਆਂ ਗੱਡੀਆਂ ਦਾ ਸਵਾਲ ਜੋ ਵੀ ਜ਼ਿਆਦਾ ਹੁੰਦਾ ਹੈ ਕਿਰਨ ਸੋ ਵੀ ਕੋਲੀ ਦੋ ਤਾ ਤੋਂ ਸਵਾਲ ਦੀ ਨੁੱਤੇ ਬੋਲੇ ਜੇ ਗੱਡੀਆਂ ਨੂੰ ਸਵਾਲ ਜੇ ਕਾਫੀ ਦਿੱਤਾ ਗਿਆ ਹੋਇਆ ਨਲ ਅਫਰੋਂਟਾਰੇ ਉਨਾ ਰਪੀਦਾ ਸਲੀਤਾ ਜੇ ਤੁਸੀਂ ਇੱਕ ਸਟ੍ਰੋਪੀ ਦਾ ਸਲੀਤ ਆ ਬਾਹਰ ਕਰਦੇ ਹੋਵੇ ਉਹ ਨਾਲ ਫੋਰਥ ਦੇ ਲੈਵਲ ਦਾ ਦਸਰਾਦਾ ਜਾਂ ਫਿਰ ਇੱਕ ਬਹੁਤ ਜ਼ਿਆਦਾ ਦਿਸ ਲੈਵਲ ਦਾ ਦਸਰਾਦਾ ਹੋਵੇ ਠੀਕ ਹੈ ਜਿਸਨ ਕੇ ਉੱਚਾ ਨਹੀਂ ਵਾਲੇਵਲ ਹੋਵੇ ਰੋੜਦਾ ਅਕੂਰੇ ਕੋਨੋ ਸ਼ੇਰ ਹੈ ਲਾਜ਼ਮੀ ਜਾਣ ਲੋ ਅੰਗਲੋ ਮੈਕਸਿਮੋ ਕਿ ਆ ਤਾਕੋ ਸਿਪੋ ਅਫਰੋਂਟਾਰੇ ਕਿ ਅੰਗਲੋ ਮੈਕਸਿਮੋ ਆ ਤਾਕੋ ਜਿਵੇਂ ਤੁਸੀਂ ਹੁਣ ਅੰਗਲੋ ਮੈਕਸਿਮੋ ਆ ਤਾਕੋ ਤੁਹਾਨੂੰ ਕਿਵੇਂ ਸਮਝਾਵਾਂ ਕਿ ਇਹ ਜੇ ਤੋਪੇ ਨਾ ਪਿਕਚਰਾਂ ਹੁਣ ਪਿਕਚਰਾਂ ਵਿੱਚ ਮੈਂ ਵਧੀਆ ਤਰੀਕੇ ਨਾਲ ਪੜ੍ਹੀ ਹੋਇਆ ਹੈ 7 ਨੰਬਰ ਦੀ ਤੁਹਾਨੂੰ ਵੀਡੀਓ ਵਿੱਚ ਮੈਂ ਪੇਸ਼ ਕਰੀ ਦੀਵਾਂ ਉਹਦੀ ਪਿਕਚਰਾਂ ਵਿੱਚ ਨੇ ਠੀਕ ਹੈ ਉਹਦੀ ਪੇਰੋਂ ਆਸਾਨ ਨਾਲ ਪਿਕਚਰਾਂ ਮਿਲਣਗੀਆਂ ਉਹਦੇ ਨਾਲ ਤੁਹਾਨੂੰ ਜ਼ਿਆਦਾ ਹੈਲਪ ਹੋਵੇਗੀ ਸਮਝਣੇ ਚੀਜ਼ਾਂ ਸਵਾਲ ਜੋ ਔਰ ਆਤਾ ਕੁ ਜਿਸ ਟਾਈਮ ਗੱਡੀ ਚੜਦੀ ਹੈ ਨਾ ਚੜਾਈ ਤੇ ਚੜਦੀ ਹੈ ਤੇ ਅਗਲੀ ਸਾਈਡ ਤੋਂ ਸਵਾਲ ਜੋ ਹੁੰਦਾ ਜੇ ਜੀ ਜੀ ਟਾਇਰ ਪਿੱਛੇ ਹੁੰਦੇ ਆ ਜਿਹੜੀ ਸਵਾਲ ਤੋਂ ਅੱਗੇ ਲੱਗ ਜਾਏ ਤਾਂ ਬਹੁਤ ਚੜਾਈ ਤੇ ਜਾ ਕੇ ਟੱਚ ਕਰਦਾ ਬਿਲਕੁਲ 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 ਚੜਾਈ ਨਹੀਂ ਜਾ ਕੇ ਟੱਚ ਕਰਦਾ ਜਿਹਦੇ ਟਾਇਰ ਚੜਾਈ ਤੇ ਚੜ੍ਹ ਕੇ ਤਾਂ ਸਵਾਲ ਤੋਂ ਚੱਪ ਬਿਲਕੁਲ 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 ਚੜਾਈ ਤੇ ਚੜਦੇ ਟੱਚ ਕਰਦਾ ਹੈ نیچے ਉਤਰਾਏ ਤੇ ਉੱਤਦੇ ਟੱਚ ਕਰਦਾ ਠੀਕ ਹੈ ਫਿਰ ਉਹਦੇ ਤੋਂ ਇਲਾਵਾ ਜੇ ਕੋਈ ਕਰ ਲੋ ਕਿ ਉਹ ਚੜਾਈ ਤੇ ਚੜ ਕੇ ਜੇ ਗੱਡੀ ਸਿੱਧੀ ਹੁੰਦੀ ਹੈ ਤਾਂ ਫਿਰ ਗੱਡੀ ਸੈਂਟਰ ਵਿੱਚ ਟੱਚ ਹੋਣ ਦਾ ਖਤਰਾ ਹੁੰਦਾ ਠੀਕ ਹੈ ਜਿਹੜਾ ਜਿਹੜੇ ਨੀਚੇ ਤਨਾ ਹੋਵੇ ਸਿੱਧਾ ਹੋਣਾ ਹੋਵੇ ਗੱਡੀ ਨੇ ਤੇ ਉਥੇ ਗੱਡੀ ਬਸ਼ਕਾਰੂ ਸੈਂਟਰ ਵਿੱਚੋਂ ਇਦਾਂ ਆ ਸੇ ਪਾਸੋਂ ਦੀ ਪੁਆਇੰਟ ਤੋਂ ਵੀ ਟੱਚ ਹੋਣ ਦਾ ਖਤਰਾ ਹੁੰਦਾ ਠੀਕ ਹੈ ਦੂਜੇ ਕਰ ਮੇ ਵੇਰ ਹੋਇਆ ਇਹ ਨਾਲ ਕੁਐਸਚਨ ਵੀ ਨੇ ਥਿਉਰੀ ਵਿੱਚ ਮੈਂ ਦੱਸੇ ਹੋਏ ਨਾ ਨਾਲ ਇਹਨਾਂ ਦੇ ਕੁਝ ਸ਼ਾਇਦ ਜੇ ਕਿਸੇ ਨੂੰ ਕਨਫਿਊਜ਼ਨ ਹੋਵੇ ਇੰਤਰਾਸੇ ਪਾਸੋਂ ਕਰ ਜਾਤਾ ਕੀ ਪ੍ਰੋਬਲਮ ਆਉਣੀ ਕੀ ਮੈਂ ਆਉਂਦੀ ਨਾ ਮੈਂ ਤੁਹਾਨੂੰ ਥਿਉਰੀ ਵੀ ਪੇਜਾਂ ਗਰੁੱਪ ਦੇ ਵਿੱਚ ਇਹ ਰਿਕਾਰਡਿੰਗ ਵੀ ਆਏਗੀ ਥਿਊਰੀ ਵੀ ਆਪੇ ਜਾਗਾ ਕਿਨਸੋ ਉਹਨੇ ਵੀ ਕੋਲੇ ਦੋ ਤਾ ਤੋਂ ਇਸਪਾਲ ਜਨ ਹੁੰਦੇ ਉਹ ਲਈ ਕਢੀ ਜਿਸਪਾਲ ਜਨ ਹੁੰਦੇ ਬਰ ਦਿੱਤਾ ਗਿਆ ਵੈ ਨਾ ਲੈ ਅਫਰੋਂਟਾਰੇ ਊਨਾ ਜੀ ਇਹ ਪਿਕਚਰ ਮੈਂ ਭੇਜੀ ਨਾ ਸਾਰੇ ਵਾਸਤੇ ਜਿਹਦੇ ਪਿਕਚਰ ਭੇਜੀਏ ਤੁਸੀਂ ਜ਼ਬਰਦਸ ਪਿਕਚਰਾਂ ਗਰੁੱਪ ਦੇ ਵਿੱਚ ਪਈ ਹੋਣੀਆਂ ਕਿਹੜੇ ਗਰੁੱਪ ਦੇ ਵਿੱਚ ਭੇਜੋ ਨਾ ਕਿੱਥੇ ਭੇਜੀਏ ਗਰੁੱਪ ਦੇ ਵਿੱਚ ਭੇਜੋ ਜੇ ਕਿਸੇ ਕੋਲ ਪਿਕਚਰ ਨੇੜੇ ਪਈ ਹੋਈ ਗਿਰਤ ਹੈ ਪਰ ਕਿ ਕਿਹਨਾ ਗਰੂਪ ਦੇ ਵਿਚਾਰੀਆਂ ਪਈਆਂ ਹੋਣੀਆਂ ਉਹਨੂੰ ਦੇਖਣੀ ਪਣੀ ਕਿੱਥੇ ਪਈਆਂ ਨੇ 7 ਨੰਬਰ ਸੀ ਕਦੋਂ ਪੜਿਆ ਸੀ ਯਾਦ ਨਹੀਂ ਆ ਐਲੋਰਾ ਸੁਬਿਕੋਲੀ ਟੋਟਾਤੋ ਸੁਵਾਲਦੀਨੋ ਤੇ ਵਰ ਜੇ ਗੱਡੀ ਨੂੰ ਸੁਵਾਲਦਨੋ ਤੇ ਵਰ ਦਿੱਤਾ ਗਿਆ ਨਾ ਲਾ ਫਰੰਤਾਰੇ ਉਹਨਾਂ ਕੁ ਸਲੀਤਾ ਜਿਸ ਟੰ ਤੁਸੀ ਸਾਹਮਣੇ ਕਰਦੇ ਸਲੀਤੇ ਚੜਾਈ ਦਾ ਉਹਦੀ ਸਲਵਲੋ ਸਰਦਾਲੇ ਜਾਂ ਫਿਰ ਖਰਾਬ ਲੈਵਲ ਰੋੜਦਾ ਅਕੂਰੇ ਮੋਦਰਾ ਲਵਲੋ ਜੀ ਲਾਜ਼ਮੀ ਹੈ ਸਪੀਡ ਘਟਾ ਕਰੋ ਸਪੀਡ ਘਟਾਣ ਤੋਂ ਮਰਾਦ ਇਹ ਨੇ ਕਿ ਜੇ ਗੱਡੀ ਟੱਚ ਕਰਦੀ ਹੈ ਨਾ ਤੇ ਤੁਹਾਨੂੰ ਪਤਾ ਲੱਗ ਜਾਂਦਾ ਹੈ ਤੁਸੀਂ ਆਰਾਮ ਨਾਲ ਕੰਟਰੋਲ ਕਰ ਸਕਦੇ ਹੋ ਨੁਕਸਾਨ ਨਹੀਂ ਹੋੜਗਾ ਠੀਕ ਹੈ ਆ ਕੇ ਅੰਦਰ ਪਏ ਸੋਨਾ ਵੀ ਕੋਲੀ ਦੋ ਤਾਤੋ ਦੀ ਸਬਾਲਜ਼ਾ ਨੋਤੇਵੋਲੇ ਇੱਕ ਗੱਡੀ niche ਸਬਾਲਜ਼ਾ ਨੋਤੇਵੋਲੇ ਦਿੱਤਾ ਗਿਆ ਹੋਇਆ ਨੈਲਾ ਅਫਰੋਂਟਾਰੇ UNA DISCESA RAPIDA ਜੇ ਤੁਸੀਂ ਸਾਹਮਣੇ ਕਰਦੇ DISCESA RAPIDA ਦਾ دی UNA FORTE DISCEVELO STRADALE ਇੱਕ ਜਿਹੜਾ ਬਸ ਸਖਤ DISCEVELO STRADALE ਹੁੰਦਾ ਹੈ ਅਕੂਰੇ ਕੋਨੋਸ਼ੇਰੇ ਲਾਜ਼ਮੀ ਜਾਣੋ ਐਂਗੋਲੋ ਮੈਕਸਿਮੋ ਐਂਗੋਲੋ ਜਿਹੜਾ ਉਹਦਾ ਕਿਨਾਰਾ ਮੈਕਸਿਮੋ ਉਸੀ ਤਾ ਪਰ ਸਿਪੋ ਅਫਰੰਤਾਰੇ ਕਿਨ ਜਿਸ ਟਾਈਮ ਤੁਸੀਂ ਬਾਹਰ ਨਿਕਲਦੇ ਹੋ ਉਹਦਾ ਐਂਗੋਲੋ ਜਿਹੜਾ ਆਖਰੀ ਕੋਨਾ ਉਹਦਾ ਮਮਕਨ ਹੈ ਉਹ ਟੱਚ ਕਰ ਜਾਵੇ ਠੀਕ ਹੈ ਦਰਸ਼ਕਾਂ ਦੇ ਵੇਰ ਹੋਇਆ ਛੋਨੇ ਵਿਗੋਲੋ ਦੋ ਤਾਤੋਸ ਵਾਲਦਨ ਹੋਤੇ ਬਲ ਜਗੱਡੀਆਂ ਸਵਾਲਦਨ ਹੋਤੇ ਬਲ ਦਿੱਤਾ ਗਿਆ ਹੈ ਨਲਾ ਅਫਰੰਤਾਰੇ ਉਹਨਾ ਦੇ ਦੇਚੇਜ਼ਾ ਢਲਾਨ ਦਾ ਤੁਸੀਂ ਸਾਹਮਣਾ ਕਰਦੇ ਹੋ ਉਹਨਾਂ ਦੇ ਸਿਲੇਵਰ ਸਦਾ ਲੈ ਅਕੂਨੇ ਮੋਦਰਾਲ ਬਲ ਜੀ ਤਾ ਲਾਜ਼ਮੀ ਸਪੀਡ ਘਟ ਕਰੋ ਦਰਸ਼ਕਾਂ ਵੀ ਵੇਰ ਹੋਇਆ ਯੋ ਨੋਵੀ ਕੋਲੋ ਮੋਟਰ ਜੀ ਮੋਟਰੋ ਜੀ ਦਿਨੇ ਸਬਲਜ਼ੋ ਨੋਤੇ ਬੋਲੇ ਜੇਸਪਾਲਜ਼ੋ ਨੋਤੇ ਬੋਲੇ ਹੁੰਦਾ ਉਹ ਮੈਂਤਾ ਲ ਲਗੇਜ਼ਾ ਦਲਾ ਫਾਸ਼ੀਆ ਦੇ ਇੰਗੋਮbro ਕਹਿੰਦੇ ਉਮੈਂਤਾ ਵਾਦ ਦੀ ਚੋਰੀ ਜੇ ਵਾਦ ਜੇ ਫਾਸ਼ੀ ਇੰਗੋਮbro ਜੇ ਫਿਲਾਓ ਇੰਗੋਮbro ਵਲ ਜਾਣਾ ਵਦੀਦਾ ਗੱਡੀ ਦਾ ਤੇ ਸਬਲਜ਼ੋ ਵੀ ਵਾਦ ਜਾਂਦਾ ਦਰਸ਼ਕਾਂ ਤੇ ਵੇਰ ਹੋਇਆ ਵੀ 7 ਨੰਬਰ ਕਹਿੰਦੇ ਸੋਨੇ ਵਿਗੋਲੋ ਦੋਤਾਦੋ ਸਬਲਜ਼ੋ ਨੋਤੇ ਬੋਲੇ ਜੇ ਗਣਿਸ਼ ਮਾਲ ਜੀ ਨੋਟੇ ਬੋਲੇ ਦਿੱਤਾ ਗਿਆ ਵੈ ਉਹ ਮਾਨਤਾ ਲ ਡਿਫਿਕੋਲਤਾ ਆ ਮੇਨਟੇਨੇ ਰੇ ਲ ਕੋਰੈਕਟ ਤ੍ਰੈਟੋਰੀਆ ਇਨ ਕੋਰਵਾ ਇ ਨਲਾ ਸਵੋਲਤਾ ਕਹਿੰਨੇ ਡਿਫਿਕਲਟੀ ਮੁਸ਼ਕਲ ਵੱਧ ਜੇਗੀ ਮੇਨਟੇਨ ਕਰਕੇ ਨਹੀਂ ਜਿਸ ਟਾਈਮ ਤੁਸੀਂ ਕਰੈਕਟ ਤਰੀਕੇ ਨਾਲ ਮੋੜਦੇ ਹੋ ਯਾ ਚੌਕ ਕੋਰਵੇ ਤੂੰ ਮੋੜਦੇ ਹੋ ਜਾਂ ਫਿਰ ਚੌਕ ਦੇ ਵਿੱਚ ਮੋੜਦੇ ਹੋ ਦਾ ਦਰੁਸਤ ਕੰਪੀਅਰ ਹੋਇਆ ਹੈ ਇਹ ਵੀ ਕਿਉਂਕਿ ਜੇ ਗੱਡੀ ਦੀ ਲੰਬਾਈ ਵੱਧ ਜੇਗੀ ਜਿसरी ਗੱਲ ਹੈ ਸਵਾਲ ਜ਼ੋ ਵੱਧੇਗਾ ਸਵਾਲ ਜ਼ੋ ਵੱਧੇਗਾ ਸਵਾਲ ਜ਼ੋ ਵੱਧੇਗਾ ਤੇ ਤੁਹਾਨੂੰ ਮੋੜ ਵਗੈਰਾ ਦੇ ਵੀ ਮੋੜਨਾ ਮੁਸ਼ਕਲ ਹੋ ਜਾਏਗਾ ਕਿਰਨ ਸੇਸੀ ਅ ਫਿਤਵਾ ਹੁਣ ਸਵਾਲਤਾ ਜੇ ਤੁਸੀਂ ਮੁੜਦੇ ਹੋ ਇੱਕ ਵਾਰੀ ਕੋਨੋ ਨਾ ਵਿਖੋਲੀ ਦੋਤਾ ਤਾਂ ਸਵਾਲ ਜੇ ਨੋਤੇ ਵੇ ਜਿਸ ਗੱਡੀ ਦਾ ਸਵਾਲ ਜ਼ੋ ਨੋਤੇ ਹੋ ਲਿਆ ਕਾਫੀ ਜਿੱਦ ਸਵਾਲ ਜ਼ੋ ਹੈ ਠੀਕ ਹੈ ਉਹਦੇ ਨਾਲ ਜੇ ਤੁਸੀਂ ਮੁੜਦੇ ਹੋ ਅਕੂਨੇ ਤਰੇ ਤਨੇਰੇ ਪ੍ਰੈਜ਼ੈਂਟਿਸ ਕਲ ਤੇ ਹਰ ਕੋ ਕੇ ਕਨ ਇਸ ਤਰਮੀਤਾ ਅੰਤਰੀਓਰੇ ਉਪਸਤਰੀਓਰੇ ਦੇ ਵਿਕੋਲੀ ਜਿਹੜੀ ਬਾਹਰਲਾ ਸਾਈਡ ਹੈ ਗੱਡੀ ਦੇ ਟਾਇਰਾਂ ਤੋਂ ਸਵਾਲ ਜੋ ਹੈ ਗੱਡੀ ਦੇ ਅਗਲੀ ਸਾਈਡ ਤੋਂ ਪਿਛਲੀ ਸਾਈਡ ਤੱਕ ਸੀ ਪੋਤਰੇਬੇ ਇਨਵਾਦਾਰੇ ਮਾਰਚਿਪੇਦੀ ਕਨ ਮੌਮਕਨ ਹੈ ਉਹ ਮਾਰਚਿਪੇਦੀ ਉੱਤੇ ਚੜ ਜਾਏ ਸਵਾਲ ਜੋ ਜਿਹੜਾ ਮੌਮਕਨ ਹੈ ਗੱਡੀ ਦਾ ਮਾਰਚਿਪੇਦੀ ਉੱਤੇ ਜਾਣਾ ਦੂਸਰ ਕਨ ਵੀ ਵੇਰ ਹੋਇਆ ਵੀ ਨੌਰਨ ਬਕੋਸ਼ੀ ਕਨ ਸੇ ਸੀ ਇਫੀ ਤੂ ਆਉਨਾ ਸਵਾਲਤਾ ਜੇ ਤੁਸੀਂ ਮੁਰਦੇ ਹੋ ਨਾ ਕਨ ਵਿਕੋਲੀ ਦੋਤਾ ਤੋਂ ਸਵਾਲ ਜਨ ਉਤੇ ਵੇ ਜੇ ਗੱਡੀ ਨੂੰ ਸਵਾਲ ਜਨ ਉਤੇ ਬੋਲੇ ਦਿੱਤਾ ਗਿਆ ਹੋਵੇ ਆ ਕੁਰੇ ਤਨੇ ਰਪ੍ਰੇਜੈਂਟ ਇਸ ਗੱਲ ਤੇ ਧਿਆਨ ਰੱਖੋ ਲਾਜ਼ਮੀ ਹੈ ਕਿ ਕੋਨ ਲਾ ਇਸਟਰਮਿਤਾ ਅੰਟਰੀਓਰ ਐ ਇਸਟਰਮਿਤਾ ਪੋਸਟਰੀਓਰ ਦਲ ਵਿਗੋਲੀ ਸਿ ਪੋਤਰੇਬੇ ਔਰ ਤਾਰੇ ਪੈਦੋਨੀ ਮਮਕਨ ਔ ਲਗਿਆ ਪੈਦੋਨੀ ਦੇ ਨਾਲ ਇਚਕਲਿਸਿਸ ਸਾਈਕਲ ਦੇ ਨਾਲ ਇਨ ਟ੍ਰਾਂਜ਼ਿਟ ਓ ਨਰ ਵਿਚਨਾ ਜਿਹੜੇ ਰਕੇ ਤੁਹਾਡੇ ਨੇੜੇ ਟ੍ਰਾਂਜ਼ਿਟ ਕਰ ਲਗੇ ਨੇ ਦਰੁਸ ਕਿਨੇ ਬੇਵੇਰ ਹੋਇਆ ਕਿ ਜਿਹੜੇ ਤੁਹਾਡੇ ਨੇੜੇ ਟ੍ਰਾਂਚ ਕਰ ਲੱਗੇ ਨੇ ਉਹ ਮਮਕਨ ਹੈ ਪੋਸੀਬਲ ਹੈ ਉਹਨਾਂ ਦੇ ਨਾਲ ਤੁਹਾਡਾ ਅਟੈਚ ਹੋਵੇ ਆਪਣਾ ਸ਼ਾਇਦ ਭਾਈ ਵਧੀਆ ਤੁਸੀਂ ਪਿਕਚਰ ਸੈਂਡ ਕੀਤੀ ਹੈ ਸ਼ਾਬਾਸ਼ ਪਿਕਚਰਾਂ ਬਾਰੇ ਜੈਰ ਕਰਨਾ ਤੇ ਗਰੁੱਪ ਦੇ ਵਿੱਚ ਆਈਏ ਤੁਸੀਂ ਪਿਕਚਰ ਜਿਹੜੇ ਸਬਾਲਸ ਵਗੈਰਾ ਦੇਖਣਾ ਚਾਹੋ ਤਾਂ ਤੁਹਾਨੂੰ ਉਮੀਦ ਆਰਾਮ ਨਾਲ ਪਤਾ ਲੱਗ ਜਾਏਗਾ ਸ਼ਾਬਾਸ਼ ਕਹਿੰਦੇ ਨੇ ਬੇ ਅ ਇਕੰਦੂ ਚੰਦੇ ਹਾਲਕ ਵੀ ਦਾ ਜੇ ਡਰਾਈਵਰ ਡਰਾਈਵ ਕਰਦਾ ਪਿਆ ਜਿਉਨਾ ਮੈਜ਼ੋ ਪੈਦਾਂ ਤੇ ਭਾਰੀ ਗੱਡੀ ਨੂੰ ਦੇਵਤ ਨੇ ਰੈਪਰੈਜ਼ੈਂਟ ਦੀ ਇਸ ਗੱਲ ਤੇ ਧਿਆਨ ਰੱਖਿਆ ਕਿ ਜਨਰਲਮੈਂਟ ਟਾਲੀ ਵਿਕੋਲੀ ਜੇ ਜਨਰਲ ਜਿਹੜੀ ਗੱਡੀਆਂ ਨੇ ਪ੍ਰੈਜ਼ੈਂਟਾਨੋ ਸਵਾਲ ਜੀ ਨੋਟੇਵੋਲੇ ਐ ਅੰਟਰੀਓਰਮੈਂਟ ਜਿਹੜੀ ਸਵਾਲ ਜੀ ਨੋਟੇਵੋਲੇ ਹੁੰਦੀਆਂ ਕਰਦੀਆਂ ਨੇ ਅਗਲੀ ਸਾਈਡ ਤੋਂ ਮਾਂ ਨੋਨ ਪੋਸਟਰੀਓਰ ਐ ਲੇਕਿਨ ਪਿਛਲੀ ਸਾਈਡ ਤੋਂ ਨਹੀਂ ਕਰਦੀਆਂ ਗਲਤ ਕਰਨੇ ਵੀ ਫਾਲਸ ਹੋਇਆ ਅਗਲੀ ਸਾਈਡ ਤੋਂ ਵੀ ਕਰਦੀਆਂ ਨੇ ਪਰ ਪਿਛਲੀ ਸਾਈਡ ਤੋਂ ਵੀ ਕਰਦੀਆਂ ਨੇ ਠੀਕ ਹੈ ਇਸ ਕਰਕੇ ਆਇਸਤਾ ਗੱਡੀ ਕਰ ਗਿਆ ਆਰਾਮ ਨਾਲ ਜਗ੍ਹਾ ਤੋਂ ਕਰਨੀ ਚਾਹੀਦੀ ਗੱਡੀ ਠੀਕ ਹੈ ਫਾਲਸ ਹੋਇਆ ਕਿਨੇ ਕਿਨੇ ਕਵਾਂਦ ਸੀ ਅਲੈਗਵਿਦਾ ਦੇ ਨੋਮੈਜ਼ੋ ਪੈਜਾਂ ਤੇ ਜਿਸਟਰ ਤੁਸੀਂ ਡਰਾਈਵ ਕਰਦੇ ਗੱਡੀ ਭਾਰੀ ਨੂੰ ਸਵਾਲ ਇਹ ਦੋਤਾ ਸਬਜ਼ੀ ਇੰਪੋਰਟਾਂਟ ਹੈ ਜਿਹੜੀ ਸਵਾਲ ਦੀ ਇੰਪੋਰਟ ਦਿੱਤੇ ਇੰਪੋਰਟ ਦਿੱਤੀ ਗਈ ਹੁੰਦੀ ਹੈ ਨੋਨ ਸੀ ਪੋਸਿਸ਼ਨ ਪਰ ਕੋ ਰੈ ਲਸਤਾਟੋ ਸਟਰਾਦਾ ਦੋਵੇ ਸੋਨੋ ਪ੍ਰੈਜ਼ੈਂਤੀ ਦੋਸੀ ਆਰਟੀਫਿਸ਼iali ਕਹਿੰਦੇ ਨੇ ਬੇ ਕਿ ਸਵਾਲ ਦੀ ਨੋਟੇਵੋਲੇ ਜਿਹੜਾ ਹੁੰਦਾ ਹੈ ਇਹ ਨਹੀਂ ਇੰਪੋਰਟੰਟ ਹੁੰਦੀ ਹੈ ਜਿਸ ਟਾਈਮ ਜਿੱਥੇ 200 ਆਰਟੀਫੀਸ਼ਲ ਦਿੱਤਾ ਗਿਆ ਹੋਇਆ ਗਲਤੀ ਨਾਲ ਫਾਲਸ ਹੋਇਆ ਆਰਟੀਫੀਸ਼ਲ 200 ਵੀ ਗਿਆ ਹੋਇਆ ਦਿੱਤਾ ਗਿਆ ਹੋਇਆ ਫੇਰ ਵੀ ਤੁਸੀਂ ਡਰਾਉ ਨਾਲ ਗੱਡੀ ਕਰਨੀ ਐ ਇਸ ਤਰ੍ਹਾਂ ਕਰਨੀ ਐ ਔਰ ਇਤਿਆਜ਼ ਕਰਨੀ ਐ ਠੀਕ ਹੈ ਇਸ ਕਰਕੇ ਫਾਲਸ ਹੋਇਆ ਇੱਥੇ ਆਰਟੀਫੀਸ਼ਲ ਦੇ 200 ਸਪੀਡ ਬ੍ਰੇਕਰ ਦਿੱਤੇ ਕਿਉਂ ਨਹੀਂ ਏਡੇ ਵੱਡੇ ਗਏ ਹੁੰਦੇ ਤੇ ਸਾਡੇ ਮੁੰਡਿਆਂ ਵੀ ਜਿਹੜੇ ਨਾ ਸਪੀਡ ਬ੍ਰੇਕਰ ਉਹ ਚੰਗੇ ਭਲੇ ਜੰਪ ਬਣਾ ਦਿੰਦੇ ਨੇ ਮੋਟਰਸਾਈਕਲ ਫੇਰ ਵੀ ਉੱਡਦੇ ਨਿਕਲਦੇ ਨੇ ਉਥੋਂ ਮੁੰਡੇ ਫੇਰ ਵੀ ਆਸਤ ਨਹੀਂ ਜੀ ਸਾਰੀ ਗੱਡੀ ਅੰਦਰੋਂ ਹੀ ਜਾਂਦੀ ਹੈ ਬੇਲਿਕ ਬੇਿਕੂ ਅੰਦਰੋਂ ਹੀ ਜਾਂਦੀ ਹੈ ਐਤਾ ਤੇ ਫਿਰ 200 ਆਰਟੀਫੀਸ਼ਲ ਜਿਹੜੇ ਦਿੱਤੇ ਹੋਏ ਛੋਟੇ ਛੋਟੇ ਹੁੰਦੇ ਨੇ ਜੇ ਟੁੱਟ ਟੁੱਟ ਜਾਂਦੀ ਹੈ ਗੱਡੀ ਟੁੱਟ ਜਾਂਦੀ ਹੈ ਬੇਲਿਕ ਬੇਿਕੂ ਟੁੱਟ ਪਾ ਜਾ ਉਸ ਕਰੀਏ ਆਪਣੇ ਛੋਕਰਾ ਵਗੈਰਾ ਨੂੰ ਨੁਕਸਾਨ ਸਾਸਤਾ ਹੋ ਸਕਦਾ ਹੈ ਐਤਾ ਤੇ ਫਿਰ ਛੋਟੇ ਦਿੱਤੇ ਹੋਏ ਸਾਡੇ ਸਾਡੇ ਮੁਲਕਾਂ ਜਿਹੜੇ ਸਪੀਡ ਬ੍ਰੇਕਰ ਬਣਾਏ ਗਏ ਉਹਨੇ ਨੇ ਉਹ ਬਿਲਕੁਲ ਹੀ ਬਹੁਤ ਜ਼ਿਆਦਾ ਦਿੱਤੇ ਗਏ ਹੁੰਦੇ ਨੇ ਠੀਕ ਹੈ ਉਥੇ ਨਾਰਮਲੀ ਗੱਡੀਆਂ ਥੱਲੇ ਲੱਗ ਜਾਂਦੀਆਂ ਨੇ ਇੰਨੇ ਕੀ ਉੱਚੇ ਦਿੱਤੇ ਗਏ ਹੁੰਦੇ ਨੇ ਉਥੇ ਜਿਹੜੇ ਸਪੀਡ ਬ੍ਰੇਕਰ ਨੇ ਕਿਉਂਕਿ ਮ ਕਹਿੰਦੇ ਹਾਂ ਹਾਂਜੀ ਕਹਿੰਦੇ ਨੇ ਸਵਾਲ ਜੀ ਸਵਾਲ ਜੀ 12ਵਾਂ ਕੁਐਸਚਨ ਦੀ ਨੂੰ 21 ਸਨੋ ਦਤਾ ਦਤਾਤੀ ਵਿ ਕੋਲੀ ਬਿਜ਼ਾਂਤੀ ਸਵਾਲ ਜੀ ਬੜੀ ਗੜੀ ਨੂੰ ਸਨੋ ਤਰਾ ਅਲਟਰੋ ਪ੍ਰਿਵਿਸਤੀ ਪਰ ਫਾਸੀਲਿਟਾਰੇ ਮੋਰਾਵਰੇ ਪ੍ਰਕੇਜੀਓ ਕਹਿੰਦੇ ਆਸਾਨੀ ਪੈਦਾ ਕਰਨੇ ਪਾਰਕਿੰਗ ਲਾਣ ਲਈ ਦੇਖੋ ਇਨਾ ਪਾਰਕਿੰਗ ਲਾਹਣੇ ਦਾ ਮੋਡਨ ਲਈ ਕਿਸੇ ਵੀ ਸੁਰਤ ਵਿੱਚ ਨਾ ਉੱਚੀ ਨਹੀਂ ਵੀ ਥਾਤਾ ਐ ਆਸਾਨੀ ਪੈਦਾ ਕਰਦੇ ਮੁਸ਼ਕਲ ਪੈਦਾ ਕਰਦੇ ਇਸ ਕਰਕੇ ਫਾਲਸ ਹੋਇਆ ਕਹਿੰਦੇ ਆ ਤੋ ਬੋਸ ਉਹ ਬਾਜ਼ੀ ਇਹ ਸ਼ਹਿਰ ਵੇ ਆਪ ਤੋ ਬੋਸ ਐ ਨੋਮ ਪੋਸਾ ਨਾ ਵੇਰ ਇਸ ਬਾਜ਼ੀ ਉਸ ਪ੍ਰਿਓਰੇ ਐ 10 ਸੈਂਟੀਮੀਟਰ ਕਹਿੰਦੇ 10 ਸੈਂਟੀਮੀਟਰ ਤੋਂ ਵੱਧ ਨਹੀਂ ਚਾਹੀਦੀ ਗੱਲ ਕਿਨ ਬਿਫਾਲ ਸੋ 10 ਸੈਂਟੀਮੀਟਰ ਤਾਂ ਮੇਰੇ ਖਿਆਲ ਕਿ ਕਿਸੇ ਦਿਨ ਨਹੀਂ ਹੋਣੀ ਐ ਵੀ 10 ਸੈਂਟੀਮੀਟਰ ਸਵਾਜ਼ੀ ਹੋਵੇ ਤਾਂ ਫਿਰ ਤਾਂ ਟੈਨਸ਼ਨ ਹੀ ਕੋ ਨਹੀਂ ਠੀਕ ਐ ਫਿਰ ਤੇ ਜਿਸ ਟਾਈਮ ਗੱਡੀ ਨੇ ਮੋੜਨਾ ਹੁੰਦਾ ਤਾਂ ਟਾਇਰ ਬਾਹਰ ਨਿਕਲ ਟਾਇਰਾਂ ਦੇ ਕੋਨੇ ਬਾਹਰ ਨਿਕਲੇ ਹੁੰਦੇ ਕਹਿੰਨੇ ਕਹਿੰਦੇ ਰਿਸ਼ਕਿਆਰ ਐ ਦੀ ਦੋਰਾਂਤੇ ਪੇਡੋਨਿਕ ਇਹ ਮਰਜ਼ੀ ਪੇ ਦੀ ਜਿਹੜੀ ਕਿ ਰਿਸ਼ ਰਹਦੀ ਐ ਬਣੀ ਮਰਜ਼ੀ ਪੇ ਦੀ ਰਪੇ ਤਨ ਲਈ 10 ਸੈਂਟੀਮੀ ਥੋੜਾ ਹੁੰਦਾ 10 ਸੈਂਟੀਮੀਟਰ ਜਿਹੜਾ ਹੁੰਦਾ ਨਾ ਇਹ 1 ਫੁੱਟ ਦਾ ਤੀਜਾ ਹਿੱਸਾ ਹੁੰਦਾ ਹੈ ਠੀਕ ਹੈ ਕਰ ਲੋ ਕਿ 4 ਇੰਚ ਹੀ ਤਕਰੀਬਨ ਹੁੰਦਾ ਹੈ ਇਹ 10 ਸੈਂਟੀਮੀਟਰ ਤੇ ਇਤਨਾ ਸਵਾਲ ਜੋ ਥੋੜਾ ਨਹੀਂ ਹੋ ਸਕਦਾ ਇਹ ਵੀ ਫਾਲਸ ਹੋਇਆ ਕਿਨੇ ਵੀ ਕੋਲੀ ਪਜ਼ਾਮ ਜਿਹੜੀ ਭਾਰੇ ਘੜੀਆਂ ਨੇ ਹਾਂ ਨਾ ਸਵਾਲ ਦੀ ਸੁਪਰੀ ਹੋਰ ਇੱਕ ਕੁਰਾਨਤਾ ਚੰਤੀ ਮੈਤਰੀ ਕਨ 45 ਸੈਂਟੀਮੀਟਰ ਤੂੰ ਹੁੰਦਾ ਹੈ ਦੇਖੋ ਸਵਾਲ ਦੇ ਦਾ ਸੀ ਕੁਝ ਸਾਈਜ਼ ਨਹੀਂ ਕੀਤਾ ਪੜਿਆ ਹੋਇਆ ਵੀ ਠੀਕ ਹੈ ਵੀ ਕਿਤਨਾ ਹੁੰਦਾ ਹੈ ਕਿਤਨਾ ਨਹੀਂ ਹੁੰਦਾ ਗੱਡੀਆਂ ਤੇ ਰਿਪੈਂਡ ਕਰਦੇ ਕਿਹੜੀ ਗੱਡੀ ਤੇ ਵੱਡੀਆਂ ਗੱਡੀਆਂ ਥੋੜਾ ਜ਼ਿਆਦਾ ਹੁੰਦਾ ਛੋਟੀਆਂ ਘੱਟ ਹੁੰਦਾ ਹੈ ਠੀਕ ਹੈ ਅਸੀਂ ਇਤਿਆਹਾਤ ਕਰਨੀ ਹੁੰਦੀ ਹੈ ਇਸ ਸਪੀਡ ਆਸਤਾ ਕਰਨੀ ਹੁੰਦੀ ਹੈ ਠੀਕ ਹੈ ਇਸ ਵਿੱਚ ਕੋਈ ਲਿਮਟ ਨਹੀਂ ਅਸੀਂ ਕਿਤੇ ਵੀ ਪੜੀ ਹੈ ਵੀ ਥਿਉਰੀ ਦੇ ਵਿੱਚ ਠੀਕ ਹੈ ਇਸ ਕਰਕੇ ਲਿਮਟ ਜਦ ਵੀ ਦੱਸਣਗੇ 10 ਸੈਂਟੀਮੀਟਰ ਦਾ ਤਾਂ ਤੂੰ ਵੱਧ ਹੋਵੇਗਾ ਗਲਤ ਬਣ ਗਿਆ ਠੀਕ ਹੈ ਦੇ ਬਨ ਐਸਰੇ ਦੇ ਨੋਰਮਲ ਦਤਾ ਤੋਂ ਸਪੈਸੀਫਾਈ ਕਿਉਂ ਦ੍ਰਿਵਿਦੋਰੀ ਸਪਲੇਮੈਂਟ ਕਨਸਪਲ ਸਪੈਸ ਸਪਲੀਮੈਂਟਰੀ ਜਿੰਦੇ ਤੱਕ ਇਹਨਾਂ ਦੇ ਗਲ ਕਨੇ ਵੀ ਫਾਲਸ ਹੋਇਆ ਇਦਾਂ ਦੀ ਕੋਈ ਇਦਾਂ ਦਾ ਕੋਈ ਸਪੈਸ਼ਲ ਇਦਾਂ ਲਈ ਸਪੈਕਿਓ ਨਹੀਂ ਦਿੱਤਾ ਗਿਆ ਹੁੰਦਾ ਸਪੈਸ ਸਪੈਕ ਸਪਲੀਮੈਂਟਾਰੇ ਹੋਰ ਨਾ ਹੀ ਇਹਦਾ ਕੋਈ ਕੁਆਂਟੀਟੀ ਦਿੱਤੀ ਦੱਸੀ ਗਈ ਹੁੰਦੀ ਵੀ ਕਿ 45 ਸੈਂਟੀਮੀਟਰ ਤੋਂ ਉੱਤੇ ਹੋਵੇ ਜਾਂ ਨਾ ਹੋਵੇ ਠੀਕ ਹੈ ਇਸ ਕਰਕੇ ਫਾਲਸ ਹੋ ਕਨੇ ਵਿ ਕੋਲ ਪਿਆਨ ਤੇ ਨੋਮੋਸੋਨਾ ਵੇਰੇ ਦੀ ਨੋਰਮਾ ਸਵਾਲ ਜੀ ਲੁੰਗੇਜ਼ਾ ਸੁਪਰੀਓਰੇ ਕੁਰਾਂਤਾ 30 ਸੈਂਟੀਮੀਟਰ ਕਿਨੇ 40 ਸੈਂਟੀਮੀਟਰ ਤੋਂ ਦੇਖੋ ਇੱਕ ਫੋਟੋ ਥੋੜਾ ਜਿਹਾ ਜਨਾਜ ਇੱਕ ਇੱਕ ਸਵਾਈ ਫੋਟੋ ਦਾ ਇੱਕ ਫੋਟੋ 4-5 ਇੰਚ ਹੁੰਦਾ ਹੈ 5 ਇੰਚ ਇਹ ਵੀ ਗਲਤ ਕਹਿਨੇ ਪੇ ਫਾਲਸ ਹੋਇਆ ਇੱਥੇ ਵੀ ਗਲਤ ਕਹਿਨੇ ਪੇ ਕਿਉਂਕਿ ਇਹ ਵੀ ਬਹੁਤ ਥੋੜਾ ਬਣਦਾ ਹੈ ਔਰ ਅਸੀਂ ਵੈਸੇ ਵੀ ਲਿਮਟ ਕਿਤੇ ਕੋਈ ਪੜੀ ਹੋਈ ਨਹੀਂ ਹੈ ਵੀ ਕਿ ਪੜੀ ਵੇ ਲੋ ਕੋਈ ਵੇਰੋ ਕੁਆਚਨਾ ਵਿੱਚ ਤੁਸੀਂ ਜਾਂ ਸੀਰੀ ਵਿੱਚ ਕੁਝ ਲਿਖੋ ਲਿਮਟ ਪੜੀ ਸੀ ਵੀ ਸਵਾਲ ਦੋ ਇੰਚ ਸੈਂਟੀਮੀਟਰ ਹੋਣਾ ਵੈ ਨਹੀਂ ਬਿਲਕੁਲ ਕਿਉਂਕਿ ਗਣੀਆਂ ਤੇ ਪੈਂਡ ਕਰਦਾ ਠੀਕ ਹੈ ਇਸ ਕਰਕੇ ਫਾਲਸ ਹੋਇਆ ਕਿਆ ਸਵਾਲ ਜੀ ਸੋਨੋ ਵਿਅਤਤਾ ਦੀ ਸਵਾਲ ਜੀ ਮਨਾਈ ਹੁੰਦੀ ਹੈ ਸੋ ਕਿਉਂਕਿ ਸਵਾਲ ਜੋ ਤੁਹਾਡਾ ਉਸ ਟਾਈਮ ਹੀ ਵੱਧ ਜਾਂਦਾ ਜਿਸ ਟਾਈਮ ਕਾਰੀਕ ਸਪੋਰਟ ਜੰਤੇ ਹੋਵੇ ਜਿੰਨਾ ਕਾਰੀਕ ਸਪੋਰਟ ਜੰਤੇ ਹੋਵੇ ਸਵਾਲ ਜੋ ਹੀ ਵੱਧ ਗਿਆ ਨਾ ਗੱਡੀ ਦਾ ਕੀ ਖਿਆਲ ਹੈ ਕਿ ਨਹੀਂ ਇਸ ਕਰਕੇ ਕੋਈ ਲਿਮਟ ਨਹੀਂ ਹੁੰਦੀ ਹੈ ਵੀ ਇਸ ਤਰ੍ਹਾਂ ਦਾ ਸਪੈਸ਼ਲ ਕਿਆ ਸਵਾਲ ਜੀ ਸੋਨੋ ਵਿਅਤਤਾ ਦੀ ਸੋ ਲੈ ਆਪ ਤਾਂ ਬਹੁਤ ਅਕਸਰ ਬਾਨੀ ਪਰਕੇ ਨੇ ਕੰਪਰੋਮਿਟਨੋ ਲਾ ਟੈਨਿਡੋ ਸਰਦਾ ਕਨ ਕੋਮਪਰੋਮਿਟ ਰਿਸਕ ਵੀ ਪੰਨ ਟੈਨਟੂ ਸਟਰਾਟਰੀ ਪਕੜ ਜੀ ਰੋਡ ਦੇ ਨਾਲ ਹੋਰ ਇਸ ਕਿ ਬੰਨੇ ਗਲਤੀਆਂ ਵੀ 500 ਹਿਆ ਇਹ ਪਕੜ ਦੇ ਰੋਡ ਦੀ ਰਿਸਕ ਵਿੱਚ ਨਹੀਂ ਬੰਦੇ ਆ ਵੀ ਇਹਨਾਂ ਦਾ ਇਹਦੇ ਨਾਲ ਤੱਲਕ ਨਹੀਂ ਹੈ ਵੀ ਠੀਕ ਹੈ ਪਕੜ ਜੀ ਟੈਰਾਂ ਤੇ ਨਾ ਹੁੰਦੀ ਹੈ ਇਹ ਜਿਹੜੇ ਹੁੰਦੇ ਨੇ ਅੱਗੇ ਪਿਛਾਉਂਦੀ ਜਾਂਦੀਆਂ ਚੀਜ਼ਾਂ ਨੂੰ ਯਾਨੀ ਕਿ ਮਾਰ ਝੇਬੇ ਦੇ ਉੱਤੇ ਚੜ ਜਾਣਾ ਜਾਂ ਫਿਰ ਟੱਚ ਹੋ ਜਾਣਾ ਜ਼ਮੀਨ ਨਾਲ ਇਹ ਪ੍ਰੋਬਲਮਾਂ ਕ੍ਰੀਏਟ ਕਰਦੀਆਂ ਠੀਕ ਹੈ ਸਵਾਲ ਜੀ ਮਨਾਈ ਥੋੜੀ ਹੋ ਸਕਦੀ ਹੈ ਯਾਨੀ ਕਿ ਇਹ ਇਦਾਂ ਦੀ ਕੋਈ ਚੀਜ਼ ਨਹੀਂ ਹੈ ਵੀ ਇਹ ਬਟਨ ਬਟਨ ਥੋੜੀ ਲੱਗੇ ਬਟਨ ਦਬਾਓਗੇ ਸਵਾਲ ਜੀ ਆ ਜਾਏਗੀ ਬਟਨ ਦਬਾਓਗੇ ਤਾਂ ਸਵਾਲ ਜੀ ਖਤਮ ਹੋ ਜਾਏਗੀ ਇਦਾਂ ਦੀ ਕੋਈ ਚੀਜ਼ ਨਹੀਂ ਹੈ ਠੀਕ ਹੈ ਜੇ ਬੰਦਾ ਆਖਣ ਵੀ ਹਾਂ ਵਿਚਾਰ ਦੁਬਾਰਾ ਰੋੜ ਤੇ ਬਣਾਈ ਹੈ ਸਵਾਲ ਜੀ ਤਾਂ ਗੱਡੀ ਦਾ ਸਵਾਲ ਜ਼ੋਂਦਾ ਹੋ ਤਾਂ ਹਮੇਸ਼ਾ ਨਾਲ ਰਹਿਣਾ ਹੁੰਦਾ ਠੀਕ ਹੈ ਇਸ ਕਰਕੇ ਫਾਲਸੋ ਅੱਗੇ ਜਿਹੜਾ ਰਗਾਸੀ ਪੜਾਂਗੇ ਇਨਗੋਮbro ਦਰ ਕਰ ਜਾਂਦਾ ਇਨਗੋਮbro ਜਿਹੜਾ ਗੱਡੀ ਦੀ ਗੱਡੀ ਦਾ ਹੁੰਦਾ ਠੀਕ ਹੈ ਦੇਖੋ ਇਨਗੋਮbro ਵਿੱਚ ਨਾ ਟੋਟਲ ਜਿਹੜਾ ਹੁੰਦਾ ਨਾ ਫਾਸ਼ਾ ਇਨਟਰਨੋ ਫਾਸ਼ਾ ਐਕਸਟਰਨੋ ਟੋਟਲ ਨਾ ਪੰਜਾ ਜਿਹਦੇ ਵਿੱਚ ਰਿਜਨ ਤੋਰ ਲੋਂਦਾ 53 ਤੇ ਕਰੋਨਾ ਸਰਕੂਲਰ ਹੁੰਦਾ ਹੈ ਕਰੋਨਾ ਸਰਕੂਲਰ ਜਿੱਥੇ ਗੱਡੀ ਨੇ ਘੁੰਮਣਾ ਚੱਲ ਕੇ ਉਹ ਹੁੰਦਾ ਹੈ 7ਵੀਂ ਇਸ ਗੱਲ ਨੂੰ ਜ਼ੈਨ ਵੀ ਤੁਸੀਂ ਜਦ ਤੱਕ ਬਿਠਾਓਗੇ ਅਸੀਂ ਫਿਰ ਤਦ ਤੱਕ ਪਹੁੰਚਾਵਾਂਗੇ ਮੰਗਲ ਤੱਕ ਕੀ ਖਿਆਲ ਹੈ ਮੰਗਲਵਾਰੀ ਅਗੂ ਪੜਾਂਗੇ ਅੱਜ ਲਈ ਕਾਫੀ ਹੈ ਠੀਕ ਹੈ ਠੀਕ ਹੈ ਕਿਉਂਕਿ ਤੁਸੀਂ ਸਵਾਲਸ ਵਗੈਰਾ ਨੂੰ ਮੀਟਰਾਂ ਨੂੰ ਯਾਦ ਕਰ ਲਓ ਉਹਨਾਂ ਚੀਜ਼ਾਂ ਨੂੰ ਫਿਰ ਅਸੀਂ ਇਹ ਕਰੋਨਾ ਚਰਕਲਾ ਰਏ ਇਹ ਉਹ ਨਦੀ ਦੇ ਬਾਰੇ ਪੜਾਂਗੇ ਕਰੋਨਾ ਚਰਕਲਾ ਜਿਹੜਾ ਹੁੰਦਾ ਨਾ ਇਹ ਪਿਕਚਰ ਤੋਂ ਇਹ ਵੀ ਵਧੀਆ ਚੀਜ਼ ਤਰੀਕੇ ਨਾਲ ਸਮਝਾਣ ਹੋਵੇਗੀ ਨਾ ਤੇ ਇਹ ਹੁੰਦਾ ਟੋਟਲ ਅੰਦਰੋਂ ਬਾਹਰ ਨਾਪ ਕੇ ਇਹ ਹੁੰਦਾ 12 ਰਿੰਝ ਹੁੰਦੇਰ ਨਾਲ ਜਿਹੜਾ ਹੁੰਦਾ ਇਹ ਹੁੰਦਾ 5 3 ਔਰ ਕਰੋਨਾ ਚਰਕਲਾ ਰਏ on the 7ਵੀਂ ਠੀਕ ਹੈ ਤੇ ਇਹਦੇ ਬਾਰੇ ਮਜ਼ੀਦ ਅਸੀਂ ਡਿਟੇਲ ਨਾਲ ਗੱਲਬਾਤ ਕਰਾਂਗੇ ਮੰਗਲ ਨੂੰ ਕੀ ਖਿਆਲ ਹੈ ਸਹਿਮਤ ਹੋ ਮੇਰੀ ਇਸ ਗੱਲ ਨਾਲ ਰਾਜ਼ੀ ਹੋ ਰਾਜ਼ੀ ਨਹੀਂ ਰਾਜ਼ੀ ਵਧੀਆ ਸਬਰ ਕਰਕੇ ਜ਼ਬਰ ਸਬਰ ਕਿਉਂਕਿ ਕੋਈ ਛੋਟੇ ਛੋਟੇ ਚੀਜ਼ ਫਰੇ ਨੇ ਹਾਂਜੀ ਤੇ ਲਿਮਟ ਦੇ ਬਾਰੇ ਕੀ ਐਸੇ ਇੱਕ ਨਜ਼ਰ ਮਾਰ ਲੈਂਦੇ ਆ ਜਿਵੇਂ ਕਿ ਤੁਸੀਂ ਦੇਖ ਸਕਦੇ ਤੁਸੀਂ ਲੁੰਗੇ ਦਾ 1000 ਸੁਪਰੀਅਰ 2 ਟਾਈ ਇਹ ਆਪਣਾ 255 ਲੱਤੇ ਦਾ 4 ਮੀਟਰ ਤੇ 12 ਮੀਟਰ ਸੋਰੀ ਲੁੰਗੇ ਦਾ 12 ਮੀਟਰ ਲਰਗੇ ਦਾ 255 ਆਟੀਪੀ ਦਾ 260 ਹੁੰਦਾ ਹੈ 4 ਮੀਟਰ ਉਚਾਈ ਠੀਕ ਹੈ ਅੱਗੇ ਕੁਝ ਹਾਸਿਲ ਨਹੀਂ ਨਿਮਟਾਣੇ ਤੁਸੀਂ ਵੀਡੀਓ ਦੇਖ ਕੇ ਬੰਦਾ ਡੋਕਣਾ ਚਾਹੀਦਾ ਕੋਈ ਦੇਖ ਸਕਦਾ ਹੈ ਠੀਕ ਹੈ ਆਰਾਮ ਨਾਲ ਦੇਖ ਕੇ ਤੁਸੀਂ ਵੀ ਕਿਹੜੀ ਗੱਡੀ ਦੀ ਕਿੰਨੀ ਲਿਮਟ ਹੈ ਠੀਕ ਹੈ ਜਿਹੜਾ ਕਾਰ ਕਰਮਾਰ ਵਗੈਰਾ ਦੇ ਬਾਰੇ ਪੁੱਛ ਨਹੀਂ ਹੁੰਦੀ ਐ ਵੀ ਠੀਕ ਹੈ ਤੇ 43 ਵਾਲੀ ਗੱਡੀ ਦੀ ਪੁੱਛ ਪੁੱਛ ਹੁੰਦੀ ਹੈ ਕੋਈ ਦੋ ਤਿੰਨ ਸਵਾਲ ਇਹਨਾਂ ਤੇ ਚਲ 255 ਐ ਅਸੀਂ ਪੜ ਚੁੱਕੇ ਹਾਂ 260 ਆਰਟੀਪੀ ਤੇ ਦੋ ਥੱਲੇ ਮੋਟਰਸਾਈਕਲ ਦਾ ਔਰ ਕਾਰਵਾ ਵਗੈਰਾ ਦਾ ਇਹਦੇ ਬਾਰੇ ਵੀ ਪੁੱਛੀਏ ਨਹੀਂ ਐ ਵੀ ਆਹ ਦੇ ਬਾਰੇ ਕੋਈ ਕੁਐਸਚਨ ਹੈ ਨੇ ਜਿਹੜਾ ਅਤੁੱਤ ਨਹੀਂ ਹੁੰਦੀ ਐ 12 ਅਤੇ 800 ਦਾ ਲੰਬਾਈ ਇਹ 1875 ਹੁੰਦੀ ਐ ਠੀਕ ਐ ਅਲੋਰਾ ਅਗੇ ਬਿਜ਼ਾਰ ਕੇ ਜਿਹੜੇ ਨੇ ਇਹਨਾਂ ਲੰਬਾਈ ਇਹਨਾਂ ਦੋਆਂ ਤੋਂ ਵੱਖਰੀ ਹੁੰਦੀ ਐ ਠੀਕ ਐ ਬਿਜ਼ਾਰ ਕੇ ਥੱਲੇ ਵਾਲੀ ਗੱਡੀ ਜਿਹੜੀ ਟਰਾਂਸਪੋਰਟ ਕਰਦੀ ਗੱਡੀਆਂ ਨੂੰ ਇਹਦੇ ਵਿੱਚ ਵੀ ਬਸ ਇਹਦਾ ਪੁੱਛ ਨਹੀਂ ਹੋਣਾ ਹੈ ਦੂਆ ਐਸੀ ਤਰੇ ਐਸੀ ਦੀ ਲੰਬਾਈ ਪੁੱਛਣੀ ਹੋਣੀ ਹੈ ਵੀ ਠੀਕ ਹੈ ਲੇਕਿਨ 12 ਮੀਟਰ ਨਹੀਂ ਹੁੰਦੀ 13.50 ਅਸੀਂ 15 ਮੀਟਰ ਦੇਖ ਸਕਦੇ ਹਾਂ ਲੇਕਿਨ ਇਹਦੀ ਪੁੱਛ ਨਹੀਂ ਹੋਣੀ ਹੈ ਕੁਐਸਚਨ ਨਹੀਂ ਆਉਣਾ ਹੈ ਵੀ ਅੱਗੇ ਇੱਥੇ ਸਿਰਫ 12 ਮੀਟਰ ਪੁੱਛਣਾ ਜਿਹੜਾ ਆਤ ਆਤ ਬਸਤੂ ਡਿਫਰੈਂਟ ਜਿਹੜੀਆਂ ਨੇ ਰਿਮੋਰ ਕੀ ਦੇ ਨਾਲ ਤੇ ਅਗੇ ਇਹ ਡਿਫਰੈਂਸ ਹੈ ਇੱਥੇ ਫਰਕ ਪੈਂਦਾ ਹੈ ਜਿਹੜਾ ਰਿਮੋਰ ਕਿਓ ਆਤੋ ਤਿਗਲਾਤੀ ਜਿਹੜੀ ਹੈ ਜਿਹੜਾ ਅਸੀਂ ਪੜਿਆ ਸੀ ਦੋ ਕੁਐਸਚਨ ਨੇ ਕਨਫਿਊਜ਼ ਕਰਨ ਵਾਲੇ ਸੀ ਠੀਕ ਹੈ ਇਹ ਇਸ ਵਿੱਚ ਅਵੰਜ਼ਾਮੈਂਟ ਦੀ ਲਾਲਾ ਦੀ ਵੈਜਨਲ ਫਰਕ ਪੈਦਾ ਹੁੰਦਾ ਠੀਕ ਹੈ ਕਿ ਨਾ ਉਤਲਾ ਜਿਹੜਾ ਹੈ ਕਹਿੰਦੇ ਨੇ ਵੀ 1650 ਦੂਸਰਾ ਨੰਬਰ ਵਾਲੇ ਨੇ ਜਿਹੜੀ ਹੈ ਇਹਦੇ ਇਹਨਾਂ ਦੋਵਾਂ ਦੇ ਬਾਰੇ ਦੋ ਕੁਐਸਚਨ ਆ ਨੇ 1650 ਜਿਹੜਾ ਹੈ ਪਾਰਟੀਕੂਲਰ ਦੀ ਫਿਰ ਕੀ ਅਵੰਜ਼ਾਮੈਂਟ ਦਰਾ ਆ ਬੀਆ ਪਾਰਟੀਕੂਲਰ ਕਰਤੀ ਤੇ ਫਿਰ ਕੀ ਅਵੰਜ਼ਾਮੈਂਟ ਦੀ ਦੀ ਪਾਰਟੀਕੂਲਰ ਕੁਝ ਖਾਸ ਕਿਸਮ ਦੀ ਹੋ ਪਈਆਂ ਨੇ ਇਸ ਕਰਕੇ 1650 ਸਿੱਧਾ ਹੈ ਔਰ ਦੂਜੇ ਨੰਬਰ ਤੇ ਆ ਗਿਆ 1550 1550 ਵੀ ਆਤੂ ਕਰ ਦਿੱਤੀ ਗਲਾਤੀ ਕਨ ਆਵਨ ਦਾ ਮੈਂ ਤੋਂ ਰਾਲਾ 3 ਮੀਟਰ ਕਿਹ ਹੈ ਆਵਨ ਦਾ ਮੈਂ ਤੋਂ ਰਾਲਾ 3 ਮੀਟਰ ਹੈ ਰਿਸਪੈਟ ਉਹ ਅਪਰਤੰਤਰੀ ਦੇ ਰਮੋਰ ਦੇ ਸਮਰਮੋਰ ਦੇ ਦੇ ਦਿੱ ちゃっ ਤੇ ਇਸ ਕਰਕੇ ਦਾ ਟੋਟਲ 1550 ਯਾਨੀ ਇਹ ਦੋ ਚੀਜ਼ ਫਰੇ ਨੇ ਦੋ ਹੀ ਕੁਐਸਚਨ ਹੈ ਜੇ ਇਹਦੋ ਵੀ ਕੁਐਸਚਨ ਆਵਣ ਆਤੂ ਕਰ ਦਿੱਤੀ ਗਲਾਤੀ ਵਾਲੇ 1650 ਆਵੇ ਜਾਂ 1550 ਆਵੇ ਤੁਸੀਂ ਵੇਰੋ ਕਰਦੇ ਦੋ ਹੀ ਕੁਐਸਚਨ ਨੇ ਗੱਲ ਬਣਾਈ ਠੀਕ ਹੈ ਤੇ ਵੇਰੋ ਨੇ ਇਹਦੇ ਤੋਂ علاوہ ਕੋਈ ਹੋਰ ਜਿਸ ਕੇ ਚੀਫਰਾ ਪੁੱਛਣਗੇ ਜ਼ੈਰੀ ਗੱਲ ਹੈ ਉਹ ਫਿਰ ਗਲਤ ਹੋ ਜਾਏਗਾ ਉਹਦੇ ਤੋਂ علاوہ ਇਹ ਹੈਗਾ ਤੁਹਾਨੂੰ ਦੱਸਿਆ ਸੀ ਮੈਂ ਫਾਸ਼ਿਨ ਇੰਗੋਮਬੋ ਜਿਲਾ ਇੰਗੋਮਬੋ ਜਿਲੇ ਇਹ ਇਹਦੇ ਵਿੱਚ ਦੇਖੋ ਸਭ ਤੋਂ ਪਹਿਲੇ ਚੀਫਰਾ ਸੀ ਪੜਾਂਗੇ ਅ 1250 ਚੀਫਰਾ 1250 ਜਿਹੜਾ ਚੀਫਰਾ ਨਾ ਇਹ ਹੈਗਾ ਰੇਜੀਓ ਐਸਟਰਨਾ ਦੇ ਬਾਰ ਬਾਰ ਬਾਰਾ ਪੰਜਾ ਮੈਟਰੀ ਠੀਕ ਹੈ ਰੇਜੀਓ ਐਸਟਰਨਾ ਬਾਰਾ ਤਰੀ ਓरिजिन ਤੇrna 53 ਤੇ ਔਰ ਕਰੋਨਾ ਸਰਕੂਲਰ ਜਿੱਥੇ ਗੱਡੀ ਘੁੰਮਣ ਲਗੀ ਹੈ ਘੁੰਮਣਾ ਕਿੰਨੇ ਏਰੀਆ ਵਿੱਚ ਹੈ 7 ਦੀ ਹੁੰਦਾ ਹੈ ਠੀਕ ਹੈ ਜਿਹੜਾ ਕਿ ਤੁਹਾਨੂੰ ਅ ਅਗਲੀ ਕਲਾਸ ਦੇ ਵਿੱਚ ਕੰਮ ਆਉਣਾ ਹੈ ਅਲੋਰਾ ਜਿਆਦਾ ਸੱਨ ਗੱਡੀ ਘੁੰਮ ਸਕਦੀ ਹੈ ਜੇ ਅਗਲੇ ਪਿਛਲੇ ਆਸੇ ਵਿਸਤੇ ਰਜ਼ਾਨ ਤੇ ਹੋਣ ਪਿਛਲੇ ਆਸੇ ਵੀ ਘੁੰਮਦੇ ਹੋਣ ਤੇ ਹੁਣ ਇਹ ਅਗੇ ਸਵਾਲ ਜੋ 500 ਇੰਤਰਾਸੇ ਜਿਹੜਾ ਸੀਸੀ ਮੈਂ ਤੁਹਾਨੂੰ ਸਮਝਾਣਾ ਚਾਹ ਰਿਹਾ ਸੀ ਸਵਾਲ ਜੋ 500 ਇੰਤਰਾਸੇ ਅਸੀਂ ਇੱਥੇ ਰਾਮ ਦੇ ਸਕਦੇ ਆ ਠੀਕ ਹੈ ਆਹ ਲਓ ਐਰ ਗੇ ਸਵਾਲਦੋ ਟਾਇਰ ਤੋਂ ਪਿੱਛੇ ਸਵਾਲਦੋ ਟਾਇਰ ਤੋਂ ਗਿਆ ਠੀਕ ਹੈ ਸਵਾਲਦੋ ਅੰਤਰੀਅਰ ਹੈ ਸਵਾਲਦੋ ਬਸਤਰੀ ਹੋਰ ਸਵਾਲਦੋ ਅੰਤਰੀਅਰ ਇਹਦੇ ਤੇ ਜ਼ਰ ਕਾਰਟੇ ਇੰਨ ਤਰ੍ਹਾਂ ਸੇ ਪਾਸ ਹੋ ਜਰਾ ਹੈ ਐ ਸੈਂਟਰ ਵਾਲੇ ਜਗ੍ਹਾ ਜਿਹੜੀ ਸਾਰੀ ਇੰਨ ਤਰ੍ਹਾਂ ਸੇ ਜਿੱਥੇ ਪਾਸੋ ਲਿਖਿਆ ਹੋਇਆ ਹੈ ਇਹ ਤੁਸੀ 30 ਦਿਨਾਂ 'ਚ ਆਸਾਨ ਨਾਲ ਬੰਦਾ ਦੇਖ ਸਮੇਂ ਦੱਸ ਸਮਝ ਸਕਦਾ ਹੈ ਠੀਕ ਹੈ ਕਰਜਾਤਾ ਕਿੱਥੇ ਹੁੰਦਾ ਗੱਡੀ ਦਾ ਕਰਜਾਤਾ ਵੀ ਇੱਥੇ ਦੱਸਣਗੇ ਇਹਨਾਂ ਨੂੰ ਦੇਖੋ ਸਵਾਲਦੋ ਵੱਧ ਗਿਆ ਹੈ ਜੇ ਗੱਡੀ ਦੇ ਪਿੱਛੇ ਹੈ ਇਹ ਜੀ ਹੇਠਾਂ ਸੀ ਦੇਖਦੇ ਆ ਕਰੇ ਕੋ ਪਿੱਛੇ ਲਟਕਿਆ ਹੋਇਆ ਹੈ ਜਦਾ ਦਾ ਠੀ ਅਲੋਰਾ ਸਬਾਦ ਦੀ ਪ੍ਰਾਬਲਮ ਕੀ ਹੁੰਦੀ ਹੈ ਅੰਗਲੋ ਆਤਾ ਕੋ ਅੰਗਲੋ ਟੱਚ ਹੁੰਦਾ ਹੈ ਅਗਲਾ ਅਗਲੋ ਉਤਲੀ ਉਤਲੇ ਪਿਕ ਟਾਕਾਂ ਦੇ ਵਿੱਚ ਅਗਲਾ ਅਗਲੋ ਡਾਕੂ ਚ ਟੱਚ ਹੁੰਦਾ ਹੈ ਪਿੱਛੇ ਅ ਥੱਲੇ ਲੈਣ ਵਿੱਚ ਟਲਦੇ ਆ ਜਾਂ ਚੜਦੇ ਆ ਦੇਖੋ ਅਗਲੋ ਸ਼ੀਤਾ ਅੰਗਲੋ ਰਜਿਸਟਰ ਤੁਸੀਂ ਇੰਟਰ ਹੋ ਰਿਚ ਚੜਾਈ ਦੇ ਵਿੱਚ ਚੜਦੇ ਹੋ ਤੇ ਅੰਗਲੋ ਦੀ ਰਾਮ ਤੇ ਅੰਗਲੋ ਦੀ ਰਾਮ ਤੇ ਰਜਰਾ ਅੰਗਲੋ ਕੋਨਾਰਾ ਹੈ ਪਹਿਲੇ ਤਾਂ ਗੱਡੀ ਦਾ ਅੰਗਲੋ ਟੱਚ ਹੋ ਰਿਆ ਸੀ ਨਾ ਅਗਲਾ ਕਿਨਾਰਾ ਪਿਛਲਾ ਕਿਨਾਰਾ ਕੋਨਾ ਤੇ ਉਹਨਾਂ ਅੰਗਲੋ ਜਿਹੜਾ ਥੱਲੇ ਦੀ ਪਿਕਚਰ ਵਿੱਚ ਅੰਗਲੋ ਡਰਾਮ ਤੇ ਉਹ ਟੱਚ ਹੋ ਰਿਹਾ ਗੱਡੀ ਦੇ ਸੈਂਟਰ ਵਿੱਚ ਠੀਕ ਹੈ ਅਲੋ ਡਿਫਿਕਲਟੀ ਡਿਫਿਕਲਟ ਨਿਯਮ ਹੰਤਾਰਿਆ ਜੇ ਜੇ ਆਸਾਨੀ ਪਤਾ ਹੁੰਦੀ ਹੈ ਜੇ ਗੱਡੀ ਦੇ ਆਤਸ ਤੇ ਰਜ਼ਾਨ ਤੇ ਜਿਹੜੇ ਨਾ ਪਿਛਲੇ ਟਾਇਰ ਵੀ ਘੁੰਮਦੇ ਹੋਣਾ ਸਿਰ ਦੇ ਨਾਲ ਉਦੇ ਵਿੱਚ ਆਸਾਨੀ ਪਤਾ ਹੁੰਦੀ ਹੈ ਅਲੋ ਕਰਜਾਤਾ ਕਰਜਾਤੇ ਦੀ ਪਿਕਚਰ ਇਹ ਹੈਗੀ ਸਾਡੇ ਕੋਲ ਕਰਜਾਤੇ ਹੁੰਦੇ ਨੇ ਦੇਖੋ ਕਰਜਾਤਾ ਉਹ 500 ਇੰਤਰਾਸਿਸ ਬਾਲਜ਼ੋ ਉਹ ਦੂਜੀ ਸਾਈਡ ਹੈ ਜਦੋਂ ਵਧੀਆ ਅੰਦਰ ਨਹੀਂ ਆ ਰਿਹਾ ਐਪਰੋਨ ਇਮਪਰੋਨ ਤੇ ਜਿੱਥੇ ਨਿਸ਼ਾਨ ਲੱਗੇ ਨੇ ਟਾਇਰਾਂ ਦੇ ਇਹਨਾਂ ਸੈਂਟਰ ਵਾਲੀ ਜਿਹੜੀ ਜਗ੍ਹਾ ਹੈ ਇਹ ਕਰਜਾਤਾ ਹੁੰਦਾ ਗੱਡੀ ਦਾ ਠੀਕ ਹੈ ਉਮੀਦ ਹੈ ਵੀਡੀਓ ਛੇਤੀ ਸਾਰੀ ਹਲਪ ਹੋ ਵੀ ਹੋਵੇਗੀ ਤਾਂ ਮਿਲਦੇ ਆਂ ਅਗਲੀ ਵੀਡੀਓ ਵਿੱਚ ਰੱਬ ਰਾਖਾ ਚੈਪਟਰ ਪੇ 7105 ਨੰਬਰ ਭੇਜ ਹੈ ਕੰਨ ਦੇ ਨੇ ਪਹਿਲੇ ਕੁਐਸਚਨ ਦਾ ਆਜੋਤਾ ਫਾਸ਼ੇ ਦਿਨ ਗੋਮਰੋ ਫਾਸ਼ੇ ਦਿਨ ਗੋਮਰੋ ਜਿਹੜਾ ਹੁੰਦਾ ਹੈ ਠੀਕ ਹੈ ਜਦ ਗੱਡੀ ਮੁੜਦੀ ਹੈ ਨਾ ਇਹਦੇ ਬਾਰੇ ਮੈਂ ਤੁਹਾਨੂੰ ਦੱਸ ਰਿਹਾ ਸੀ ਇਹ ਤੇ ਦੂਸਰਾ ਪੇਜ ਆ ਗਿਆ 150 ਤੇ ਨਹੀਂ ਪੜਨਾ ਸੀ ਭਲੇ ਜੀ 150 ਪੜਨਾ ਰਗਾ ਸੀ ਅਸੀਂ ਹੈ ਨਾ ਇੱਥੇ ਪਾਣੀ ਤੋਂ ਕੱਲੇ ਜਾਓ 150 ਨੰਬਰ ਪੇਜ ਤੇ ਆਜੋ ਰਗਾ ਸੀ ਕਿ ਛੋਟੀਆਂ ਪੜ੍ਹਣੇ ਨਾ ਜੀ ਫਾਸ਼ੀ ਇੰਗੋਮbro ਤੋਂ ਅੰਦਰ ਆਸੀ ਮੈਂ ਸਿਰਫ ਦੱਸਿਆ ਸੀ ਪੜਾਇਆ ਨਹੀਂ ਸੀ ਆ ਵੀ ਇਸ ਪੇਜ ਨੰਬਰ ਪੇਜ ਹੈ ਯਾਦ ਰੱਖਿਆ ਕਰੋ ਚੈਪਟਰ ਨੰਬਰ ਹੈਗਾ 7 ਫਾਸ਼ੀ ਇੰਗੋਮbro ਜਿਹੜਾ ਨਾ ਇਹਦੇ ਵਿੱਚ ਤੁਹਾਨੂੰ ਦੱਸਿਆ ਸੀ ਕਿ ਰੇਡੀਅਸ ਇੰਟਰਨੋ ਹੁੰਦਾ 5.3 ਤੇ ਕਰੋਨਾ ਚਿਰਕੂਲਾਰ ਹੁੰਦਾ 7.20 ਤੇ ਰੇਡੀਅਸ ਇਸਟਰਨੋ ਕਿੰਨਾ ਹੋਇਆ ਫਿਰ 1250 ਸ਼ਾਬਾਸ਼ ਬਹੁਤ ਡੇਰ ਦੱਸਿਆ ਤੁਸੀਂ ਬੰਨਿਆ ਆਹੋ ਬਰਾਵ ਤੁਹਾਡਾ ਤੁਸੀਂ ਤੁਸੀਂ ਪੜਨਾ ਹੈ ਜੇ ਤੁਹਾਨੂੰ ਪਤਾ ਨਾ ਲੱਗਿਆ ਤਾਂ ਮੈਂ ਮੈਨੂੰ ਕੀ ਕਿਵੇਂ ਮੈਂ ਦੱਸਾਂ ਯਾਨੀ ਕਿ ਤੁਸੀਂ ਤੁਰੰਤ ਮੈਨੂੰ ਜਵਾਬ ਦਿਆ ਕਰੋ ਜਿੰਨੂੰ ਪਤਾ ਹੁੰਦਾ ਸ਼ਾਬਾਸ਼ 1250 ਰੇਡੀਓ ਸਤੇਰਨ ਹੋ ਗਿਆ ਇੰਟੀਰਨਲ ਪੰਜਤੀ ਤੇ ਕਰੋਨਾ ਸਰਕੂਲਰ ਹੈ 7ਵੀਂ ਕਹਿੰਦੇ ਨੇ ਬੇ ਇਸਨੇ ਆਲੇ ਲਾ ਫੈਸ਼ਨ ਗੋਮbro ਦੇ ਦਾ ਦਿਉਨਾ ਵਿਕੋਲੋ ਜਿਹੜਾ ਫੈਸ਼ਨ ਗੋਮbro ਹੈ ਇੱਕ ਗੱਡੀ ਦਾ ਠੀਕ ਹੈ ਫੈਸ਼ਨ ਜਿਹੜਾ ਇੰਗੋਮbro ਹੈ ਗੱਡੀ ਦਾ ਦਿਨੋ ਗੋਲੇ ਇਹ ਲਾ ਕਰੋਨਾ ਚਿਰਕੋਲਾ ਦੇ ਹੋ ਜਾਂ ਕਰੋਨਾ ਚਿਰਕੋਲਾ ਲਿਆ ਹੁੰਦਾ ਹੈ ਫੈਸ਼ਨ ਗੋਮbro ਜਿਹੜਾ ਫੈਲਾਉ ਹੁੰਦਾ ਗੱਡੀ ਦੇ ਮੋੜ ਮੋੜਨੇ ਦੌਰਾਨ ਠੀਕ ਹੈ ਜਾਂ ਮੋੜ ਤੋਂ ਮੋੜਨੇ ਦੌਰਾਨ ਜਾਂ ਚੌਂਕ ਵਿੱਚ ਮੋੜਦੇ ਦੌਰਾਨ ਮੈਂ ਥੋੜਾ ਇਸਮੈਂਟ ਮੋਬਾਈਲ ਰਾਖ ਕੇ ਬਾਅਦ ਕਿਹਾ ਸੀ ਕੰਮ ਹੈ ਕਿ ਕਿਹੜੇ ਪੇਜ ਹੈ 195 ਰੁਪਏ ਤੇ ਚੈਪਟਰ ਨੰਬਰ 7 100 250 250 ਦਾ ਫਾਸ਼ੀਨ ਗੋਮਰੋ ਜਿਹੜਾ ਫਾਸ਼ੀਨ ਗੋਮਰੋ ਹੁੰਦਾ ਹੈ ਇਹ ਗੋਮਰੋ ਫੇਲਾਉਂਦਾ ਜਿਹੜੀ ਗੱਡੀ ਦਾ ਕੋਰਨ ਲੱਚੇ ਰਕਰਨ ਜਿਹੜਾ ਜਿੱਤੂ ਬਾਹਰ ਗੱਡੀ ਨੂੰ ਘੁੰਮਣੇ ਜੇ ਰੋਡ ਦੇ ਉੱਤੇ ਹੁੰਦਾ ਹੈ ਅਕੁਪਾਟਲਾ ਦਲਾ ਵੀ ਕੋਲੀ ਜਿਹੜਾ ਅਕੁਪਾਟਲਾ ਤੇ ਗੱਡੀ ਸਤੇਸਾ ਕਵਾਂਦੋ ਪਾਰਕੋਰ ਸਤੇਸਾ ਕਵਾਂਦੋ ਪਾਰਕੋਰ ਅ ਕੁਰਵਾ ਉਹਨਾਂ ਕੁਰਵਾ ਇਲ ਰਿਜਿਓ ਮਿਨੀਮੋ ਰਿਜਿਓ ਦੀ ਪੋਸੀਬਿਲੈ ਦੀ ਸੇਰ ਜਾਂਦੇ ਕਨੇ ਘਟ ਤੋਂ ਘਟ ਜਿਹੜੇ ਥਾਂ ਉਹਨੇ ਕਵਰ ਕਰਨੀ ਹੁੰਦੀ ਹੈ ਉਹਨੂੰ ਕਹਿੰਦੇ ਨੇ ਫਾਸ਼ੀਨ ਗੋਮbro ਜਿਵੇਂ ਫਾਸ਼ੀਨ ਗੋਮbro ਗੱਡੀ ਦੋਂਦੇ ਜਿਹੜਾ ਕਰੋਨਾ ਚਰਕੁਲਾਰੇ ਕਰਦਾ ਹੈ ਨਾ ਜਿਹੜਾ ਚੱਲਦਾ ਹੈ ਰੋਡ ਦੇ ਉੱਤੇ ਜਿਹੜਾ ਘਟ ਤੋਂ ਘਟ ਉਹ ਕੋਸ਼ਿਸ਼ ਹੁੰਦੀ ਹੈ ਨਾ ਜਿਹੜਾ ਸਟੀਅਰਿੰਗ ਘੁਮਾਣਿਆ ਉਹ ਜਗ੍ਹਾ ਥਾਂ ਕਵਰ ਕਰਿਆ ਉਹਨੂੰ ਕਹਿੰਦੇ ਫੈਸ਼ਨ ਗੋਮਬਰਾ ਜਿਵੇਂ ਕਹਨੇ ਦੀ ਮੰਚਿਉ ਨੇ ਦੀ ਰਸਾਈਂ ਉਂਦੇ ਫੈਸ਼ਨਿੰਗੋਮਬਰਾ ਵਾਸ਼ਿੰਗੋਮਬਰਾ ਦੀ ਰਸਾਈਂ ਉਂਦੇ ਦੇ ਨਵੇ ਕੋਲੀ ਨੋਨ ਸੋਨੋ ਇੰਡਿਕਾਤੇ ਨੇਲਾ ਕਾਟਾ ਜੀ ਕਰਸ਼ੋਨੇ ਕਹਨੇ ਕਾਰਤਾ ਜੀ ਕਰਸ਼ੋਨੇ ਤੇ ਇੰਡਿਕਾਟ ਨਹੀਂ ਕੀਤਾ ਗਿਆ ਹੁੰਦਾ ਦਰੁਸ ਕੰਪੇ ਵੇਰ ਹੋਇਆ ਵੇ ਫਰ ਲਾਉ ਜੋ ਗੱਡੀ ਦਾ ਮੋੜ ਦੇ ਦੌਰਾਨ ਕਿੰਨਾ ਹੋਵੇਗਾ ਇਕਾਲਾ ਜਿਕਸ਼ ਨੂੰ ਤੇ ਲਿਖਿਆ ਨਹੀਂ ਹੁੰਦਾ ਵੇਰ ਹੋਇਆ ਫਾਚੀ ਨੀ ਗੋਮbro ਦੀ ਉਹਨਾਂ ਵੀ ਕੋਲੋ ਜਿਹੜਾ ਇਨ ਗੋਮbro ਹੈ ਗੱਡੀ ਦਾ ਦੇਵੇ ਰਿਸਪੇਟਾਰੇ ਡਿਟਰਮੀਨਾਜੀ ਲਿਮਿਤੀ ਰੈਗਿਓ ਫਿਸਾਤੀ ਦਲਾ ਨੋਰੇ ਕਹਿੰਦੇ ਇਹ ਇੱਕ ਇਹ ਲਿਮਟ ਕਾਨੂੰਨ ਦੇ ਤਹਿਤ ਇਹਦੀ ਫਿਕਸ ਕੀਤੀ ਜਾਂਦੀ ਹੈ ਉਹਦੇ ਅੰਦਰ ਅੰਦਰ ਨਰਾਨਾ ਚਾਹੀਦਾ ਨੂੰ ਦੂਸਤ ਗੰਬੇ ਪੇਰੋ ਆ ਜਿਹੜਾ ਜਿਵੇਂ ਕੈਸੀ ਗੱਲ ਕਰ ਰਹੀ ਰਿਜੋ ਅਸਟਰ ਨਾ ਪਾਣੀਦਰੀ ਕਰੋਨਾ ਜੀ ਗਲਾਰੇ 7ਵੀਂ ਰਿਜੋ ਅਸਟਰ ਨਾ 12.5 ਮੀਟਰ ਕੈਨ ਫਾਸ਼ਨ ਗੋਮਰ ਚਾਨਵੋ ਕੁਸ਼ਨ ਹੈ ਜਿਹਨ ਗੋਲੀ ਗੱਡੀ ਦਾ ਦਬਿਆ ਹੋਇਆ ਹੈ ਇਹ ਰਿਜੋ ਅਸਟਰ ਨਾ ਨੋਂਟੋਪਰੀਓਰ ਸਾਢੇ 12 ਮੀਟਰ ਰਿਜੋ ਅਸਟਰ ਨਾ 12.5 ਮੀਟਰ ਤੋਂ ਵੱਧ ਨਹੀਂ ਹੋਣਾ ਚਾਹੀਦਾ ਦਰ ਉਸ ਕੰਬੇ ਬੇਰ ਹੋਇਆ ਰੇਡੀਓ ਸਟੇਰ ਨੂੰ 12 ਮੀਟਰ ਤੋਂ ਬਾਅਦ ਨੂੰ ਚਾਹੀਦਾ ਬੇਰ ਹੋਇਆ ਲਾ ਫਾਚੀਨ ਗੋਮਬੋ ਜਿਹੜਾ ਹੈ ਜੋ ਨਵਿਕਲੀ ਗੱਡੀ ਦਾ ਦੇਵੇ ਬੇਰ ਰੇਡੀਓ ਅੰਦਰ ਨੂੰ ਸੁਪਰੀਓਰ ਸੁਪਰੀਓਰੇ ਆ ਪੰਚਰੀਆਤੀ ਰੇਡੀਓ ਅੰਦਰ ਨੂੰ ਚਾਹੀਦਾ ਕੰਨ ਨੇ ਇਹ ਹੋਣਾ ਚਾਹੀਦਾ ਪੰਜ ਦੀ ਬੇਰ ਹੋਇਆ ਇਹ ਰੇਡੀਓ ਅੰਦਰ ਨੂੰ ਰੇਡੀਓ ਸਟੇਰ ਨੂੰ ਜਿਹੜਾ ਵਧੀਆ ਤਰੀਕਾ ਤੁਹਾਨੂੰ ਮੈਥਿਉਰੀਅਲੀ ਵੀਡੀਓ ਜਿਹੜੀ ਭੇਜਾਂਗਾ ਉਹਦੇ ਵਿੱਚ ਗਰੁੱਪ ਵਿੱਚ ਸਮੇਂ ਲੱਗੇਗੀ ਫਿਰ ਕਹਨੇ ਉਹਨੇ ਵੀ ਗੋਲਾ ਮਟਰ ਜਿਹੜੀ ਹਰਜੀ ਮੋਟਰ ਵਾਲੀ ਗੱਡੀ ਹੁੰਦੀ ਹੈ ਇਹ ਕੰਪਲੈਸ ਦੀ ਵੀ ਕੋਲੀ ਕੰਪਲੀਟ ਕਰਦੀ ਦਾ ਮੋਟਰ ਰਮੋਰ ਕਿਉਂ ਦਵਨ ਠੀਕ ਹੈ ਕੰਪ੍ਰੈਸਰ ਆਲਟੀਵਰ ਕਾਲੀ ਕੋਦ ਉਸ ਕਾਲੀ ਕੋਸਮੇਦ ਦੇਵੇ ਬੋਟਰ ਸੀ ਇਨਸਰੀਰੇ ਉਹਨਾਂ ਕਰੋਨਾ ਚਰਕੁਲਾਰੇ ਰੇਜੀਓ ਚੇਰਨਾ 12.5 ਮੀਟਰ ਔਰ ਰੇਜੀਓ ਇਨ ਚੇਰਨਾ ਕਰੋਨਾ ਚਰਕੁਲਾਰੇ ਜਿਹੜਾ ਰਿੰਗ ਉਸ ਤੇਰਨਾ ਬੰਦਾ 12.5 ਮੀਟਰ ਔਰ ਜਿਹੜੀ ਜੋਇਨ ਚੇਰਨਾ 5.5 5.3 ਮੀਟਰ ਵੇਰ ਹੋਇਆ ਮਸਾਲਾ ਪੈ ਗੁੰਦਾ ਜੀ ਮੇਰਾ ਪੁੱਤਰ ਹੈ ਭਾਈ ਅਹ ਲਾ ਦੇ ਮੇਰੇ ਉਹਦੇ ਦਾ ਰੋਜੀ ਨੂੰ ਥੋੜਾ ਜਿਹਾ ਉਹ ਮਿਊਟ ਹੋਣ ਵਾਲਾ ਬੰਦਾ ਨਹੀਂ ਹੈ ਉਹ ਜੀ ਗੱਲਾਂ ਨਹੀਂ ਸਮਝਦਾ ਉਹ ਆਪਣੀ ਧਮੰਦਾ ਹੈ ਜੀ ਮੋੜ ਗਿਆ ਲਾ ਮੋਬਾਈਲ ਦਿੱਤਾ ਛੋਟਾ ਝਟ ਕੱਢ ਜੇਗਾ ਉਦੋਂ ਉਹ ਨਹੀਂ ਵਿਗੋਲੇ ਮੋਟਰ ਹਾਰੀ ਦੀ ਮੋਟਰਬਾਈਕ ਗੱਡੀ ਹੈ ਉਹ ਕੰਪਲੈਕਸ ਵਿਗੋਲੋ ਦੇਵੇ ਪੋਟਾਰਸੀ ਐ ਇਨਸਕ੍ਰੀਵੇਰ ਦੀਉਨਾ ਕਰੋਨਾ ਚਿਰਕੁਲਾਰੇ ਲਾਰਗਾ ਪੰਜ ਦਿਨ ਕਹਿੰਦੇ ਕਰੋਨਾ ਚਿਰਕੁਲਾਰੇ ਜਲ ਪੰਜ ਦਿਨ ਹੋਣਾ ਚਾਹੀਦੇ ਕਰੋਨਾ ਚਿਰਕੁਲਾਰੇ ਪੰਜ ਦਿਨ ਹੋਣਾ ਚਾਹੀਦੇ 7ਵੀਂ 7ਵੀਂ ਉਹ 7ਵੀਂ ਸਕੂਲ ਦਾ ਹਾਂ ਰਿਜੀਨ ਤੇਰਨਾ ਕੰਨੇ ਪਾਰੀ 7ਵੀਂ ਇਹ ਗਲਤ ਗੱਲ ਹੈ ਇਹ ਪੰਜ ਦੀ ਹੋਣਾ ਚਾਹੀਦਾ ਠੀਕ ਹੈ ਜਿਸ ਨੂੰ ਚੀਫ ਰੂਟਰ ਸਾਲਾ ਕੀ ਜਨ ਫਾਲਸ ਹੋਇਆ ਫਾਲਸ ਨਹੀਂ ਗੋਮਰਾ 8ਵਾਂ ਕਵੈਸਨ ਦਿਓ ਨਵੀ ਕੋਲ ਫਿਗਰਸ ਫੋਟੋ ਵੀਜਾ ਕਨੇ ਸੈਂਪਲ ਇਨ ਕਾਟ ਜਿਗਸ਼ਨ ਕਾਟ ਜਿਗਸ਼ਨ ਸੈਂਪਲ ਹੁੰਦਾ ਹੈ ਸੈਂਪਲ ਕਾਟ ਜਿਗਸ਼ਨ ਕਦੀ ਵੀ ਨਹੀਂ ਹੁੰਦਾ ਫਾਲਸ ਹੋਇਆ ਤਾਂ ਕਿਨੇ ਬੇ फाशिंग गंम्बरो जन विकोल दनीष है फाशिनी गम्बरो गड्डी तक घट जाएगा कौन ओमह ओमें तारे है दल दी दरजाते जब आंखलो सिरसा तो वेगा ना कहीं फाशिन गम्बरो बधेगा जद स्टेन ज्यादा वी चाहिए आंगलो मेगा ज़्यादा जमें फॉर ने टायर ज़्यादा ये हैं घूमने कुम वाले पिछले टायर भी घूमने वाले ने ਉਨ ਗੋਮbro ਕੇ ਕੱਟੇਗਾ ਘਟੇਗਾ ਸਰੂਲ ਨੇ ਤਾਰੇ ਡਿਮਿਨਿਊ ਹੋਵੇਗਾ ਵਧੇਗਾ ਨਹੀਂ ਇਹ ਫਾਲਸ ਹੋਇਆ ਇਸ ਕਰੇ ਬਰਾਵ 10 ਨੰਬਰ ਫਾਸ਼ਨ ਗੋਮbro ਦਿਨ ਵੀ ਗੋਲ ਜਿਹੜਾ ਫਾਸ਼ਨ ਗੋਮbro ਗੱਡੀ ਦਾ ਡਿਮਿਨਿਊ ਕੱਟੇਗਾ ਕੋਨ ਉਮੰਤਰ ਦਾ ਲੁੰਗੇ ਲੰਬਾਈ ਵੱਡੀ ਕਦੇ ਨਹੀਂ ਕੱਟ ਜਾਏਗਾ ਇਹ ਗੋਮbro ਵਧ ਜਾਏਗਾ ਕੱਟੇਗਾ ਨਹੀਂ ਇਹ ਫਾਲਸ ਹੋਇਆ ਠੀਕ ਹੈ ਕਿਉਂਕਿ ਲੰਬਾਈ ਗੱਡੀ ਦਾ ਵਾਜ ਜਾਂਦੀ ਹੈ ਗੰਗੋ ਮbro ਗੱਡੀ ਦਾ ਵਾਜ ਜਾਂਦਾ ਹੈ ਹੋਰ ਇਤਿਆਰ ਕਰਨੀ ਹੁੰਦੀ ਹੈ ਫਾਲਸ ਹੋਇਆ ਫਾਸ਼ਨ ਗੰਗੋ ਮbro ਦੀ ਨੂੰ ਵੀ ਕੋ ਲੋ ਅਮੈਂਟਾ ਫਾਸ਼ਨ ਗੰਗੋ ਮbro ਵਦੇ ਗੱਡੀ ਦਾ ਕੋਲਾ ਮੰਤਾਰੇ ਦਲਾ ਸੂਏ ਮਾਸਾ ਜਿਸ ਤੰ ਵਾਜ ਜਾਂਦਾ ਉਹਦਾ ਵਜ਼ਨ ਕਿਨ ਫਾਸ਼ਨ ਗੰਗੋ ਮbro ਦੀ ਨੂੰ ਵੀ ਕੋ ਹਮਮ ਉਹਦਾ ਦੇਖਣਾ ਬਦੇਗਾ ਬਰਾਵੋ ਮਾਸੇ ਨਾਲ ਨਹੀਂ ਵਧੇਗਾ ਲੁੰਬੇ ਲੁੰਗੇ ਜਨਾ ਵਧੇਗਾ ਗਲਗਨ ਬੇਫਾਲ ਹੋਇਆ ਠੀਕ ਹੈ ਔਰ ਇਹਨਾਂ ਨੂੰ ਇਫੈਕਟ ਕਰ ਦਿਜੀਏ ਪਿਛਲੇ ਟਾਇਰ ਵੀ ਸਟੇਰਿੰਗ ਨਾਲ ਘੁੰਮਣ ਵਾਲੇ ਹੁੰਦੇ ਆ ਉਹਦੇ ਨਾਲ ਕਰਦੇ ਆ ਇਹ ਹੁਣ ਵੀ ਕੋਲੀਆ ਮੋਟਰ ਹੈ ਜਿਹੜੀ ਮੋਟਰ ਵਾਲੀ ਗੱਡੀ ਹੈ ਕੰਪਲੈਕਸ ਵੀ ਕੋਲਾ ਰਹੇ ਪਰ ਤਾਰਸੀ ਇਨਸਕ੍ਰੀਵਰੇ ਆਉਣਾ ਕੋਰੋਨਾ ਚ ਕੋਲਾ ਰਹੇ ਆ ਪੰਜ ਵੀ ਇਥੇ ਫਾਲਸ ਹੋ ਗਿਆ ਇਹ ਰੇਡਿਓ ਇਹ ਸੇਰਨਾ ਪਾਰਿਸ ਸਾਡੇ 16 ਇਹ ਵੀ ਗਲਤ ਹੋ ਗਿਆ ਕਿਉਂਕਿ ਇਹ ਵੀ ਫਾਲਸ ਹੋ ਗਿਆ ਠੀਕ ਹੈ ਕਰੋਨਾ ਜਿਕਲਾ ਹਨ 7 ਵੀ ਇਹ 5 ਵੀ ਦੱਸਣ ਵੀ ਰੱਦੀਆ ਤੋਂ ਹੁੰਦਾ ਸਾਡੇ 12 ਮੀਟਰ ਇਹ ਸਾਡੇ 16 ਦਾ ਸਹੀ ਨੇ ਫਾਲਸ ਹੋ ਲਿਆ ਤਾਂ ਉਹ ਸੱਤੋ ਗਾੜੀ ਦੇ ਫਰੰਟ ਤੇ ਹਾਲ ਦੀ ਗੋਲੀ ਡਿਫਰੈਂਟ ਹੁੰਦੀ ਦੂਜੀ ਗੱਡੀ ਨੂੰ ਆਤਬੋ ਸੱਤੋ ਗਾੜੀ ਜਵਾਨੋ ਪੋਟਰ ਸੀ ਉਨਸੇ ਕਰੀਵੇ ਉਹਨਾਂ ਕੋਰੋਨਾ ਚਰਕੁਲਾਰੇ ਆ ਲਗਾ 8ਵੀਂ ਕੋਰੋਨਾ ਚਰਕੁਲਾਰੇ 8ਵੀਂ ਨੰਬਰ ਫਾਲਸ ਹੋ ਗਈ ਥੀ ਮੈਤਰੀ ਅਰੀਜਨ 13 ਦਾ ਛੇਤਰੀ ਅਰੀਜਨ 13 ਦਾ 5ਵੀਂ 5ਤਰੀ ਹੁੰਦਾ ਇਸ ਕਰਕੇ ਵੀ ਗਲਤ ਹੋ ਗਿਆ ਫਾਲਸ ਅੱਗੇ ਆ ਜਾਓ ਫੈਸ਼ਨ ਗੋਮbro ਜਿਹੜਾ ਇਹ ਕੋਰੋਨਾ ਚਰਕੁਲਾਰੇ ਪਰ ਵੀ ਗੋਲੀ ਇਹ ਚ ਕੋਰੋਨਾ ਚਰਕੁਲਾਰੇ ਜਿਹੜੇ ਗੱਡੀ ਦੇ ਅਕੂਪਾ ਅਕੂਬਾਡ ਕਰਦਾ ਸੋ ਲਪਿਆਨ ਉਸ ਰਦਾਲੇ ਪਿਆਨ ਉਸ ਰਦਾਲੇ ਨੂੰ ਨਲਾ ਫਿਤਵਾਰਿਆਂ ਕੋਰੋਨਾ ਉਸ ਨੂੰ ਚਵਲਤਾ ਸੋਰੀ ਫਿਤਵਾਰਿਆਂ ਪੁਰਵਾ ਉਹ ਉਹਨਾਂ ਸਵਲਤਾ ਜਾਂ ਫਿਰ ਤੁਸੀਂ ਮੋੜਦੇ ਹੋ ਫਾਸ਼ੀਨ ਗੋਮਰੋ ਕੋਰੋਨਾ ਜਿਹੜਾ ਚਿਰਕੁਲਾ ਰਹੇ ਹੁੰਦਾ ਹੈ ਇਹ ਅਕੂ ਬਾੜ ਕਰਦਾ ਜਿਹੜਾ ਏਰੀਆ ਕੁਰਵਾ ਚ ਮੋੜਦੇ ਆ ਜਾਂ ਫਿਰ ਇਨਗੋਮਰ ਯਾਨੀ ਕਿ ਜਾਂ ਫਿਰ ਚੋਕ ਚ ਸਵਲਤਾ ਰਹੇ ਕਰਦੇ ਦਰੁਸ ਕੰਮ पे ਵੇਰ ਹੋਇਆ ਸਵਲਤਾ ਰਹੇ ਹੁੰਦਾ ਚੌਕ ਚ ਮੋੜਨਾ ਫਾਸ਼ੀਨ ਗੋਮਰੋ ਸਿਰ ਦੂਰੇ ਇੱਕ ਫਾਸ਼ੀਨ ਗੋਮਰੋ ਕੱਟ ਕਰਦੇ ਸੇਲ ਵੀ ਕੋਲ ਦਿੱਤਾ ਤਾਂ ਆਸੇ

ਈ ਲੋਸ ਬੈਂਜਰ ਲਾਰਗੇਜ਼ਾ ਯਾ ਸਪੇ ਜਿਹੜਾ ਚੌੜਾਈ ਦਾ ਕਿਲ ਬਿਗੋਲੀ ਉਕਬਾ ਸੁਸਤਰਾ ਦਾ ਲਰਟੀਲਿਨਾ ਕੰਨ ਜਿਹੜੀ ਗੱਡੀ ਉਕਬਾ ਕਰਦੀਆਂ ਸਿੱਧੀ ਰੋਡ ਤੇ ਕੰਨ ਉਹਨੂੰ ਕਹਿੰਦੇ ਫਾਸ਼ੀਨ ਗੋਮbro ਸਿੱਧੀ ਰੋਡ ਤੇ ਉਕਬਾ ਜਿਹੜਾ ਕਰਦੀ ਹੈ ਮੈਂ ਸਭ ਜਿਹੜੀ ਸਵਲਦਾਰੀ ਕਰਦੀ ਹੈ ਜਾਂ ਕੋਰ ਵਿੱਚ ਮੁੜਦੀ ਹੈ ਬਰਾਵੋ ਸਵਲਦਾਰੀ ਕਰਦੀ ਹੈ ਜਾਂ ਕੋਰ ਵਿੱਚ ਮੁੜਦੀ ਇਸ ਕਰਕੇ ਫਾਲਸੋ ਅਕੇ ਨੇ ਫੈਸ਼ਨ ਗੋ ਬ੍ਰੋ ਮੈਂ ਤਾਂ ਵਾਜੇਗਾ ਸੇਲ ਵੀ ਕੋਲ ਜਤਾ ਤੋ ਪਿਊ ਆ ਤੋ ਸੇਰਜ਼ਾਂ ਆਸੀ ਸੇਰਜ਼ਾਂ ਦੀ ਕਨੇ ਗੋਮ ਬ੍ਰੋ ਵਾਜੇਗਾ ਜ਼ਿਆਦਾ ਸੇਰ ਆ ਤੋ ਸੇਰਜ਼ਾਂ ਦੀ ਉਮਰ ਨਾਲ ਜਿਹੜੇ ਆ ਜ਼ਿਆਦਾ ਆਸੇ ਤੇ ਵਾਜੇਗਾ ਵਧੇਗਾ ਨਹੀਂ ਘਟੇਗਾ ਫਾਲਸ ਹੋਇਆ ਫੈਸ਼ਨ ਗੋ ਬ੍ਰੋ ਨੋਨ ਦੇਵੀਏ ਸਰੇ ਸੁਪਰੀਓਰੇ ਲਾਰਗੇਜ਼ ਡੇ ਲਿਵੋਲੀ ਕੋਨ ਇਲ ਸੁਏਗਾਰੀ ਕੋ ਕੈ ਲੋਂਗੇ ਦਾ ਕਨੇ ਫੈਸ਼ਨ ਗੋ ਬ੍ਰੋ ਨਹੀਂ ਵਧਣਾ ਚਾਹੀਦਾ ਗੱਡੀ ਦੀ ਦੀ ਲੰਬਾਈ ਵਿੱਚ ਐਸੂਇ ਕਾਰੀ ਕੋ ਗਲਤ ਕੰਨ पे ਫਾਲਸ ਹੋਇਆ ਲੰਬਾਈ ਦੇ ਵਿੱਚ ਹੀ ਵੱਧਾ ਹੋਇਆ ਠੀਕ ਹੈ ਇਸ ਕਰਕੇ ਫਾਲਸ ਹੋਇਆ ਅੱਗੇ ਆ ਜਾਓ ਮਾਸਾ ਦੀ ਉਹਨਾਂ ਵੀ ਕੋਲੋ ਮਾਸਾ ਜਿਹੜਾ ਵਜ਼ਨ ਉਹ ਗੱਡੀ ਦਾ ਜਿਹੜਾ ਵਜ਼ਨ ਹੁੰਦਾ ਗੱਡੀ ਦਾ ਹਾਲੀ ਦਾ ਤਾਰਾ ਨੂੰ ਕਹਿੰਦੇ ਨੇ ਤਾਰਾ ਤਾਰਾ ਕਹਿੰਦੇ ਹਾਲੀ ਗੱਡੀ ਨੂੰ ਜੇ ਡਰਾਈਵਰ ਵਗੈਰਾ ਹੁੰਦਾ ਤੇ ਗੱਡੀ ਪਲੱਸ ਉਹਦਾ 90% ਕਾਰਬਨ ਤੇ ਪੈਟਰੋਲ ਗੈਸ ਡੀਜ਼ਲ ਜੋ ਵੀ ਗੱਡੀ ਦੇ ਖਾਣੇ ਹੁੰਦੇ 90% ਹੋਵੇ ਟੈਂਕੀ ਭਰੀ ਹੋਈ ਇਹ ਖਾਲੀ ਗੱਡੀ ਦਾ ਪਤਾ ਮੈਂ ਪਿਓ ਪਿਓ ਕਾਲੀ ਕੋ ਹੁੰਦਿਆ ਕਾਲੀ ਕੋ ਹੁੰਦਿਆ ਜਿਹੜਾ ਨਾ ਇਹ ਗੱਡੀ ਦੇ ਕਾਤਾ ਜਿਕਰਸ਼ਨ ਲਿਖਿਆ ਹੁੰਦਾ ਹੈ ਔਰ ਗੱਡੀ ਦੇ ਟਾਇਰ ਲੱਗੇ ਨੇ ਉਹ ਗੱਡੀ ਦੇ ਘਰਤਾ ਚ ਗਰਸ਼ਣ ਦੇ ਮਤਾਬਕ ਹੋਣੇ ਚਾਹੀਦੇ ਨੇ। ਇਹਨੇ ਉਹ ਵੀ ਉਹ ਵੀ ਉਤਨੇ ਵਜ਼ਨ ਚੱਕਦੇ ਹੋਣੇ ਚਾਹੀਦੇ ਨੇ। ਕਿੱਜਾ ਹੋਵੇ ਗੱਡੀ ਦੇ ਡਾਕੂਮੈਂਟਾਂ 'ਤੇ ਲਿਖਿਆ ਹੋਵੇਗਾ। ਸਰਦਿਨ ਖਵਾ ਪਿਆ ਬੋਚਾ। ਬੋਲਦੇ ਸਾਂ। ਕੋਈ ਨਹੀਂ। ਉਹ ਵਾਲੇ ਤੋਂ ਲੱਗਦੀ ਹੈ। ਯਾਰੋ ਫੋਨ ਤੇ ਗੱਲਾਂ ਕਰ ਲਾਪੇ ਕਿਸੇ ਨਾਲ। ਉਹ ਨੇ ਵੀ ਸਰਕਰਾ ਸ਼ੁਰੂ ਕਰਤੀ ਪਣੰਦੇ ਦੀ। ਉਹ ਉਹ ਬਹਾਂ ਦੇ ਦਤਾ ਖੇਡਣਾ ਵਸੀ ਤੋ ਉਹ ਗੱਲਾਂ ਸ਼ੁਰੂ ਹੋ ਗਿਆ। ਇਹ ਰੋਜ਼ ਕਲਾਸ ਲਾਵੰਦਾ ਬੀ ਵਾਲੀ। ਪਹੁੰਚੇ ਜਿੱਦ ਲਾ ਰਹੰਦਾ ਨਾ ਫਿਰ ਚਲਾ ਜਾਂਦਾ। ਅੱਜ ਜਾਂਦਾ ਨਹੀਂ ਪਿਆ ਹੁਣ। ਉਹ ਦੂਜੇ ਪਹਿਲੇ ਪੰਜਾਂ ਸੁੱਤਾ। ਜੀ ਤੋ ਉਧਰ ਮੈਂ ਚਲਾ ਜਾਂਦਾ ਫਿਰ ਵਾਪਸ ਆ ਜਾਂਦਾ। ਕਿਨ ਮਾਸਾ ਜੀ ਮੈਂ ਹੈਵੀ ਮਾਸਟਰ ਬੰਦਾ। ਹਾਂ ਇਹ ਬਹੁਤ ਸਾਰਾ ਦਿਨੇ ਵੀ ਸਾਡੇ ਤੇ ਮਾਸਟਰ ਲੱਗੇ ਸਾਰੇ ਤੇ। ਅਲੋਰਾ ਕਹਿੰਦੇ ਨੇ ਲਮਾਸਾ ਇਨ ਔਰਡੀਨੇ ਦੀ ਵਾਰਚੀ ਆਟਾਰਾ ਜਿਹੜਾ ਲਮਾਸਾ ਔਰਡੀਨੇ ਦੇ ਮਾਰਚੀ ਹੁੰਦਾ ਹੈ ਹਾਲੀ ਗੱਡੀ ਦਾ ਵਜ਼ਨ ਸੀਓ ਤੇਨਾ ਸੋਮਾਂਦਾ ala ਮਾਸਾ ਆ ਬੋਟਾ ਦੇ ਵਿਗੋਲੀ ਜਿਹੜਾ ਹਾਲੀ ਗੱਡੀ ਦਾ ਵਜ਼ਨ ਹੁੰਦਾ ਹੈ ਇਲਾ ਮਾਸਾ ਕਨਵੈਂਚੂਨਾਰ ਇਦਲਾ ਕੰਦੁਚੈਂਤੇ ਔਰ ਜਿਹੜਾ ਵਜ਼ਨ ਡਰਾਈਵਰ ਦਾ ਹੈ ਇਲਾ ਮਾਸਾ ਕੋਸਤੀ ਦੀਜਾ ਨਵਾਂਤਾ ਪਰਚੈਂਤੋ ਦਲ ਕਾਰਬੋਨ ਤੇ ਪਰ 90% ਜਿਹੜਾ ਕਾਰਬਨ ਹੁੰਦੇ ਕੰਟੀਨੂ ਟੈਨਰ ਬਤੋਈਆ ਜਿਹੜੇ ਗੱਡੀ ਦੇ ਪੈਟਰੋਲ ਟੈਂਕ ਵਿੱਚ ਪੈਟਰੋਲ ਹੈ ਨਾ ਉਹ 90% ਹੋਵੇ ਇਹ ਇਹ ਚੀਜ਼ਾਂ ਮਿਲਾ ਕੇ ਡਰਾਈਵਰ ਠੀਕ ਹੈ ਗੱਡੀ ਗੱਡੀ ਦਾ ਗੱਡੀ ਹਾਲੀ ਤੇ ਡਰਾਈਵਰ ਔਰ ਕਾਰਬਨ ਤੇ 90% ਇਹ ਖਾਲੀ ਗੱਡੀ ਇਹ ਤਾਰਾ ਹੁੰਦੀ ਹੈ ਵੱਡੀ ਗੱਡੀ ਜਿਹੜੀ ਹੈ ਠੀਕ ਹੈ ਖਾਲੀ ਗੱਡੀ ਇਹਦਾ ਆਪਣਾ ਵਜ਼ਨ ਹੁੰਦਾ ਕਿਲਾ ਮਾਸਾ ਕਮਲੇ ਸੀ ਵਾਪੇ ਨੂੰ ਕਾਰੀ ਗੁਜੜਿਆ

ਇਹ ਲਾਪੋਰਟਾ ਕਾਰੀ ਕੋ ਉਚਿਲੇ ਜੇਰਾ ਤੁਸੀਂ ਕਾਰੀ ਕੋ ਉਤੇਲੇ ਲੈ ਕੇ ਜਾਣਾ ਰਿਪਰੈਜ਼ੈਂਟਾਤਾ ਇਲ ਗਾਰੀ ਕੋ ਮੈਕਸਿਮੋ ਟ੍ਰਾਂਸਪੋਰਟਾਬਿਲੇ ਮੈਕਸਿਮਲ ਕਾਰੀ ਕੋ ਜਿਹੜਾ ਤੁਸੀਂ ਟ੍ਰਾਂਸਪੋਰਟ ਕਰ ਸਕਦੇ ਹੋ ਦਾ ਨੋ ਵਿਕੋਲੀ ਐਟ ਦ ਇੰਡਿਕਾਤਾ ਸੁਲ ਕਾਟਾ ਜੁਕੁਸ਼ਿਓਨ ਹੈ ਇੱਕ ਗੱਡੀ ਜਿਹਨਾਂ ਤੁਸੀਂ ਕਾਰੀ ਕੋ ਲੈ ਕੇ ਜਾ ਸਕਦੇ ਕਿਤੇ ਇੰਡਿਕਟ ਕਰਦੇ ਨੇ ਕਾਟਾ ਜੁਕੁਸ਼ਿਓਨ ਹੈ ਗੱਡੀ ਦੇ ਡਾਕੂਮੈਂਟਾਂ ਦੇ ਦੂਸਰ ਕੇ ਵੀ ਵੇਰ ਹੋਇਆ ਹੈ ਨਮਾਸ਼ਾ ਕੋ ਮਲੇਸਿਓ ਪੈਨੋ ਕਾਰੀ ਕੋ ਆ ਨੋਨ ਇੰਡਿਕਾਤਾ ਸੁਲ ਕਾਟਾ ਜੁਕੁਸ਼ਿਓਨ ਨੇ ਕਹਿੰਦੇ ਨੇ ਨਹੀਂ ਇੰਡਿਕਟ ਕਰਦਾ ਕਾਟਾ ਜੁਕੁਸ਼ਿਓ ਕਾਟਰ ਚਿਕਾਸ਼ੂ ਨੇ ਤੇ ਇੰਡੀਕੇਟ ਕਰਦਾ ਕਰਦਾ ਉਹਦੇ ਹਿਸਾਬ ਨਾਲ ਰੱਖਣਾ ਹੁੰਦਾ ਵੇਰ ਇਸ ਕਰਕੇ ਇਹ ਫਾਲਸ ਹੋਇਆ ਲਾਮਾਸਾ ਔਰਡੀਨੇ ਦੀ ਮਾਰਚੀਆ ਕਾਮਬਿਆ ਸੇਲ ਵਿਕੋਲੀ ਪਰਕੋਰੇ ਉਨਸਰਾਦਾ ਇਨ ਫੋਰਤੇ ਪੈਂਡੈਂਜ਼ਾ ਕਹਿੰਦਾ ਮਾਸਾ ਇਨ ਔਰਦਿਆਂ ਦੀ ਮਾਰਚੀਆ ਕਰਨੇ ਵੇ ਔਰਦਿਆਂ ਦੇ ਮਾਰਚ ਸਮਾਨ ਰੱਖ ਜਿਹੜਾ ਔਰ ਉਹਦੇ ਜਿਸ ਔਰਦਿਨੇ ਵਿੱਚ ਤੁਸੀਂ ਸਮਾਨ ਬਾਰ ਰੱਖਣਾ ਹੁੰਦਾ ਜਾਂ ਲਦਣਾ ਹੁੰਦਾ ਕਹਿੰਦਾ ਚੇਂਜ ਹੋ ਜਾਏਗਾ ਸੇਲ ਵਿਕੋਲੀ ਪਰਕੋਰੇ ਉਨਸਰਾਦਾ ਫੋਰਤੇ ਪੈਂਡੈਂਜ਼ਾ ਕਹਿੰਦਾ ਜੇ ਢਲਾਨ ਵਾਲੀ ਸਲੋਪ ਵਾਲੀ ਰੋਡ ਤੇ ਹੋਵੇ ਤਾਂ ਦੇਖੋ ਇਹ ਵਜ਼ਨ ਦਾ ਜਿਹੜਾ ਲਿਮਟ ਹੈ ਚੇਂਜ ਨਹੀਂ ਹੋਣ ਲੱਗੀ ਐ ਵੀ ਠੀਕ ਐ ਜੇ ਤੁਸੀਂ ਲੱਦ ਕੇ ਲੈ ਕੇ ਜਾ ਰਹੇ ਹੋ ਸਮਾਨ ਜਿਹੜੀ ਗੱਡੀ ਨੂੰ ਲਿਮਟ ਹੈ ਹੋਵੇ ਇਜਾਜ਼ਤ ਉਹ ਭਾਵੇਂ ਸਿੱਧੀ ਰੋਡ 'ਤੇ ਵਾਹ ਭਾਵੇਂ ਵਿੰਗੀ ਰੋਡ 'ਤੇ ਸਿੱਧੀ ਰੋਡ ਲਈ ਹੋਰ ਨਹੀਂ ਵਜ਼ਨ ਹੋਣਾ ਔਰ ਵਿੰਗੀ ਲਈ ਹੋਰ ਨਹੀਂ ਹੋਣਾ ਐ ਵੀ ਠੀਕ ਐ ਇਸ ਕਰਕੇ ਫਾਲਸ ਹੋ ਲਬਾਸਾ ਕਮੋਲੇ ਸੀਓ ਪੈਨੋ ਕਾਰਿਕ ਇਕਵਾਲੇ ਇਕੁਅਲ ਹੁੰਦਾ ਹੈ ਬਲੋਰੇ ਦੇ ਲਤਾਰਾ ਕਹਿੰਦੇ ਵੈਲਿਊ ਤਾਰਾ ਦੇ ਬਰਾਬਰ ਹੁੰਦਾ ਹੈ ਮਲਟੀਪਿਕਲਾ ਮਲਟੀਪੋਲੀਕਾਤੋ ਇਕੀਆਂ ਦੋ ਨਾਲ ਕਿਉਂਕਿ ਇਹ ਮਲਟੀਪਲਾਈ ਹੁੰਦਾ ਹੈ 1 ਕੇ ਜਾਂ 2 ਦੇ ਨਾਲ ਠੀਕ ਹੈ ਯਾਨੀ ਕਿ ਜਿੰਨਾ ਵਜ਼ਨ ਹੈ ਓਤਨਾ ਹੀ ਤੁਸੀਂ ਕਾਰੀ ਕੋ ਲੈ ਕੇ ਜਾ ਸਕਦੇ ਹੋ ਜਾਂ ਫਿਰ ਮਲਟੀਪਲਾਈ ਹੁੰਦਾ 1 ਤੋਂ 2 ਦੋ ਦੇ ਨਾਲ ਵਾਦੂ ਯਾਨੀ ਕਿ ਇਹ ਇਹ ਜੇ 1 ਹੈ ਤਾਂ ਉਹਦਾ ਡਬਲ ਕਰ ਲਵੋ ਜੇ 2 2 ਦੀ ਵੈਲਿਊ ਹੋ ਜਾਣਾ ਗਲਤ ਹੈ ਫਾਲਸ ਹੋਇਆ ਇਹ ਡਿਪੈਂਡ ਕਰਦਾ ਹੈ ਗੱਡੀ ਦੀ ਖੂਬੀਆਂ ਤੇ ਔਰ ਗੱਡੀ ਦੇ ਕਾਟਾ ਚ ਕੁਝ ਚੋਣੇ ਤੇ ਲਿਖਿਆ ਠੀਕ ਹੈ ਜਿੱਦਿ ਜਿੱਥੇ ਗੱਡੀ ਕੰਸਟਰਕਟ ਹੁੰਦੀ ਹੈ ਨਾ ਉਹ ਕਾਟਾ ਚ ਕੁਝ ਚੋਣੇ ਤੇ ਲਿਖ ਕੇ ਭੇਜਦੇ ਨੇ ਚੀਜ਼ਾਂ ਇਸ ਕਰਕੇ ਫਾਲਸ ਹੋਇਆ ਗੱਡੀ ਦੇ ਵਜ਼ਨ ਰਿਪੈਂਡ ਨਹੀਂ ਕਰਦਾ ਵੀ ਕਿਉਂਕਿ ਕੋਈ ਗੱਡੀਆਂ ਨਹੀਂ ਮਾਲ ਸਮਾਨ ਟਰਾਂਸਪੋਰਟ ਕਰਨ ਵਾਲੀਆਂ ਜੇ ਇਹ ਗੱਲ ਉਹ ਸਮਾਨ ਜ਼ਿਆਦਾ ਢੋਂਦੀਆਂ ਨੇ ਜ਼ਿਆਦਾ ਭਾਰ ਚੱਕਦੀਆਂ ਨੇ ਆਹ ਗੱਡੀਆਂ ਨਾਲ ਕਹਿੰਦੇ ਤਾਰਾ ਜਿਹਨਾਂ ਵੀ ਕੋਲ ਜਿਹੜਾ ਹਾਲੀ ਗੱਡੀ ਦਾ ਇੱਕ ਦਾ ਇਕ ਵਾਲੇ ਸੁਕਾਰ ਸੁਕਾਰੀ ਕੋ ਉਤੀ ਲੈ ਕਹਿੰਦੇ ਇਹ ਖਾਲੀ ਗੱਡੀ ਦਾ ਵਜ਼ਨ ਉਹਦੇ ਕਾਰੀ ਕੋ ਉਤੀ ਲੈ ਦੇ ਬਰਾਬਰ ਹੁੰਦਾ ਹੈ ਫੇਰ ਉਹ ਹੀ ਗੱਲ ਗਲਤ ਕਹਿੰਦੇ ਬਈ ਫਾਲਸ ਹੋਇਆ ਕਾਰੀ ਕੋ ਉਤੀ ਲੈ ਦੇ ਬਰਾਬਰ ਨਹੀਂ ਹੁੰਦਾ ਹੈ ਵੀ ਡਿਪੈਂਡ ਕਰਦਾ ਘਾਤਾ ਚ ਕੁਛ ਨੀ ਲਿਖਿਆ ਠੀਕ ਹੈ ਸਰ ਇਹ ਫਾਲਸ ਹੋ ਕਨੇ ਪੋਟਰਾਤਾ ਪਾਰੀ ਅਲਸੋਮਾ ਦੇ ਲਾ ਮਾਸਾ ਮਾਸੀ ਮੇਸ ਸੁਲਾਸੀ ਦੇ ਲ ਵਿਗੋਲੀ ਕਨੇ ਪਹਰੀ ਜਿਤਨਾ ਵਜ਼ਨ ਅ ਹਮ ਸੋਮਾ ਦੇ ਲਾ ਮਾਸਾ ਮਾਸੀ ਮਮੇਸੋ ਜਾਸਤੇ ਸੁਲੇ ਆਸੇ ਦੇ ਲ ਵਿਗੋਲੀ ਕਨੇ ਗੱਡੀ ਜਿੰਨੀ ਗੱਡੀ ਤੇ ਧੂਰੇ ਤੇ ਜਾਸਤ ਹੁੰਦੀ ਹੈ ਨਾ ਉਹਨਾਂ ਵਜ਼ਨ ਜਾਸਤ ਹੈ ਗਲਤ ਕਹਨੇ ਬੇ ਮਮਕਨ ਗੱਡੀ ਦੇ ਮਮਕਨ ਗੱਡੀ ਦੇ ਧੂਰੇ ਤੇ ਹੋਰ ਲਿਮਟ ਲਿਖੀ ਹੋਵੇ ਹੋਵੇ ਕਿਉਂਕਿ ਗੱਡੀ ਦੇ ਧੂਰੇ ਤੇ ਇੱਕ ਲਿਮਟ ਦਸਦੇ ਨੇ ਕਿ ਨਾਰਮਲੀ ਇੱਕ ਧੂਰੇ ਦੇ ਉੱਤੇ 12 ਟਨ ਲੈ ਕੇ ਜਾ ਸਕਦੇ ਹੋ ਮਮਕਨ ਕਰਤਾ ਜਿਕਰਸ਼ਨ ਤੋਂ ਔਰ ਲਿਮਟ ਲਿਖੀ ਹੋਇਆ ਠੀਕ ਹੈ ਇਸ ਕਰਕੇ ਫਾਲਸ ਹੋ ਫਾਈਨਲ ਹੁੰਦੀ ਹੈ ਜੀ ਕਰਤਾ ਜਿਕਰਸ਼ਨ ਇਹ ਤੋਂ ਕਹਿੰਦੇ ਪੋਰਟਾ ਦਿਲ ਵਿਗੋਲੀ ਆਕਾਰੀ ਕੋ ਮੈਕਸਿਮੋ ਕੇ ਪੋ ਐਸਰੇ سپورਟਾ ਡੇਲਾ ਪਨੇਮਾਚੀ ਕਹਿੰਦੇ ਕਾਰੀ ਕੋ ਮੈਕਸਿਮ ਜਿਹੜਾ ਹੈ ਤੁਸੀਂ ਲੈ ਕੇ ਜਾ ਸਕਦੇ ਜਿਹੜਾ ਕਿ سپورਟ ਕਰਦਾ ਜਿਹਨੂੰ ਪਨੇਮਾਚੀ ਵੀ ਉਸ ਤਰ੍ਹਾਂ ਦੀ ਗੱਲ ਕਰ ਰਹੇ ਨੇ ਪਨੇਮਾਚੀ ਤੇ ਜਿਹੜਾ ਨਾ ਅਸੀਂ ਉਹਨੂੰ ਦੇਖ ਕੇ ਤਾਂ ਪਤਾ ਨਹੀਂ ਲਾ ਸਕਦੇ ਮਮਕਨ ਟਾਇਰਾਂ ਦੀ ਜਿਹੜੀ ਬਿਲਟੀ ਹੋਣੀ ਚਾਹੀਦੀ ਹੈ ਨਾ ਉਹ ਕਰਤਾ ਜਿਕਰਸ਼ਨ ਦੇ ਬਰਾਬਰ ਹੋਣੀ ਚਾਹੀਦੀ ਜਾਂ ਵੱਧ ਹੋਣੀ ਚਾਹੀਦੀ ਹੈ ਇਹਨਾਂ ਕਾਰਤਾਜ ਇਕੁਏਸ਼ਨ ਜਿਨ੍ਹਾਂ ਲਿਖੀ ਹੁੰਦੀ ਨਾ ਵੈਲਿਊ ਭਾਰਸ਼ਰ ਚੱਕਣ ਦੀ ਜਾਂ ਜਿਹੜੀ ਖੂਬੀਆਂ ਲਿਖੀਆਂ ਹੁੰਦੀਆਂ ਟਾਇਰਾਂ ਦੀਆਂ ਕਾਰਤਾਜ ਇਕੁਏਸ਼ਨ ਦੇ ਉਹਦੇ ਨਾਲੋਂ ਵੱਧ ਟਾਇਰਾਂ ਦੀ ਹੋਣੀ ਚਾਹੀਦੀ ਵੈਲਿਊ ਘੱਟ ਨਹੀਂ ਹੋ ਸਕਦੀ ਐ ਵੀ ਠੀਕ ਐ ਤੇ ਮੌਕਨ ਹੈ ਟਾਇਰ ਤੇ ਵੱਧ ਵਜ਼ਨ ਦਰਸਾਉਂਦੇ ਹੋਣ ਤੇ ਕਾਰਤਾਜ ਇਕੁਏਸ਼ਨ ਦੇ ਘੱਟ ਜੇ ਕਾਰਤਾਜ ਇਕੁਏਸ਼ਨ ਤੇ ਘੱਟ ਦਰਸਾਉਂਦੇ ਨੇ ਵਜ਼ਨ ਤੇ ਫਿਰ ਕਾਰਤਾਜ ਇਕੁਏਸ਼ਨ ਨੇ ਤੇ ਮਰਾਬਾ ਕਿ ਖੜਨਾ ਟਾਇਰਾਂ ਦੇ ਮਰਾਬਾ ਨਹੀਂ ਲੈ ਕੇ ਜਾ ਸਕਦੇ ਫਾਲਸ ਹੋਇਆ ਠੀਕ ਐ ਲਿਮਿਟਿਡ ਮਾਸਾ ਕੰਪਲੈਕਸਿਵ ਪੈਨੋ ਕਾਰੀ ਕੋਲ ਵਿ ਕੋਲੀ ਆ ਮਾ ਮੋਟਰੇ ਇਜ਼ਲਾਤੀ ਅਦੂਏ 82 ਜਿਹੜੀ 28 ਗੱਡੀ ਹੈ ਇਹ ਦਿਉਨਾ ਦਿਚੋ ਆਤ ਤੋਨ ਲੱਦ ਜਿਹੜਾ ਟੰਣ ਵਾਲੀ ਹੈ ਐਦ ਅਚੇਸਿਓਨੇ ਦੇ ਲ ਪਰਟੀਕੁਲਾਰੇ ਆਟੋਬਸ ਔਰ ਇਹ ਕਹਨੇ ਬੇ ਇਲਿਮਿਟ ਲਿਮਿਟ ਜਿਹੜੀ ਮੈਕਸਿਮਮ ਗੱਡੀ ਦੀ ਯਾਨੀ ਕਿ ਅਚੇਸਿਓਨੇ ਸਵਾਯਾ ਆਟੋਬਸ ਦੇ ਨਾਰਮਲੀ ਗੱਡੀ ਦੀ ਜਿਹੜੀ 2 ਟਨ ਧੂਰੇ ਵਾਲੀ ਹੁੰਦੀ ਹੈ ਨਾ ਉਹਦੀ ਕਿੰਨੀ ਲਿਮਿਟ ਹੁੰਦੀ ਹੈ 18 ਟਨ ਨਹੀਂ ਹੁੰਦੀ ਠਾਰਾ ਟਨ ਜੇ ਉਹ ਆਸ ਬਾਜੜੀ ਹੁੰਦੀ ਉਹਦੀ 19 ਟਨ ਹੁੰਦੀ ਹੈ ਠੀਕ ਹੈ ਦੋ ਤੂਰੇ ਵਾਲੀ ਦੀ ਕਹਿੰਦੇ ਸਵਾਏ ਹੱਥ ਤੋਂ ਬੋਸਦੇ ਦਰੁਸ ਕਰਨ ਬਿਵੇਂ ਰਹਾ ਕਹਿੰਦੇ ਪੈਨੋਕਾਰੀ ਕੋ ਮੋਟਰ ਜਲਾਤੀ ਦੂਏ ਹਾਸੀ ਠਾਰਾ ਟਨ ਇਹਦੇ ਚ ਛਿਓ ਨੇ ਪ੍ਰਤੀਕੁਲਾਰ ਹੱਥ ਤੋਂ ਬੋਸੇ ਔਰ ਇਲਾਵਾ ਕੇ ਖਾਸ ਕੋ ਹੱਥ ਤੋਂ ਬੋਸਣਾ ਹੋਇਆ ਹੱਥ ਤੋਂ ਬਸਦੀ ਹੁੰਦੀ ਹੈ ਨਾਰਮਲੀ 199 ਹੱਥ ਤੋਂ ਪੁੱਛਦਾ ਮੇਰੇ ਖਿਆਲ ਕਿਤੇ ਪੁੱਛਿਆ ਨਹੀਂ ਜਾਂਦਾ ਇਹ ਵੀ ਖਾਸ ਤੌਰ ਤੇ ਇਹ ਕਹਿੰਦੇ ਲਿਮਿਟ ਵਾਸੀ ਮਿਥੀ ਮੈਕਸਿਮਲ ਲਿਮਿਟ ਜਿਹੜੀ ਹੁੰਦੀ ਵਜ਼ਨ ਦੀ ਪੈਨੋਕਾਰੀ ਕੋ ਆ ਮੋਟਰ ਇਹ ਜ਼ਲਾਤੀਆ 3 ਉਪਵਾਸੀ 30 ਤਿੰਨ ਤਿੰਦ ਵਾਦੀ ਰਏ ਆਸੀ ਹੁੰਦੇ ਨੇ 25 ਟਨ ਹੁਣ 25 ਟਨ ਸਾਨੂੰ ਸਮਝ ਲਾਗੇ ਸਿੰਪਲ ਐ ਉਹ ਪੂਰੇ 26 ਟਨ ਯਾਹਰ 26 ਟਨ 26 ਟਨ ਕਿਉਂ 26 ਟਨ ਇਸ ਕੇਸ ਵਿੱਚ ਹੁੰਦੇ ਨੇ ਜੇ ਗੱਡੀ ਦੇ ਇੱਕ ਤੋਂ ਵੱਧ ਆਸੇ ਜਿਹੜੇ ਧੂਰੇ ਨੇ ਜ਼ੋਰ ਲਾਣ ਵਾਲੇ ਹੋਣ ਠੀਕ ਐ ਇਸ ਕਰਕੇ ਉਹਦੇ ਲਿਮਟ ਵੱਧ ਸਕਦੀ ਐ ਕਿਨੇ 25 26 ਜਾਂ ਫਿਰ ਤੁਹਾਨੂੰ ਲਾਤੇ ਸੇ 100 ਸੋਨੋ ਰਿਸਪਟਾਤੀ ਪਾਰਟिकुलर ਰਿਕਵੈਸਟ ਜਿਹੜਾ ਸਪੈਸ਼ਲ ਪ੍ਰੈਸਕ੍ਰਿਪਸ਼ਨ ਦੀ ਰਿਸਪੈਕਟ ਕੀਤੀ ਆ ਤੇ ਇਹਦੇ 26 ਟਨ ਹੋ ਸਕਦੇ ਨੇ ਠੀਕ ਹੈ ਹਲਾ ਅੱਗੇ ਕਹਿੰਦੇ ਨੇ ਬੇ ਲਿਮਿਟ ਦੀ ਦੀ ਮਾਸ ਕੰਪਲੈਸਿਵਾ ਲਿਮਿਟਲੀ ਮੈਕਸ ਮਾਸ ਕੰਪਲੈਸਿਵਾ ਦੀ ਗੁਰੂ ਦੇ ਵੀ ਮੈਸੇਜ ਤਾਂ ਨਹੀਂ ਆਇਆ ਨਹੀਂ ਨਹੀਂ ਓਕੇ ਅਲੋਰਾ ਲਿਮਿਟ ਮੈਕਸਿਮਮ ਮੈਕਸਿਮਮ ਜੇ ਲਿਮਿਟ ਹੁੰਦੀ ਹੈ ਠੀਕ ਹੈ ਹਲਾ ਜੇ 25 ਟਨ ਨਾ ਨਾ 25 ਤੋਂ 26 ਟਨ ਜਿਹੜੀ ਹੁੰਦੀ ਹੈ ਇਹ ਸੌਰੀ ਜੇ ਦੋ ਤਾਂ ਤੋਂ ਮੋਟਰ ਅਸ ਮੋਟਰ ਜੇ ਜੇਮਲਤੀ ਡਬਲ ਟਾਇਰ ਹੁੰਦੇ ਸਸਪੰਸ਼ਨ ਇਹਨੇ ਪਾ ਲਈ ਮਾਜੀ ਔਰ ਸਸਪੰਸ਼ਨ ਇਹ ਵਗਾਰ ਦਿੱਤੇ ਗਏ ਮਰਦੇ ਖੂਬ ਜੀ ਨਹੀਂ ਹੋ ਨਹੀਂ ਆ ਵੀ ਜਿਹਨੇ ਮੈਂ ਤੁਸੀਂ ਨੇ ਗਲਤ ਦੱਸਿਆ ਮੈਂ ਤੂੰ ਖੂਬ ਜੀ ਨੂੰ ਮੁਰਾਦ ਕੇ ਜੇ ਗੱਡੀ ਨੂੰ ਡਬਲ ਤੈਰ ਦਿੱਤੇ ਗਿਓ ਹੁਣ ਠੀਕ ਹੈ ਫਿਰ ਲਿਮਟ ਵੱਧ ਸਕਦੀ ਹੈ ਜਿਵੇਂ ਕਿ 383 ਹੁੰਦੇ ਨਾ ਉਹਦੀ ਲਿਮਟ ਜਿਹੜੀ ਹੈ 25 ਤੋਂ 26 ਟਨ ਹੋ ਸਕਦੀ ਹੈ ਠੀਕ ਹੈ ਜੇ ਜੇ ਪਾਨੇ ਮਾਚੀ ਜੇ ਮਰਾਤੀ ਦਿੱਤੇ ਗਿਓ ਹੁਣ ਡਬਲ ਤੈਰ ਦਿੱਤੇ ਗਿਓ ਨਾ ਸਸਪੈਂਸ਼ਨ ਨੂੰ ਪਾਨੇ ਮਾਚੀ ਦਿੱਤੇ ਗਿਓ ਹੁਣ ਤਾਂ ਠੀਕ ਹੈ ਫਿਰ ਜੇ 480 ਵੇ 480 ਦੀ 25 ਟਨ ਨਹੀਂ ਹੁੰਦੀ ਹੈ ਜੇ ਜੇ ਡਬਲ ਟੈਂਰ ਦਿੱਤੀ ਕਿ ਹੁਣ ਜਾਂ ਸਸਪੈਂਸ਼ਨ ਨੂੰ ਪਾਣੇ ਮਾਚੀ ਹਮਨ ਤੇ ਉਹਦੀ ਵੀ ਲਿਮਟ ਜਿਹੜੀ ਹੋ ਸਕਦੀ ਹੈ 25 ਤੋਂ 32 ਟਨ ਠੀਕ ਹੈ ਕਹਿੰਦੇ ਨੇ ਕਿ ਲਿਮਿਟੀ ਦੀ ਮਾਸਾ ਕੰਪਲੇਸਿਵਾ ਪੈਨੋ ਕਾਰੀ ਕੋ ਲਿਵਿਕੋਲੀ ਅਮਾਟੋਰੇ ਇਜ਼ੋਲਾਟੇ 4 ਟਨ ਲਾਤੇ ਇਸ 4 ਆਸੀ 25 ਟਨ 4 ਆਸੀ ਦੀ ਕਰਨੇ 25 ਟਨ ਹੁੰਦੀ ਹੈ ਮੋਬਾਈਲ 40 25 ਟਨ ਹੁੰਦੀ ਹੈ ਉਹ ਪੂਰੇ 32 ਟਨ ਜਾਂ ਫਿਰ 32 ਟਨ ਹੁੰਦੀ ਹੈ ਇਹ 32 ਟਨ ਹੁੰਦੀ ਹੈ ਜੇ ਇਨ ਕੇਸ सेसनो रिस्पेक्टाते पार्टिकुलर प्रिस्क्रिप्शन दे स्पेशल प्रिस्क्रिप्शन वगैरह होवे थे बत्तीटा नहीं हो सकदी है दिस कैन बी वेरी हेवी दिस स्पेसिफिक प्रिस्क्रिप्शन तुमराद ये है कि जे डबल टायर दितते गे होन रोटे जे मिलाती होन और सस्पेंशन और रो, रोट ये मोटर दे टायर ने जे जमीली होन और सस्पेंशन ने दितते गे होन सबानु जो ठीक है दिस कैन बी वेरी हेवी ਕੈਨ ਲਿਮਿਟੀ ਮਾਸਾ ਕੰਪ੍ਰੈਸਿਵ ਪੈਨੋ ਕਾਰੀ ਕੋ ਪਰਿਵੀ ਕੋਲੀ ਆ ਮੋ ਤੋਰੇ ਇਸਲਾਤੀ ਤੇ ਪੈਂਦੇ ਕਿੰਨੇ ਵੀ ਕੋਲੇ ਮੋ ਤੋਰੇ ਇਸਲਾਤੀ ਤੇ ਡਿਪੈਂਡ ਕਰਦੀ ਹੈ ਅ ਡਿਪੈਂਡਲਾ ਟੋ ਦਲ ਟੋਟਾਲੇ ਦਲ ਆਸੇ ਇਨਕੁਈ ਦੋ ਤਾਤੋ ਇਵ ਕੋਲੀ ਕੈਨ ਡਿਪੈਂਡ ਕਰਦਾ ਕਿੰਨੇ ਧੂਰੇ ਕਿੰਨੇ ਆਸੇ ਕਿੰਨੇ ਧੂਰੇ ਦਿੱਤੇ ਗਏ ਨੇ ਆਸੇ ਧੂਰੇ ਨੂੰ ਕਹਿੰਦੇ ਨੇ ਹਿੱਸੇ ਨੂੰ ਗੱਡੀ ਦੇ ਹਿੱਸੇ ਨੂੰ ਕਹਿੰਦੇ ਨੇ ਜਾਂ ਧੂਰੇ ਨੂੰ ਠੀਕ ਹੈ ਕੈਨ ਕਿੰਨੇ ਧੂਰੇ ਦਿੱਤੇ ਗਏ ਨੇ ਇਹ ਡਿਪੈਂਡ ਕਰਦੀ ਹੈ ਕਿਉਂਕਿ ਹਰ ਧੂਰੇ ਦੇ ਹਿਸਾਬ ਤਾਬ ਨਾਲ ਵਜ਼ਨ ਵਧੇਗਾ ਠੀਕ ਹੈ ਨਵੇਂ ਕਿ ਤੁਹਾਨੂੰ ਪਤਾ ਹੈ ਕਿ ਧੂਰੇ ਤੇ ਵੀ ਡਿਪੈਂਡ ਕਰਦਾ ਹੈ ਇੱਕ ਧੂਰਾ ਨਾਰਮਲੀ 12 ਟਨ ਚੱਕਦੇ ਵਜ਼ਨ ਹੈ ਨਾ ਤੇ ਫਿਰ ਜੇ ਇੱਕ ਜੀ 1 ਮੀਟਰ ਦੇ ਅੰਦਰ ਅੰਦਰ 1 ਮੀਟਰ ਦੇ ਅੰਦਰ ਅੰਦਰ ਦੋ ਦੋ ਧੂਰੇ ਹੋਣ ਉਹ ਵੀ 12 ਟਨ ਹੀ ਚੱਕਣਗੇ ਜੇ ਇੱਕ ਇੱਕ 1.30 ਮੀਟਰ ਜਿਹੜੇ ਨੇ ਉਹਦੇ ਅੰਦਰ ਅੰਦਰ 1 ਮੀਟਰ ਤੋਂ ਵੱਧ ਤੇ 1.30 ਮੀਟਰ ਦੇ ਅੰਦਰ ਅੰਦਰ ਜੇ ਦੋ ਦੋ ਧੂਰੇ ਹੋਣ ਉਸੋਂ ਲਾ 16 ਟਨ ਚੁੱਕਦੇ ਨੇ ਇਹਨਾਂ ਦੇ ਬਾਰੇ ਪੁੱਛਿਆ ਨਹੀਂ ਬਣਨਾ 16 ਟਨ ਦੇ ਬਾਰੇ ਔਰ ਇਕ ਔਰ ਇਕ ਤੋਂ ਇਕ 30 ਤੋਂ ਲੈ ਕੇ 2 ਮੀਟਰ ਦੇ ਅੰਦਰ ਅੰਦਰ ਜਿਹੜੇ ਦੋ ਤੂਰੇ ਹੋਣਗੇ ਦੋ ਆਸੇ ਦੋ ਹਿੱਸੇ ਲੱਗੇ ਹੋਣਗੇ ਗੱਡੀ ਦੇ ਉਹ 20 ਟਨ ਚੁੱਕ ਦੇਣੇ ਵਜ਼ਨ ਠੀਕ ਹੈ ਕਿੰਨਾ 20 ਟਨ ਤੇ ਉਹਦੇ ਤੋਂ ਇਲਾਵਾ ਜਿਹੜੀ ਗੱਡੀ ਹੁੰਦੀ ਹੈ ਨਾ ਮੈਜ਼ੇ ਦੀ ਉਪਰਾਂ ਮੈਜ਼ੇ ਦੀ ਉਪਰਾਂ ਜਿਹੜੀ ਹੈ ਉਹ ਉਹਦੇ ਵਜ਼ਨ ਦੀ ਲਿਮਟ ਜ਼ਿਆਦਾ ਹੁੰਦੀ ਥੋੜੀ 13 13 ਟਨ ਚੁੱਕਦੀ ਹੈ ਇੱਕ ਤੂਰੇ ਦੇ ਉੱਤੇ ਠੀਕ ਹੈ ਅਗੇ ਨੇ ਵੇ ਕਿ ਅ ਡਿਪੈਂਡ ਉਹਦੇ ਉਹਦੇ ਤੁਰੇ ਡਿਵਾਂਡ ਕਰਦਾ ਦਰੂਸ ਕੰਪੀਅਰ ਹੋਇਆ ਕੈਨਰਲਿਮੀਦੀ ਮਾਸੀਮਾ ਕੰਪਲੇਸਿਵਾ ਬੇਨੋ ਕਾਰੀ ਕੋ ਜੇਰਪਰੀ ਵੀ ਕੋਲੀਆ ਵਤੋਰੇ ਇਜ਼ਲਾਤ ਤੇ ਤਰੇ ਉਪੀਆਸੀ ਜਿਹੜੀ ਤੀਨੀ ਤੇੰਦੂ ਵਾਦਾਸੀ ਨੇ ਡਿਪੈਂਡੇ ਅਨਕਲਾ ਪ੍ਰੈਜ਼ੈਂਸਾ ਦੀ ਮੈਨੋ ਦੀਪ ਸਸਪੈਂਸ਼ਨ ਨੇ ਆਪਾ ਨੇ ਮਾਰਚੀ ਔਰ ਰੋਤੇ ਜਮਲਾਤੀ ਕਨੇ ਇਹ ਡਿਪੈਂਡ ਕਰਦਾ ਹੈ ਉਹਦੇ ਵਿੱਚ ਸਸਪੈਂਸ਼ਨ ਨੇ ਹੈ ਨੇ ਪਾਨਿਮਾਚੀ ਔਰ ਰੋਤੇ ਜਮਲਾਤੀ ਜਾਂ ਡਬਲ ਟਾਇਰ ਹਨ ਕਿ ਨਹੀਂ ਏ ઓਰ ਲਿਮਟ ਹੈ सस्पेंशन ਨੇ ਪਾਨੀ ਮਾ ਜੀ ਔਰ ਰੋਤੇ ਜਮਲਾਤ ਹੈ ਏ ਹੋਣਗੇ ਤੇ ਜਿਵੇਂ ਅਸੀਂ ਉੱਤੇ ਪੜ ਗਿਆ ਚੁਕਿਓ ਪਹਿਲੇ ਕੁਐਸਚਨਾਂ ਵਿੱਚ 2 ਨੰਬਰ ਔਰ 3 ਨੰਬਰ ਕੁਐਸਚਨ ਵਿੱਚ ਲਿਮਟ ਵੱਧ ਜਾਂਦੀ ਹੈ 25 ਟਨ ਤੋਂ 83 ਦੀ 26 ਟਨ ਹੋ ਜਾਂਦੀ ਹੈ 25 ਟਨ ਤੋਂ 83 ਦੀ 32 ਟਨ ਲਿਮਟ ਹੋ ਜਾਂਦੀ ਹੈ ਠੀਕ ਹੈ ਇਸ ਕਰਕੇ ਦੂਸਰੇ ਕੰਪੀਅਰ ਹੋਇਆ ਪਾਈਨ ਪਾਈਨ ਵਰ ਕਲ ਮੀਦੀ ਦੀ ਮਾਸ ਕੰਪਲੈਸਿਵ ਪੈਨੋ ਕਾਰੀ ਕੋ ਲਿਮਟ ਜਿਹੜੀ ਮੈਕਸਿਮਮ ਮਾਸ ਕੰਪਲੈਸਿਵ ਪੈਨੋ ਕਾਰੀ ਕੋ ਦੀ ਹੈ ਇਹ ਵੀ ਗੋਲੀ ਮੋਟਰ ਦੂਜੇ ਲਾਤੀ ਦੂਏ 80 ਜੀ ਗੱਡੀ ਦੂਏ 80 ਆ ਦੇ ਉੱਤੋਂ ਤੋਂ ਲਾਤੀ 8 ਟਨ ਹੁੰਦੀ ਹੈ ਇਹ ਤਾਂ ਨਹੀਂ ਫਜ਼ੂਲ ਗੱਲ ਹੋ ਗਈ ਇਹ ਤਾਂ ਸਾਨੂੰ ਆਪ ਨੂੰ ਪਤਾ ਕਿ 18 ਟਨ ਹੁੰਦੀ ਹੈ ਠੀਕ ਹੈ ਇਸ ਕਰਕੇ ਫਾਲਸ ਹੋਇਆ ਇਹਦੇ ਚੱਸੀ ਉਹਨੇ ਆਟੋਬਸ ਪਾਰਟਿਕੁਲਰ ਤਵ ਇਸ ਕਰਕੇ ਫਾਲਸ ਹੋਇਆ ਕਿਉਂਕਿ 8 ਟਨ ਨਹੀਂ ਹੁੰਦੀ 18 ਟਨ ਹੁੰਦੀ ਹੈ ਕਲੇਮੀ ਦੀ ਮਾਚਾ ਕਮਲੇ ਜੀ ਵਾ ਪੈਨੋ ਘਰੀ ਕੋ ਵੀ ਗੋਲੀ ਮੋਟਰ ਦੂਜੇ ਲਾਤੀ ਤੇ 80 ਜੀ ਰਿਤੇ ਆਸੀ ਗੱਡੀ ਹੈ ਉਹਦੀ ਲਿਮਟ ਜਿਹੜੀ ਹੈ 20 ਜੀ ਤੋਂ ਲਾਤੇ 15 ਟਨ ਹੁੰਦੀ ਹੈ ਪੰਜੀ ਤੋਂ 83 26 ਹੋ ਸਕਦੀ ਹੈ ਬਰਾਵੋ ਸ਼ਾਬਾਸ਼ ਇਸ ਕਰਕੇ ਫਾਲਸ ਹੋਇਆ ਇਹ 15 16 ਕਰ ਰਹੇ ਨੇ ਕਹਿੰਦੇ ਨੇ ਇਹ ਲਿਮਿਟ ਹੀ ਦਿਮਾਗ ਸਾਕ ਬਲਸੀਵਾ ਪੈਨੋ ਕਰੀ ਕੋ ਆ ਮਿਕੋ ਵਿਕੋਲੀ ਮੋਟਰ ਰਜਿਸਟ੍ਰਾ ਦੀ 4 ਆਸੀ 40 44 48 ਕਿੰਨੀ ਹੋਣੀ ਚਾਹੀਦੀ ਹੈ ਵਿਕੋਲੀ ਜਰਾ ਪੰਜੀ ਤੋਂ 32 ਹੋਣੀ ਚਾਹੀਦੀ ਹੈ ਪੰਜੀ ਤੋਂ 32 40 ਤੋਂ 44 ਨਹੀਂ ਇਹ ਮਜ਼ਦ ਦੀ ਉਪਰ ਆ ਦੀ ਲਿਮਿਟ ਦਾਸ ਰਹੇ 40 44 ਕਰਕੇ ਫਾਲਸ ਹੋਇਆ ਇਸ ਕਰਦੇ ਹੋ ਨਾ ਬਟਰ ਜਿਹੜੇ ਉਹ ਡਬਲ ਹੋਣ ਤੇ ਡਬਲ ਹੋਣੀ ਹੈ सस्पेंशन ਆਪਣੇ ਵਾਜ ਹੀ ਹੁੰਦੇ ਹੈ ਬਰਾਵੋ ਸ਼ੋਕਰ ਜਿਹੜੇ ਵਗੈਰਾ ਹੁੰਦੇ ਨੇ ਸ਼ਾਬਾਸ਼ ਜਿਹੜੇ 40 ਜੁੱਤਾ ਦੀ ਦੱਸ ਰਹੇ ਮੇਜ਼ੋ ਦੇ ਉਪਰ ਹੈ ਗੱਲ ਵਾ ਇਸ ਕਰਕੇ ਫਾਲਸ ਹੋ ਕੇਰੇ ਲਿਮਿਟ ਮੇਜ਼ੋ ਦੇ ਉਪਰ ਉਹ ਗੱਡੀਆਂ ਹੁੰਦੀਆਂ ਨੇ ਜਿਹੜੀਆਂ ਕਿ ਭਾਰੇ ਮੋਆਦ ਲੈ ਕੇ ਜਾਂਦੇ ਬਿਜਰੀ ਰੇਤ ਸਰਿਆ ਆਦਾਂ ਦੀ ਭਾਰਾ ਮਟੀਰੀਅਲ ਲੈ ਕੇ ਜਾਂਦੀਆਂ ਨੇ ਠੀਕ ਹੈ ਅੱਛਾ ਕਨੇ ਲਿਮਿਟ ਦੀ ਮਾਸ ਕੰਪਲੈਸਿਵ ਪੈਨੋ ਕਾਰੀ ਕੋ ਵਿਕੋਲੀਆ ਮੋਟਰੇ ਜੋ ਲਾਤੀ ਦੇ ਪੰਦੇ ਤੀਪੋ ਦੀ ਬਨਿਮਾਚੀ ਕਨੇ ਡਿਪੈਂਡ ਕਰਦਾ ਜਿਹੜੇ ਟਾਈਪ ਦੇ ਟਾਇਰ ਨੇ ਇਨਕੀ ਦਤ ਤਵੀ ਕੋਲੀ ਗੱਡੀ ਟਾਇਰ ਦਿੱਤੇ ਗਏ ਨੇ ਗਲਤ ਕਹਿ ਰਹੇ ਵੀ ਟਾਇਰ ਤੇ ਨਹੀਂ ਡਿਪੈਂਡ ਕਰਦਾ ਟਾਇਰਾਂ ਤੇ ਬਣ ਕਰਦਾ ਨਹੀਂ ਨਹੀਂ ਇਹ ਧੂਰੇ ਤੇ ਡਿਪੈਂਡ ਕਰਦਾ ਆਸੇ ਤੇ ਡਿਪੈਂਡ ਕਰਦਾ ਠੀਕ ਹੈ ਵੀ ਕਿੰਨੇ ਧੂਰੇ ਆਲੀ ਗੱਡੀ ਠੀਕ ਹੈ ਸਰ ਕੇ ਫਾਲਸ ਹੋਇਆ ਕਨੇ ਲਿਮਿਟ ਦੀ ਮਾਸ ਕੰਪਲੈਸਿਵ ਪੈਨੋ ਕਾਰੀ ਕੋ ਵਿਕੋਲੀਆ ਮੋਟਰੇ ਜੋ ਲਾਤੀ ਆ ਕਿੰਦੀ ਚੋਂ ਲਾਦੇ ਇੱਥੇ ਫਾਲਸ ਹੋ ਗਿਆ ਕਹਿੰਦੇ 12 12 ਟਨ ਹੁੰਦੇ ਆ ਸਾਲਵਾ ਕੇ ਸੀ ਟ੍ਰਾਂਸਪੋਰਟ ਤੋਂ ਲਿਕਵਿਡ ਇਹਦੇ ਲਾਵਾ ਕੇ ਜੇ ਤੁਸੀਂ ਟ੍ਰਾਂਸਪੋਰਟ ਕਰਦੇ ਲਿਕਵਿਡ ਲਿਕਵਿਡ ਵਗੈਰਾ ਦੀ ਕੋਈ ਗੱਲ ਨਹੀਂ ਹੈ ਵੀ 15 ਟਨ ਨਹੀਂ ਹੁੰਦਾ ਇਹ ਵੀ ਠੀਕ ਹੈ ਅੱਗੇ ਆ ਜਾਓ ਨੈਕਸਟ ਪੇਜ ਹੈ 99 ਸਰਕਾਰੀ ਆਸ ਕਾਰੀ ਕੋ ਸੁਲਾ ਹਸੇ ਇੱਕ ਤੂਰੇ ਦੁੱਤਾ ਵਦਨ ਤੂਰੇ ਦੁੱਤਾ ਵਦਨ ਕਿੰਨਾ ਦੱਸਿਆ ਸੀ ਮੈਂ ਇੱਕ ਤੂਰੇ ਦੁੱਤਾ ਵਦਨ ਆਉਂਦਾ ਹੈ 12 ਟਨ ਜਮੇਜ਼ੇ ਦੀ ਉਪਰੇ ਤੇ 13 ਟਨ ਹੋ ਜਾਣਾ ਬრავੋ ਸ਼ਾਬਾਸ਼ ਜੇ 1 ਮੀਟਰ ਤੋਂ ਜੇ 2 ਧੂਰੇ ਲੱਗੇ ਨੇ 1 ਮੀਟਰ ਦੇ ਵਿੱਚ ਵਿੱਚ ਫੇਰ ਇਹ ਵੀ 12 ਰਾਣਾ ਜੀ ਫੇਰ ਵੀ 12 ਟਨ ਬრავੋ ਸ਼ਾਬਾਸ਼ ਦੇ ਇੱਕ 130 ਤੋ ਲੈ ਇਹ 1 ਮੀਟਰ ਤੋਂ ਲੈ ਕੇ 130 ਤੱਕ ਹੋਣ ਤੇ ਫੇਰ 16 ਜੀ 16 ਟਨੇ ਪੁੱਛਿਆ ਨਹੀਂ ਜਾਣਾ ਮੈਂ ਕੁਐਸਚਨ ਹੈ ਵਾਸੇ ਸੋ ਤੇ 130 ਤੋ ਲੈ ਕੇ 2 ਮੀਟਰ ਤੱਕ ਹੋਵੇ ਤੇ ਜੀ 20 ਟਨ ਬრავੋ ਸ਼ਾਬਾਸ਼ ਇਹ ਲਿਖਨੇ ਪੁੱਛਿਆ ਨਹੀਂ ਜਾਣਾ ਠੀਕ ਹੈ ਕਹਿੰਦੇ ਲਾ ਮਾਸਾ ਮੈਕਸੀਮਾ ਮੈਸਾ ਸੋ ਲਾ 10 ਪੋ ਕਾਰੀ ਕੋ ਨੋਨ ਪੋ ਸੁਪੇਰਾਰੇ ਬਾਰ ਦੇ ਟੋਨ ਲਾਤੇ ਕਹਿੰਦੇ ਬਾਰ ਟੰਤੂ ਵਦਨਾ ਨਹੀਂ ਚਾਹੀਦਾ ਹੈ ਵੀ ਕਹਿੰਦੇ ਮੈਕਸੀਮਾ ਮੈਸਾ ਜਾਦਾ ਹੈ ਸੋ ਲਾ ਸੇ ਇੱਕ ਤੂਰੇ ਦੇ ਹੁੰਦੇ ਹੈ ਜਿਹੜਾ 12 ਟੰਦ ਨੂੰ ਵਜਨ ਚਾਹੀਦਾ ਵੇਰ ਹੋਇਆ ਕਹਿੰਦੇ ਲਾ ਮਾਸਾ ਮੈਕਸੀਮਾ ਮੈਸ ਸੋ ਜਾਦਾ ਹੈ ਸੂ ਦੂਏ ਆਸੀ ਕੋਂਟਿਗੁਏ ਕੋਂਟਿਗੁਏ ਜੁੜੇ ਹੋਏ ਦੋ ਤੂਰੇ ਨੇ ਜਿੰਨੇ ਨੇੜੇ ਨੇ ਕਿ ਤੁਝੇ ਆ ਉਹਨਾਂ ਦੇ ਸੈਂਸ ਆ ਫਰਾ ਨਾਨ ਸੁਪਰੀਅਰ ਹੈ ਉਹਨਾਂ ਮੈਟਰ 1 ਮੀਟਰ ਤੋਂ ਵੱਧ ਜਿਹੜਾ ਡਿਸਟੈਂਸ ਫਾਸਲਾ ਨਹੀਂ ਹੈ ਵੀ ਨਾਨ ਪੌ ਸੁਪਰੀਅਰ ਹੈ ਦੋ ਦੀ ਚੀਤੋਂ ਲਾਤੇ 12 ਟਨ ਤੋਂ ਵੱਧ ਨਹੀਂ ਸਕਦਾ ਹੈ ਵੀ 1 ਮੀਟਰ ਤੋਂ ਵੱਧ ਨਾ ਹੋਵੇ ਤਾਂ ਉਹ ਵੀ 12 ਟਨ ਤੋਂ ਵੱਧ ਨਹੀਂ ਸਕਦਾ ਦੂਸਰੇ ਕੰਮ ਤੇ ਫੇਰ ਐਸੀ ਹੀ ਪੜ ਗਏ ਆ ਕਹਿੰਦਾ ਮਾਸਾ ਮਾਸੀ ਮਾ ਮੈਸਾ ਲੇਜੇ ਆਲ ਲੇਜੇ ਸੁਲਾ ਆਸੇ ਪਿਉ ਕਾਰਿਕਾਤੋ ਡਿਪੈਂਡੇ ਦਲ ਨੰਬਰੋ ਦਲ ਰੋਤੇ ਦਲਾਸੇ ਕਿਨ ਨੰਬਰ ਦਾ ਰੋਤੇ ਕਿਨ 13 ਤੇ ਡਿਪੈਂਡ ਕਰਦਾ ਜਿਹੜੇ ਧੂਰੇ ਦੇ ਟਾਇਰ ਨੇ ਗਲਤ ਕਿਨ ਫਾਲਸ ਹੋਇਆ ਧੂਰੇ ਦੇ ਟਾਇਰ ਦੀ ਗੱਲ ਨਹੀਂ ਹੈ ਵੀ ਇਥੇ ਇਸ ਦਾ ਕਹ ਫਾਲਸ ਇਹ ਧੂਰੇ ਕਿੰਨੇ ਨੂੰ ਉਹਦੇ ਡਿਪੈਂਡ ਕਰਦਾ ਧੂਰੇ ਦੇ ਟਾਇਰਾਂ ਤੇ ਡਿਪੈਂਡ ਨਹੀਂ ਕਰਦਾ ਫਾਲਸ ਹੋਇਆ ਕਿਲੇ ਮਾਸਾ ਮੈਕਸਿਮਮ ਇਸ ਅਸੂਲਾ ਸੇ ਪਿਊ ਕਾਰੀਕਾ ਤੋਂ ਨੋਨ ਪੋਸ ਸੁਪੇਰਾ ਰੇ ਨਹੀਂ ਵੱਧ ਸਕਦਾ ਹੈ ਵੀ ਇੱਕੋ ਤੋਂ ਜਿੱਤਣ ਲੱਤੇ 14 ਟਨ ਦੋ ਗਲਤ ਕਿਨ ਫਾਲਸ ਹੋਇਆ ਸੀ 12 ਟਨ ਪੜ ਚੁੱਕੇ ਹੋਏ ਆ ਠੀਕ ਹੈ ਸਿਰਕੇ ਫਾਲਸ ਹੋਇਆ ਅਕੇ ਕਹਿੰਦੇ ਨੇ ਬੇ ਮਾਸਾ ਮਕਸੀਮਾ ਇਹਦਾ ਮੈਕਸਿਮਮ ਵਜ਼ਨ ਹੈਗਾ ਮੇਜ਼ੀ ਦੇ ਉੱਪਰ ਆ ਠੀਕ ਹੈ ਮੈਕਸਿਮਮ ਵਜ਼ਨ ਕਿੰਨਾ ਹੈ ਇੱਕ ਤੂਰੇ ਦਾ 13 ਟਨ ਤੇ ਇਹਦਾ ਜਿਹੜਾ ਹੁੰਦਾ ਨਾ ਦੂਵੇ ਆਸੀ 18 ਟਨ ਨਹੀਂ ਹੁੰਦਾ 20 ਟਨ ਹੁੰਦਾ ਠੀਕ ਹੈ ਔਰ 388 ਜਿਹੜਾ ਨਾ ਉਹ 25 ਟਨ ਨਹੀਂ ਹੁੰਦਾ ਉਹ 33 ਟਨ ਹੁੰਦਾ 40 ਆਸੀ ਉਹ 40 ਆਪਣਾ 25 ਟਨ ਨਹੀਂ ਹੁੰਦਾ ਐ ਵੀ ਉਹ ਮੇਜ਼ੀ ਦੇ ਉਪਰ ਆ ਦਾ 40 ਟਨ ਹੁੰਦਾ ਠੀਕ ਹੈ ਸਮਝ ਆ ਗਈ ਰਕਸੀ OK ਸਰ ਜ਼ਬਰਦਸ ਜੀ ਰੇਟਾ ਜੇ ਤਾਈ ਦੰਦੀ ਜਾਨੀ ਨਾ ਲੇ ਬੇਜਰੀ ਜਰੀ ਲੈ ਜਾਣ ਵੇ ਕਰੀਆਂ ਉਦਾਂ ਨਹੀਂ ਕਰੀਆਂ ਕਹਿੰਦਾ ਕਾਜ਼ੋ ਦੀ ਉਹ ਮੇਜ਼ ਦਿਓ ਪਰ ਇੱਕ ਮੇਜ਼ ਦਿਓ ਪਰ ਹੁੰਦਾ ਹੈ

ਵੈਂਤੀ ਤੋਂ ਨਿਲਾਤੇ ਕਹਿੰਦੇ 20 ਟਨ ਤੋਂ ਵੱਧ ਨਹੀਂ ਸਕਦਾ ਇਹ ਵੀ ਦਰੂਸਕਨ ਵੀ ਵੇਰ ਹੋਇਆ 20 ਟਨ ਤੋਂ ਵੱਧਣਾ ਨਹੀਂ ਚਾਹੀਦਾ ਹੈ ਵੀ ਠੀਕ ਹੈ ਮੇਦੇ ਤੇ ਉਪਰ ਦੂਹਿਆਸੀ ਦਾ ਆਏ ਕਹਿੰਦੇ ਵੀ ਮਾ ਲ ਇਨ ਕਨਾਰਕਾਜ਼ੋ ਲ ਮੈਸੇਦੀ ਉਪਰ ਜਿਹੜਾ ਇਹ ਲ ਲ ਮਾਸਾ ਕੰਪਲੇਸਿਵੋ ਪੇਨੋ ਕਾਰੀਕੋ ਜਾਂ ਮਾਸਾ ਕੰਪਲੇਸਿਵੋ ਪੇਨੋ ਕਾਰੀਕੋ ਹੈ ਜਿਹਨੂੰ ਵੀ ਕੋਲੀ ਇਜ਼ੋਲਾਤੀ ਤੇ ਤਰੇ ਉਪ ਤਰੇ ਆਸੀ ਜਿਹੜੇ ਤਰੇ ਆਸੀ ਗੱਡੀ ਹੈ ਨੋਨ ਪੋਸੂਪੇਰਾਰੇ ਸੁਪਰੀਓਰੇ ਆ 33 ਟਨ ਲਾਤੇ ਤੇ ਟੀ ਟੰ ਤੋਂ ਵੱਧ ਨੀ ਹੋਣਾ ਚਾਹੀਦਾ ਵੀ ਦਰਸ਼ਕਾਂ ਦੇ ਪਿਪਰੋ ਐਸ ਵੀ ਮੈਂ ਹੋਣੇ ਤੁਹਾਨੂੰ ਦਿਖਾਇਆ ਦੱਸਿਆ 33 ਨਾਲ ਤੋਂ ਵੱਧ ਨਹੀਂ ਹੋਣਾ ਚਾਹੀਦਾ 83 ਦਾ ਅਗਨੇ ਬੇ ਲਾ ਮਾਸਾ ਨਲਕਾ ਤੋਂ ਦੀ ਕਾਜ਼ੋ ਦੀ ਉਹ ਮੈਜ਼ੋ ਦੀ ਉਪਰ ਜਿਹੜੀ ਇੱਕ ਮੈਜ਼ੋ ਦੀ ਉਪਰ ਹੁੰਦੀ ਹੈ ਮਾਸਾ ਕੰਪਲੈਕਸਿਵ ਪੈਨੋ ਕਾਰਿਕਾ ਦੀ ਉਹ ਨਾ ਵਿਕੋਲੋ ਜਿਹੜਾ ਮਾਸਾ ਕੰਪਲੈਕਸਿਵ ਪੈਨੋ ਕਾਰਿਕਾ ਹੁੰਦਾ ਹੈ ਗੱਡੀ ਦਾ ਇਜ਼ਲਾਤੀਆ 4 ਰੋ ਆਪਿਓ ਆਸਿਕ 4 ਜਾਂ 4 ਤੋਂ ਵੱਧ ਜਿਹੜੇ ਧੂਰੇ ਹੁੰਦੇ ਨੇ ਜਿਹੜੇ ਇਸੇ ਹੁੰਦੇ ਨੇ ਗੱਡੀ ਦੇ ਇਹ 280 ਅੰਟਰੀਓਰੀ ਡਰੈਸ਼ਨਲੀ ਔਰ ਅਗਲੇ ਦੋ ਡਾਇਰੈਕਟ ਡਾਇਰੈਕਸ਼ਨ ਦਸਨ ਵਾਲੇ ਜਿਹੜੇ ਟਾਇਰ ਨੇ ਯਾਨੀ ਕਿ ਅਗਲੇ ਦੋ ਟਾਇਰ ਜਿਹੜੇ ਘੁੰਮਣ ਵਾਲੇ ਨੇ ਨੋਨ ਪੋਸਿਪਰਾਰੇ 44 ਟਨ ਉਹ 44 ਟਨ ਤੋਂ ਸੌਰੀ ਬਿਲਕੁਲ ਉਹ 44 ਟਨ ਤੋਂ ਬਾਤ ਨਹੀਂ ਸਕਦਾ ਇਹ ਦਰੁਸ ਕਿੰਨੇ ਬੇਵਰ ਹੋਇਆ ਕਿਉਂਕਿ ਨਾਰਮਲੀ ਚਾਰਲੀ ਹੁੰਦੇ ਨੇ ਜੇ 280 ਜਿਹੜੇ ਦਰਸ਼ਨ ਵਾਲੀ ਹੋਣ ਤੇ 44 ਟਨ ਹੋ ਸਕਦਾ ਠੀਕ ਹੈ ਕੋਤਰਾ ਵੀ 80 ਦੇ ਦਰੁਸਤ ਕਰਨ ਵੀ ਵੇਰ ਹੋਇਆ ਵੀ। ਉਸੇ 4 ਨੰਬਰ ਪੜਨਾ ਸੀ ਵਿਚਾਰ ਨੁਕੜਦੇ ਵੀ। ਹਸ ਤਾਲਾ ਨਾ ਮੈਂ ਪੜਦਿਆਂ ਤੇ ਪੰਜ ਦਾ ਕੋ ਤਰਜਮਾ ਕਰਾਂਗੇ। ਹਾਂ ਹਾਂ ਬਿਲਕੁਲ ਬਿਲਕੁਲ। ਮੈਨੂੰ ਵੀ ਜਦਰਾ ਕੰਮੀ ਆ ਗਈ। ਕਹਿੰਦੇ 40 ਟਨ ਤੋਂ ਵੱਧਣੀ ਚਾਹੀਦੀ ਦਰੁਸਤ ਕਰਨ ਵੀ ਵੇਰ ਹੋਇਆ। ਕਿਉਂਕਿ ਜੇ ਨਾਰਮਲੀ ਹੁੰਦੀ ਹੈ ਨਾ ਉਹਦੇ 40 ਟਨ ਤੋਂ ਵਧਣਾ ਵਧਣਾ ਨਹੀਂ ਚਾਹੀਦਾ ਐ ਵੀ ਠੀਕ ਹੈ। ਜਿਵੇਂ ਕਿ 4 ਨੰਬਰ ਹੈ। ਕਹਿੰਦੇ ਕੌਣ ਕੌਣ 2 ਅਸੀ ਐ ਐਂਟਰੀਓਰੇ ਦ੍ਰਸ਼ਿਨਾਲੀ ਨੋਨ ਪੋ ਸੁਪੇਰਾਰੇ ਚੁਰਤਾਲੀ ਟਨ ਕਹਿੰਦੇ 40 ਟਨ ਤੋਂ ਵੱਧਣੀ ਚਾਹੀਦੀ ਐ ਵੀ ਜਿਹੜੇ ਨਾਲ ਕਾਜ਼ ਹੋਏ ਜੀ ਮਜ਼ਦ ਦੀ ਉਪਰ ਆ ਜਿਹੜੀ ਮਜ਼ਦ ਦੀ ਉਪਰ ਹੈ ਮਾਸਾ ਕੰਪਲੈਕਸਿਵ ਪੈਨੋ ਕਾਰੀਕੋ ਕੰਪਲੈਕਸੋ ਬਿਕੋਲੋ ਆ 480 ਜਿਹੜੀ 480 ਨੋਨ ਪੋ ਸੁਪੇਰਾਰੇ ਆ ਚੁਰਤਾਲੀ ਟਨ ਜਿਹੜੀ 4 ਨੇ 480 ਜਿਹੜੀ ਇਹ ਚੁਰਤਾਲੀ ਟਨ ਤੋਂ ਵੱਧਣੀ ਚਾਹੀਦੀ ਐ ਵੀ ਜਿਹਦੇ ਦੋਏ ਆਸੇ ਸਰਜਾਂਤੇ ਹੋਣਗੇ ਨਾ ਉਹ 40 ਟਨ ਤੋਂ ਨਹੀਂ ਵੱਧਣੀ ਚਾਹੀਦੀ ਠੀਕ ਐ ਦੂਏ ਹਸ ਅਸਟਰਡਾਂ ਦੇ ਜਿੱਥੇ ਗੱਲ ਨਾ ਹੋਵੇਗੀ ਉਹ ਉਹਦੀ ਲਿਮਿਟ ਵਾਜੀ ਕੋ 44 ਰਨ ਲਿਮਿਟ ਹੋ ਜਾਏਗੀ ਠੀਕ ਹੈ ਦੂਸਰ ਕੰਪੇਵੇਰੋ ਹੈ ਆਈ ਅੱਗੇ ਕਹਿੰਦੇ ਨੇ ਬੇ ਨਲਕ ਨਲਕਾਜ਼ੇ ਦੀ ਮੇਜ਼ ਦੇ ਉਪਰ ਜਿਹੜੀ ਮੇਜ਼ ਦੇ ਉਪਰ ਹੁੰਦਾ ਹੈ ਲਾ ਮਾਸਾ ਕੰਪਲੇਕਸਿਵਾ ਪੇਨੋ ਕਾਰੀਕੋ ਆਸ ਕੰਪਲੇਕਸਿਵਿਕੋਲੋ ਅਚ 44 assi po superare a 44 run kene 44 run tu badh sakdi hai kene mezedi opera jeh ri hai ma so complesivo peno cari ko e compleso divicoli compleso divicoli jive ke mor ke zimmed samet je me ya samir mor ke zimmed jeh ri e kene be o complesivo divicoli non posso superare ni badh sakdi hai vi 44 run tu ਮੇਜ਼ੂ ਦੀ ਉਪਰਾ ਜਿਹੜੀ ਜਿਹਦੇ ਵਿੱਚ ਸ੍ਰੋਤੇ ਸਰਦਾਨ ਤੇ ਦਰਜ ਕਰਨਾ ਹੋਵੇਗੀ ਉਹ 44 ਟਨ ਤੋਂ ਨੋਨ ਪੋਸੀਬਲ ਆ ਰਹੀ ਨਹੀਂ ਵੱਜ ਸਕਦੀ ਇਹ ਦੂਸਰ ਕੰਪੀਅਰ ਹੋਇਆ ਕਨ ਲਕਾਜ਼ੋ ਦਿਉਨਾ ਮੇਜ਼ੂ ਦੀ ਉਪਰਾ ਇਨਕੇ ਜੇ ਮੇਜ਼ੂ ਦੀ ਉਪਰਾ ਜਿਹੜੀ ਹੁੰਦੀ ਹੈ ਲਮਾ ਸ ਕੰਪਲੈਸਿਵਾ ਪੇਨੋ ਕਾਰੀ ਕੋ ਕੰਪਲੈਸੋ ਬਿਕੋਲੀ ਚੀਕ ਵੀ ਉਪਵਾਸੀ ਪੰਜੋਂ ਪੰਜ ਤੋਂ ਵਧਾ ਸਕਦੀ ਹੁੰਦੀ ਹੈ ਨਾ ਨੋਨ ਪੋਸੀਬਲ 58 ਟਨ 58 ਟਨ ਤੋਂ ਵੱਧ ਨਹੀਂ ਸਕਦੀ ਸਾਲਵਾ ਕਾਜ਼ੀ ਪ੍ਰਤੀ ਗੁਲਾਰੀ ਜੇ ਕੋ ਸਪੈਸ਼ਲ ਕਿਸਮ ਦਾ ਕੇਸ ਨਾ ਹੋਵੇ ਤਾਂ ਠੀਕ ਹੈ ਨਰਵਾ ਚੁਣਿਆ ਤਾਂ ਜੇ ਉਹ ਬੇਟਨਰੀ ਵਰਵਾ ਬਣਾ ਤਾਂ ਉਹਦੇ 54 ਦੇ ਗੱਲ ਬਣ ਤਾਂ ਠੀਕ ਹੈ ਉਹ ਜਿਹੜਾ ਉਹ ਸਿਮਿੰਟ ਘੋਲਣ ਵਾਲੀ ਹੁੰਦੀ ਹੈ ਕਹਿੰਦੇ ਵੇ ਇਨ ਲਾਕਾਜ਼ ਮੇਜ਼ੋ ਦੀ ਉਪਰਾ ਲਾ ਮਾਸਾ ਕੰਪਲਸਿਵ ਬੈਨੋ ਕਾਰੀਕੋ ਕੰਪਲਸਿਵ ਕੋਲਾਰੇ ਚਿਕੋ ਪਿਆਸੀ ਜਿਹੜੇ ਪੰਜੇ ਪੰਜ ਤੋਂ ਵੱਧ ਜੇ ਤੂਰੇ ਨੇ ਅ ਅਸੀਦਰੋਸ ਪਾਰਟਸਪੋਰਟਾਦੀ ਕਲ ਚੇਸਤਰੂਜ਼ਾ ਇਨ ਬੋਚੇਨ ਉਹ ਇਨ ਬੇਟਨੇਰਾ ਨੋਲ ਬੋ ਸੁਪੇਰਾਰ ਚੁਣਿਆ ਤਾਂ ਜਿਹੜਾ ਬੇਟਨਰੀ ਉਹਦੇ ਕਰ ਚੇਸਤਰੂਜ਼ਾ ਜਿਹੜਾ ਕੋ ਘੁੰਮਦਾ ਰਹਿੰਦਾ ਉਹ ਤਾਂ ਸਿਮਿੰਟ ਜੇ ਘੋਲਣ ਵਾਲਾ ਉਹ ਉਹਦੇ 52 ਟਨ ਤੋਂ ਵੱਧਣਾ ਚਾਹੀਦਾ ਹੈ ਵੀ ਦਸ ਕੈਨ ਬੇਵਰ ਹੋਇਆ ਚੀਕੋ ਪ੍ਰਵਾਸੀ ਦੇ ਨਾਰਮਲੀ ਮੈਜਦੀ ਉਪਰ ਆਉਂਦੇ ਨੇ 54 ਟਨ ਜੇ ਇਹ ਹੋਵੇਗੀ ਜਿਹਦਾ ਉਹ ਉੱਤੇ ਘੁੰਮਦਾ ਰਹਿੰਦਾ ਉਹਦੇ 54 ਟਨ ਠੀਕ ਹੈ ਉਹ ਸਿਮਰ ਕੋਲਣ ਵਾਲਾ ਦਸ ਕੈਨ ਬੇਵਰ ਹੋਇਆ ਵੀ ਨਾਲ ਕਾਹ ਤੋਂ ਮੈਜਦੀ ਉਪਰ ਆ ਜਰਾ ਹੈ ਇਨਕੇ ਜਿਹੜੇ ਮੈਜਦੀ ਉਪਰ ਆ ਜਰਾ ਮਾਸ ਮਾਸ ਮਾਸਾ ਮੈਕਸਾ ਸੋਲ ਆਸੇਪੀ ਕਾਹ ਤੋਂ ਮੈਕਸਮਮ ਜਿਹੜਾ ਵਜ਼ਨ ਹੈ 1 ਤੁਰੇ ਦੀ ਜਿਹੜੀ ਜਾਇਜ਼ਤਾ ਹੈ ਨੋਨ ਪਾਸ ਉਪਰ ਆ ਦੇ 18 ਟਨ ਹੈ ਕਿੰਨਾ 18 ਟਨ ਤੋਂ ਵੱਧਣਾ ਚਾਹੀਦਾ 18 ਟਨ ਤੋਂ ਵੱਧਣਾ ਚਾਹੀਦਾ ਵੇਹੀ 13 ਜੀ ਵੀਦਨ ਵੀਦਨ ਕਨੇ ਕਾਜੋ ਇਹ ਮੇਜ਼ ਦੀ ਉਪਰ ਲਮਾਸਾ ਮੈਕਸਿਮਮ ਐਸੋ ਸੁਲਪ ਐਸੇ ਪਿਊ ਕਾਰੀਕਾ ਤੋ ਨੋਨ ਬੋ ਸੁਬਰਾਰੇ ਸੁਪਰੀਓਰ ਸੁਪੇਰੇਆ ਤਾਰਦਨ ਇੱਕ ਧੂਰੇ ਦੇ ਉੱਤੇ 13 ਹੁੰਦਾ ਤੇ ਦੋ ਦੇ ਉੱਤੇ 20 ਹੁੰਦਾ ਇਸ ਕਰਕੇ ਇਹ ਫਾਲਸ ਹੋਇਆ ਕਿਉਂਕਿ ਇਹ ਲਕਾਜ਼ੋ ਇਨ ਦੀ ਉਹ ਮੈਜ਼ੋ ਦੀਓ ਪਰ ਜੀ ਲਿੰਕੇਜ ਮੈਜ਼ੋ ਦੀਓ ਪਰ ਉਹਦੇ ਮਾਸਾ ਕੰਪਰੈਸਿਵ ਆਪੇ ਨੂੰ ਕਾਰੀ ਕੋ ਜੜਾ ਜਿਹਨਾਂ ਵਿਕੋਲੀ ਜ਼ਲਾਤ ਦੋ 80 ਦੋ 80 ਗੱਡੀ ਅਨਨ ਪੋਸੋ ਪੇ ਰਾ 24 ਟਨ ਲਾਤੇ 24 ਟਨ ਲਾਤੇ 24 ਟਨ ਦੂ ਵਧਣਾ ਚਾਹੀਦਾ ਵੀ ਜੇ 280 ਹੋਵੇਗੀ ਉਹ 20 ਟਨ ਤੋਂ ਦਿੰ ਬਦਣਾ ਚਾਹੀਦਾ ਇਸ ਕਰਕੇ ਗਲਤ ਕਿ ਇਹ ਵੀ ਫਾਲਸ ਹੋਇਆ ਹੁਣ ਤੋਂ ਦੱਸ ਰਹੇ ਸੀ ਲਕਾਜ਼ੋ ਦੀ ਮੈਜ਼ੋ ਦੀਓ ਪਰ ਮਾਸਾ ਕੰਪਰੈਸਿਵ ਆਪੇ ਨੂੰ ਕਾਰੀ ਕੋ ਆ ਜਿਹਨਾਂ ਵਿਕੋਲੀ ਜ਼ਲਾਤ 380 ਜਿਹੜੇ 380 ਗੱਡੀ ਹੈ ਨਨ ਪੋਸੋ ਪੇ ਰਾ 40 ਟਨ ਕਰਨ 40 ਟਨ ਦੋਤ ਨਹੀਂ ਚਾਹੀਦਾ ਗਲਤੀ ਕਰ ਮੇ ਫਾਲਸ ਹੋਇਆ 40 ਟਨ ਦੇ ਦੇ ਵਿੱਚ ਕੋਈ ਚੱਕਰ ਨਹੀਂ ਹੈ ਵੀ ਨਾਲ ਕਾਹਦੀ ਮੇਜ਼ਦੀ ਉਪਰਾਂ ਨਹੀਂ ਕਿ ਜੇ ਮੇਜ਼ਦੀ ਉਪਰ ਜਿਹੜੀ ਨੇ ਮਾਸ ਕੰਪਲੈਕਸੀਵ ਪੈਨੋ ਕਾਰੀ ਕੋ ਹੈ ਜੀ ਉਹਨਾਂ ਵਿ ਕੋਲੀ ਜਲਾਤ ਯਾ 4 ਤੋਂ ਉਪਰ ਆਸੀ ਜਿਹੜੀ ਚਾਰਾਂ ਚਾਰ ਤੋਂ ਵੱਧ ਆਸੀ ਹੁੰਦੇ ਨੇ ਕੁੰਦੂ ਆਸੀ ਅੰਤਰੀਓ ਰੈਡੈਕਸ਼ਨਲ ਐਵਰੇਜ ਔਰ ਜਿਹੜੇ ਅਗਲੇ ਦੋ ਆਸੀ ਹੁੰਦੇ ਨੇ ਡਾਇਰੈਕਸ਼ਨ ਦੱਸਣ ਵਾਲੇ ਨੋਨ ਪਸੂਪਰਾਰੇ ਚਿਕਵਾਂਟਾ ਟਨ ਲਾਦੇ ਪੰਜਾਹ ਟਨ ਦੋਤ ਨਹੀਂ ਚਾਹੀਦਾ ਵੀ ਗਲਤੀ ਕਰਨੇ 50 ਟਨ ਦੀ ਲਿਮਟ ਨਹੀਂ ਹੁੰਦੀ ਐ ਵੀ ਦੀ ਠੀਕ ਹੈ ਇਹਨਾਂ ਮਾਸਕੋਨਬਲੈਸਵੀਓ ਪੈਨੋਕਾਰੀ ਕੋ ਬਿਕੋਲੀ ਇਜ਼ੁਲਾਟੇ ਬਿਕੋਲੀ ਇਜ਼ੁਲਾਟੇ ਜਿਹੜੀ ਹੋਵੇਗੀ ਨਾ ਉਹਦੇ ਹੋਣਗੇ 40 ਟਨ ਮੈਕਸਿਮਮ ਠੀਕ ਹੈ ਇਹ 50 ਕਹਿੰਦੇ ਨੇ ਬੇ ਠੀਕ ਹੈ ਕਿੰਨੇ ਪਿਊ ਪਿਊ ਆ 80 ਕੋਨ ਦੂ 80 ਅੰਤਰੀਓਰੀ ਡਿਰੈਕਸ਼ਨਲ ਅਗਲੇ ਡਿਰੈਕਸ਼ਨ ਦੇ ਸਨ ਵਾਲੇ ਬਿਕੋਲੀ ਇਜ਼ੁਲਾਟੇ ਜਿਹੜੀ ਹੋਵੇਗੀ ਉਹਦੇ ਕਿੰਨੇ ਹੋਣਗੇ 40 ਉਹਦੇ 50 ਨਹੀਂ ਹੋਣਗੇ ਵੀ ਠੀਕ ਹੈ ਅਦਰ ਮਾਸਕੋਨਬਲੈਸੀ ਅਲੋਰਾ ਇਨ ਕਨਨ ਵਾਲਾ ਕਾਜ਼ੋ ਦੀ ਮੈਦੂਦੀ ਹੈ ਪਰ 라 ਮਾਸਸਾ ਕੰਪਲੇਸਿਵਾ ਪੈਨੋ ਕਾਰੀਕੋ ਆ ਕੰਪਲੇਸਿਵਿਕੋਲਾਰੀਆ 480 ਨਨ ਪੋ ਸੁਪੇਰਾਰੇ ਚਰਵੰਜਾ ਟਨ ਕਿਨੇ 480 ਦੇ 54 ਟਨ ਨਹੀਂ ਬਦਲਣਾ ਚਾਹੀਦੇ ਦੇਖੋ ਇਹਦੇ 44 ਟਨ ਹੁੰਦੇ ਨੇ 54 ਟਨ ਨਹੀਂ ਹੁੰਦੇ ਆ ਵੀ ਸਕੇ ਗਲਤ ਕਿਨ ਬੇ ਫਾਲਸ ਹੋਇਆ ਇਹ ਬਿਕੋਲੀ ਜ਼ੋਲਾਤੀ ਨਹੀਂ ਹੈ ਨਾ ਇਹਦੇ 40 ਟਨ ਜਿਹਦੇ ਕਿ ਉਹ ਜ਼ਕਰ ਹੁੰਦਾ ਨਾ ਆ ਦੂਏ ਆਸੇ ਅੰਤਰੀਓਰੇ ਸੇ ਤਰੇਜ਼ਾਂਦੇ ਇਹ ਉਹ ਨਹੀਂ ਹੈ ਇਸ ਕਰਕੇ ਇਹਦੇ 44 ਟਨ 54 ਨਹੀਂ ਫਾਲਸ ਹੋਇਆ ਕੰਨ ਨੇ ਗਾਜ਼ੀ ਦੀ ਮੈਥੋਡੀਓ ਪਰ ਇੰਗੇਜ ਮੈਥੋਡੀਓ ਉੱਪਰ ਹੁੰਦਾ ਹੈ ਲਮਾਸਾ ਕੰਪਲੈਸਿਵਾ ਪੈਨੋ ਕਾਰੀਕੋ ਆ ਕੰਪਲੈਸੋ ਵਿਕੋਲ ਵਿਕੋਲੋ ਅਚੀਕੋ ਹੋਪਿਉ ਆਸੀ ਜਿੱਦ ਪਾਈਆਂ ਪਾਈਂ ਤੋਂ ਵੱਧ ਹੋ ਰਹੇ ਨੇ ਸੁਪੇਰਾਰੇ ਤੇ ਲੈ ਚਾਰਟ ਤੋਂ ਲਾਤੇ ਸਾਲਵਾ ਕਾਜ਼ੀ ਪ੍ਰਤੀਗਲਾਰੀ ਔਰ ਸਪੈਸ਼ਲ ਜੇ ਕੋਈ ਸਿਗਨਲ ਨਾ ਪਿਛਾੜਦਾ ਕਿਸੇ ਦਾ ਵੀ ਨਹੀਂ ਅਸੀਂ ਬੜਿਆਂ ਗਲਤ ਕਰਨ ਬੇਫਾਲ ਹੋਇਆ ਠੀਕ ਹੈ ਤੁਰੰਤ ਜੋ ਤੋਂ ਸੌਂਦੇ ਹੋ ਜੀਓ 56 51 ਜਦੇ 56 ਤੋਂ ਉੱਤੇ ਨੇ ਹੋਣੀ ਚਾਹੀਦਾ ਜੇ 54 ਹੁੰਦੀ ਹੈ ਨਾ ਉਹ ਉਹ ਜਿਹੜਾ ਹੁੰਦਾ ਬੱਤੇ ਨੇ ਇਹ ਜਿਹੜਾ ਉੱਤੇ ਘੁੰਮਣ ਵਾਲਾ ਸੀਮੈਂਟ ਘੋਲਣ ਵਾਲਾ ਹੁੰਦਾ ਉਹਦੇ ਲਈ 54 ਠੀਕ ਹੈ ਹਾਂ ਹਾਂ ਅਗੇ ਨਾ ਗਾਜ਼ੋ ਯੋ ਮੈਜ਼ੋ ਲਿਓ ਪ੍ਰਾ ਲਮਾਸਾ ਕੰਪਲੇਸਿਵੋ ਪੈਨੋ ਕਾਰੀਕੋ ਕੰਪਰੇਸਿਵੋ ਲਾਰੇ ਵਿਕੋਲੋ ਅਚੀਕੋ ਪਿਓ ਆਸੀ ਜਿਹੜਾ ਪੰਜੇ ਪੰਜ ਦਵਾਸੀ ਹੋਣ ਟ੍ਰਾਂਸਪੋਰਟੋ ਕਲ ਚੇਸਤ੍ਰੂ ਕਰੂਜ਼ ਆਫ ਇਨ ਬਤਿਨੀਰਾ ਜਿਹੜਾ ਕਿ ਉੱਥੇ ਘੁੰਮਣ ਵਾਲਾ ਸਿਮਿੰਟ ਕੋਲਣ ਵਾਲ ਲੈ ਕੇ ਜਾਂਦੇ ਨੇ ਨੌਨ ਪੋਸੂ ਪਰ ਅਰੇ 64 ਟਨ ਫਾਲਸ ਹੋ ਗਿਆ 54 ਟਨ ਹੁੰਦੇ ਨੇ 64 ਨਹੀਂ ਹੁੰਦੇ ਆ ਵੀ ਠੀਕ ਹੈ ਅੱਗੇ ਕਹਿੰਦੇ ਨੇ ਬੇ ਟਰਾਂਸਪੋਰਟ ਚਿਛਣਾਲੇ ਜੇ ਤੁਸੀਂ ਟਰਾਂਸਪੋਰਟ ਕਰਦੇ ਹੋ ਚਿਛਣਾਲੇ ਬਿਲਕੁਲ ਇਹ ਚਿਛਣਾਲੇ ਹੁੰਦੀਆਂ ਜੇ ਤੁਸੀਂ ਉਹ ਟਰਾਂਸਪੋਰਟ ਕਰਦੇ ਹੋ ਉਹਨਾਂ ਟਰਾਂਸਪੋਰਟ ਆ ਵੀ ਐਨੀ ਡੈਫੀਨਿਟਾ ਕੰਡੀਸ਼ਨ ਦੇ ਚਿਛਣਾਲੇ ਇਹ ਟਰਾਂਸਪੋਰਟ ਕਰਨਾ ਚਿਛਣਾਲੇ ਕਲ ਆਏਗਾ ਕਦੋਂ ਇਲ ਸੂਏ ਕਾਰੀ ਕੋ ਸਿਸਟਮ ਦਾ ਕਾਰੀ ਕੋ ਜਰੇ ਹੈ ਜਿਛ ਨਾਲ ਦੀ ਤਰੀਫ ਪਤਾ ਹੈ ਤੁਹਾਨੂੰ ਜਿਵੇਂ ਕਿ ਜਿਹੜੀ ਗੱਡੀ ਆਪਣੀ ਲਿਮਟ ਤੋਂ ਵੱਜ ਜਾਂਦੀ ਹੈ ਉਚਾਈ ਵਿੱਚ ਲਿਮਟ ਜਿਹੜੀ ਹੈ 4 ਮੀਟਰ ਤੋਂ ਵੱਜ ਜਾਏ ਪਿੱਛੇ ਲਟਕੇ 3% ਹੁੰਦਾ ਹੈ 3% ਤਿੰਨ ਦਾ ਪਰਚੰਤ ਉਹ 3% ਤੋਂ ਪਿੱਛੇ ਲਟਕ ਜਾ ਜਿਆਦਾ ਸਮਾਨ ਸੱਜੇ ਘਭੈਤਰੀ ਸੈਂਟੀਮੀਟਰ ਉਹਨਾਂ ਨੂੰ ਲੂਚੇ ਪੋਜੀਸ਼ਨ ਲੈ ਕੇ ਸੱਜੇ ਘਭੈ 3 3 ਸੈਂਟੀਮੀਟਰ ਤੋਂ ਵੱਧ ਹੋ ਜਾਏ ਅਗਲੀ ਸਾਈਡ ਤੇ ਜਮਈ ਵਧਾ ਨਹੀਂ ਸਕਦੇ ਅਗਲੀ ਸਾਈਡ ਤੇ ਜੇ ਥੋੜਾ ਦਿਨਾਂ ਵਿੱਚ ਵੱਜ ਜਾਏ ਕੱਲੇ ਚਸ਼ਨਾਲੇ ਹੋ ਜੇਗੀ ਔਰ ਗੱਡੀ ਨੂੰ ਇੱਕ ਹੋਰ ਹਫ਼ਤਾ ਬੰਨ ਜੇ ਗੱਡੀ ਦੀ ਕਲੀਮਟ ਹੋਵੇ 2 ਟਨ ਦੀ ਵਜ਼ਨ ਚੱਕਣ ਦੀ ਉਹਦੇ 3 ਟਨ ਲਾਦੋਗੇ ਤੇ ਬਿਕੋਲੇ ਚਸ਼ਨਾਲੇ ਕੋਲ ਆਏਗੀ ਠੀਕ ਹੈ ਔਰ ਇਹਦੇ ਲਈ ਜੇ ਬਿਕੋਲੇ ਚਸ਼ਨਾਲੇ ਟਰਾਂਸਪੋਰਟ ਕਰਦੇ ਹੋ ਇਹਦੇ ਲਈ ਕਈ ਵਾਰੀ ਉਸ ਕੋਰ ਤਾਂ ਹੁੰਦਾ ਇੱਕ ਮੱਦ ਦੀ ਗੱਡੀ ਹੁੰਦੀ ਉਹਦੇ ਨਾਲ ਰੱਖਣਾ ਹੁੰਦਾ ਹੈ ਲੈਟਨ ਲਾਗ ਰੇ ਕਰਕੇ ਸਪੋਰ ਜਨ ਤੇ ਵਾਲੀ ਗਰਪਨਰ ਹੁੰਦੀ ਹੈ ਨਾਲ ਠੀਕ ਹੈ ਤੇ ਉਹ ਯੈਲੋ ਲਾਰਜ ਜਿਹੜੀ ਬਲਦੀ ਹੋਈ ਨਾਲ ਲਾਣੀ ਚਾਹੀਦੀ ਹੈ ਠੀਕ ਹੈ ਪੱਕਾ ਕਰ ਲੈ ਸਰ ਲੈ ਆਣਾ ਹਾਂ ਅਟਰਾਸਿਓ ਬਕਾਇਦਾ ਬਰਾਵੋ ਠੀਕ ਹੈ ਔਰ ਅਤਰਾਸ਼ਿਓ ਨੇ ਦੀ ਡਿਪੈਂਡ ਕਰਦਾ ਹੈ ਵੀ ਤੁਸੀਂ ਇੱਕ ਚੱਕਰ ਲਾਣਾ ਹੈ ਇੱਕ ਇਕੱਲੇ ਸਿੰਗਲ ਸਿੰਗਲ ਚੱਕਰ ਦੀ ਵੀ ਮਿਲੇਗੀ ਤੁਹਾਨੂੰ ਇੱਕ ਮਹੀਨੇ ਦੀ ਮਿਲ ਸਕਦੀ ਹੈ ਇੱਕ ਸਾਲ ਦੀ ਮਿਲ ਸਕਦੀ ਹੈ ਜਿੰਨਾ ਤੁਹਾਨੂੰ ਜਿੰਨੇ ਤੁਹਾਨੂੰ ਚੱਕਰ ਨੇ ਇੱਕ ਟਾਈਮ ਪੀਰੀਅਡ ਦੀ ਮਿਲ ਸਕਦੀ ਹੈ ਇੱਕ ਆਖੋ ਕਿ ਮੈਂ 10 ਚੱਕਰ ਲਾਣੇ 10 ਚੱਕਰਾਂ ਦੀ ਵੀ ਅਤਰਾਸ਼ਿਓ ਨੇ ਮਿਲ ਸਕਦੀ ਹੈ ਠੀਕ ਹੈ ਹਾਂ ਹਾਂ ਉਹਦੇ ਹਿਸਾਬ ਨਾਲ ਤੁਸੀਂ ਲੈਣੀ ਹੋਵੇਗੀ ਬਿਲਕੁਲੀ ਜਿਵੇਂ ਨਾਲ ਜਿਹੜੇ ਹੁੰਦੇ ਨੇ ਨਾ ਐ ਮੈਸੋ ਦਿਓ ਪ੍ਰੋਵੋਗਰਾ ਜਿਹੜੀਆਂ ਨਾਲੇ ਇਹਨਾਂ ਦੇ ਟੈਕਸ ਵੇਰਾ ਜ਼ਿਆਦਾ ਹੁੰਦੇ ਨੇ ਆਤਸਰਾ ਦੇ ਵਗੈਰਾ ਜਿਹਟਰਨ ਤੇ ਟੂਲ ਬੈਕਸ ਦੇ ਵੀਜ਼ਾ ਦਾ ਹੁੰਦਾ ਹੈ ਗਾਲਬਨ ਕੈਨੇਨੋ ਟ੍ਰਾਂਸਪੋਰਟੋ ਦੇ ਬੇ ਐਨੀ ਡਿਫਿਨਿਟੇਲ ਇਨ ਕੰਡੀਸ਼ੋਨੇ ਚੇ ਚਨਾਲੇ ਇਹ ਟ੍ਰਕਸਪੋਰਟ ਜਿਹੜਾ ਤਨ ਹੈ ਚੇ ਚਨਾਲੇ ਹੋਵੇਗਾ ਕਵਾਂਦਲ ਸੂਏ ਕਾਰੀਕੋ ਜਿਸਟਮ ਦਾ ਕਾਰੀਕੋ ਹੈ ਮਨਨ ਇਲ ਸੂਏ ਸੇ ਇਲ ਵਿਕੋਲੀ ਇਨ ਸੇ ਲੇਕਿਨ ਗੱਡੀ ਨਹੀਂ ਜਿਹਦਾ ਕਾਰੀਕੋ ਸਿਰਫ ਸੁਪਰਾ ਲਿਮਿਟੇਡ ਜ਼ਗੋਮਾ ਔਰਡੀਨਰੀ ਮਹੰਤੇ ਪ੍ਰਵਿਸ਼ਿਤ ਦਰਗੋਜੀਤ ਰਹਾ ਤਾਂ ਕਿਨਾਂ ਔਰਡੀਨਰੀ ਜਿਹੜੇ ਲਾਗੂ ਹੁੰਦਾ ਹੈ ਰੋਡ ਦੇ ਕਾਨੂੰਨ ਦੇ ਤਹਿਤ ਉਹਦੇ ਤੋਂ ਜੇ ਤੁਸੀਂ ਲਿਮਿਟ ਤੋਂ ਵਧਾਉਂਦੇ ਹੋ ਚੀਜ਼ ਤਾਂ ਉਹ ਕੱਢੀ ਹੋਵੇਗੀ ਐਚੇਸ਼ਨਾਲਿਤਾ ਗਲਾਈ ਜੀ ਹੋਇਆ ਕਿਨਾਂ ਟ੍ਰਾਂਸਪੋਰਟ ਵਿਅਨੀ ਦੇ ਡਿਫਿਨਿਟੋ ਉਨੋ ਕੰਡੀਸ਼ਨੇ ਦੀ ਐਚੇਸ਼ਨਾਲਿਤਾ ਟ੍ਰਾਂਸਪੋਰਟ ਜਿਹੜਾ ਤੁਸੀਂ ਕਰਦੇ ਹੋ ਐਚੇਸ਼ਨਾਲੇ ਗਲਾਏਗਾ ਅ ਕਵਾਂਡੋ ਇਲ ਸੂਏ ਕਾਰੀ ਕੋ ਜਿਸਟਾ ਤੋਡਾ ਉਹਦਾ ਕਾਰੀ ਕੋ ਜਿਹੜਾ ਹੈ ਲਿਮਿਟੀ ਦੀ ਸਗੋਮਾ ਜਿਹੜਾ ਲਿਮਿਟ ਹੈ ਉਹਦੇ ਸਗੋਮੇ ਦੀ ਉਹ ਯਾਨੀ ਕੋ ਦਾ ਫੈਲਾ ਹੋ ਗਾ ਜੋ ਵੀ ਹੈ ਉਹ ਉਹ ਦੀ ਮਾਸਾ ORDINARIO ਪ੍ਰਵਿਸਤੀ ਦਲ ਕੋਜਿਸਟਰਾਦਾ ਕਹਿੰਦੇ ਜੀ ਸੁਪਰਾ ਸੁਪਰ ਉੱਪਰ ਕਰਦਾ ਲਿਮਿਟ ਜਿਹੜਾ ORDINARY ਲਿਮਿਟ ਹੁੰਦੀ ਹੈ ਨਾ ਗਰੋਰ ਦੇ ਕਾਨੂੰਨ ਦੇ ਤਹਿਤ ਉਹਦੇ ਤੋਂ ਬਾਅਦ ਜਦ ਤੁਸੀਂ ਕਰੋਗੇ ਤੇ ਵਿਕੋਲੀ ਸਿਚੂਸ਼ਨ ਆ ਲਿਖ ਲਾਈ ਦੂਸਰ ਕੰਪੀ ਵੇਰ ਹੋਇਆ ਵੀ ਟ੍ਰਾਂਸਪੋਰਟ ਵਿਆਨੀ ਨਰਮਾ DEFINITIVA CONDIZIONE ECCIONALE ਕਹਿੰਦੇ ਕਾਨੂੰਨ ਦੇ ਤਹਿਤ ਟ੍ਰਾਂਸਪੋਰਟ ਕਰਨਾ ECCIONALE ਹੋ ਜਾਏਗਾ ਕਦੋਂ ਜਿਸ ਟਾਈਮ ਇਲਕਾਰੀ ਕੋ INDIVISIBILE ਜਿਸ ਟਾਈਮ ਕਾਰੀ ਕੋ ਜਿਹੜਾ ਤਕਸੀਮ ਨਹੀਂ ਹੋ ਸਕਦਾ ਹੈ ਵੀ スポルゲアントリオレオルトリアソゴマ ਯੇਰਾ ਅਗਲੀ ਸਾਈਡ ਤੇ ਵੱਧ ਹੈ ਨਾ ਸਮਾਨ ਗੱਡੀ ਦੀ ਸਾਂਚ ਟਾਂਚ ਤੋਂ ਬਾਹਰ ਤੇ ਫਿਰ ਗੱਡੀ ਅਚੇਸ਼ਨਾਲੀ ਹੋ ਜਾਏਗੀ ਦਰ ਉਸਕੇ ਨੰਬਰ ਵੇਅਰ ਹੋਇਆ ਵੀ ਕਹਿੰਦੇ ਟ੍ਰਾਂਸਪੋਰਟ ਵੇਂਜ ਡੈਫਿਨਿਟੋ ਕੰਡੀਸ਼ਨ ਅਚੇਸ਼ਨਾਲੀ ਚਾਰਨਬ ਕੁਐਸਚਨ ਟ੍ਰਾਂਸਪੋਰਟ ਕਰਨਾ ਅਚੇਸ਼ਨਾਲੀ ਹੋ ਜਾਏਗਾ ਕਵਨ ਅਧਿਕਾਰੀ ਕੋ ਇੰਡਿਵੀਜੀਬਲ ਹੈ ਜਿਸ ਤੋਂ ਅਧਿਕਾਰੀ ਕੋ ਡਿਵਾਈਡ ਤਕਸੀਮ ਨਹੀਂ ਹੋ ਸਕਦਾ ਹੈ ਵੀ ਸਪੋਰਗੇ ਪੋਸਟਰੀਓਰ ਮੈਂਤਿਆ 3/10 ਦਾ ਲੰਗੂਏਜ਼ ਦਲ ਵੀ ਗੋਲੀ ਗੱਡੀ ਦੀ ਲੰਬਾਈ ਦੇ ਹਿਸਾਬ ਨਾਲ ਜੇ 3/10 ਪਿਛੇ ਲਟਕਿਆ ਹੋਵੇ ਦਰ ਉਸਕੇ ਨੰਬਰ ਵੇਅਰ ਹੋਇਆ 3/10 ਸੁਪਰੀਅਰ ਸੁਪਰ ਉਪਰ ਜੈਨਕ ਸਪਰਜੇ ਰਿਹਾ ਹੈ ਤੇ ਇਹ ਕਰੀ ਕੋ ਅਚਛਣਾਲੇ ਹੋ ਜਾਏਗਾ ਠੀਕ ਹੈ ਅਲਤਰੇ ਹੋ ਜਾਏਗਾ ਨਾ 3/10 ਅਲਤਰੇ ਵੱਧ ਹੁੰਦਾ ਹੈ ਠੀਕ ਹੈ 3/10 ਤੇ ਹਾ ਲਾਉ ਹੁੰਦਾ ਕਾਨੂੰਨ ਦੇ ਪਿਛਲੇ ਲੜਕਾਸ ਦੇ 3/10 ਤੋਂ ਵੱਧ ਹੋ ਜਾਏ ਚਛਣਾਲੇ ਹੋ ਜੇਗੀ ਵੇਰੋ ਕਹਨੇ ਹੋਣਾ ਟ੍ਰਾਂਸਪੋਰਟ ਵਿਆਨੀ ਡੈਫਿਨਿਟੋ in condizione di accessionalita che ne carico accisionali kiya jayega nu se il mezzo di opera che lo effettua a che dei limiti di massa relativo alla sue categoria ken je o apni category di limit to aca de kar di ne vaddi element to o gaddi mezzo di opera accisionalita ke lagider uske ne be raha hai ਕਿਹਨਾਂਨ transports ਵਿਅਨੀ ਦੇਫੀਨਿਡੋ ਜੈਸ਼ਨਾਲੀ ਹ ਕੰਡੀਸ਼ਨ ਦੇ ਜੈਸ਼ਨਾਲੀਤਾ ਕੰਨ ਨੇ ਕੰਡੀਸ਼ਨ ਦੇ ਬਿਕੋਲੀ ਜੈ ਕੰਡੀਸ਼ਨ ਹੈ ਜੈਸ਼ਨਾਲੀਤਾ ਵਿੱਚ ਆਏਗੀ ਗੱਡੀ ਕਲਾਈਗੀ ਡੈਫੀਨਿਸ਼ਨ ਉਹ ਦੀ ਕਵਾਂਦੋ ਲਿਕੋਲੀ transports ਮਰਜੀ ਪੈਰੀਗਲੋਜ਼ੋ ਰਾਡੀਓਟਿਵੀ ਕੰਨ ਜਿਸ ਤਰ ਤੁਸੀਂ ਖਤਰਨਾਕ ਅਗ ਲੱਗਣ ਵਾਲਾ ਮਟੀਰੀਅਲ ਲੈ ਕੇ ਜਾਂਦੇ ਹੋ ਪੇ ਤੇ ਕੰਨ ਪੇ ਇਹ ਚਿਸ਼ਨਾਲੇ ਕਲਾਏਗਾ ਗਲਤ ਗਣੇ ਵਿੱਚ ਫਾਲਸ ਹੋਇਆ ਚਿਸ਼ਨਾਲੇ ਇਸ ਤਰ੍ਹਾਂ ਨਹੀਂ ਕਲਾਂਦਾ ਵੀ ਉਹ ਮਿਤਰੀਆ ਦੇ ਪੈਰੀਕਲੋਜ਼ ਹੋ ਕਲਾਏਗਾ ਚਿਸ਼ਨਾਲ ਨਿਕਲਾਏਗਾ ਠੀਕ ਹੈ ਇਸ ਕਰਕੇ ਫਾਲਸ ਹੋ ਗਣਾਂ ਟ੍ਰਾਂਸਪੋਰਟਿੰਗ ਕੰਡੀਸ਼ਨ ਦੇ ਚਿਸ਼ਨਾਲੀ ਤੱਕ ਟ੍ਰਾਂਸਪੋਰਟ ਕਰਨਾ ਕੁਸ਼ਨ ਕੰਡੀਸ਼ਨ ਹੈ ਚਿਸ਼ਨਾਲੀ ਤੱਕ ਦੇ ਵਨ ਹਿੱਸੇ ਰਸ ਹੋਲ ਦੀ ਸੋਲਾ ਨਾ ਹੋਰੇ ਦਿਨ ਦੇ ਟੈਂਪਰ ਕਰ ਸਕਦੇ ਤੁਸੀਂ ਗਲਤ ਗਣੇ ਵਿੱਚ ਫਾਲਸ ਹੋਇਆ ਇਹ ਦਿਗ ਦਿਨ ਰਾਤ ਦੀ ਲਿਮਟ ਅਸੀਂ ਕਿਤੇ ਵੀ ਨਹੀਂ ਪੜੀ ਹੋਈ ਪਹਿਲੇ ਵੀ ਠੀਕ ਹੈ ਇਸ ਕਰਕੇ ਫਾਲਸ ਹੋ ਲੋਕਾਂ ਨੂੰ ਵੇਖਿਆ ਰਾਤ ਨੇ ਜ਼ਿਆਦਾ ਹੁੰਦੀ ਹੈ ਰਾਤ ਨੂੰ ਕਿਉਂਕਿ ਟ੍ਰਾਫਿਕ ਕੱਟ ਹੁੰਦੀ ਹੈ ਨਾ ਇਸ ਕਰਕੇ ਰਾਤ ਇਸ ਕਰਕੇ ਇਹ ਗਲਤ ਕੰਨੇ ਨੇ ਫਾਲਸ ਹੋਇਆ ਨਹੀਂ ਦਿਨੇ ਵੀ ਹੁੰਦੀ ਹੈ ਰਾਤ ਨੂੰ ਵੀ ਹੋ ਸਕਦੀ ਹੈ ਲੇਕਿਨ ਇਸ ਕਰਕੇ ਫਾਲਸ ਹੋਇਆ ਇਹਨਾਂ ਦਾ ਮਤਲਬ ਹੈ ਦਿਨਾ ਹੁੰਦੀ ਨਹੀਂ ਹੈ ਯਾਨੀ ਕਿ ਰਾਤ ਨੂੰ ਹੁੰਦੀ ਨਹੀਂ ਕਿ ਦਿਨਾਂ ਨਹੀਂ ਕੀ ਕਹਿੰਦੇ ਨੇ ਕਿ ਨਾ ਸਿਰ ਦਿਨਾ ਹੋਇਆ ਯਾਨੀ ਗਰਾਫ ਨੂੰ ਹੁੰਦੀ ਨਹੀਂ ਹੈ ਗਲਤ ਕੰਨੇ ਵੀ ਰਾਤ ਨੂੰ ਵੀ ਹੋ ਸਕਦੀ ਹੈ ਠੀਕ ਹੈ ਇਸ ਕਰਕੇ ਫਾਲਸ ਹੋ ਕਿਨਨੋ ਟ੍ਰਾਂਸਪੋਰਟ ਵੀ ਨਹੀਂ ਡਿਫੀਨਿਟੋ ਕੰਦੇ ਸ਼ੋਨੇ ਅਚੇਸ਼ਨਾਲੀਤਾ ਕਹਿੰਦੇ ਇਹ ਕਹਿੰਨੇ ਇਹ ਡਿਫੀਨੇਸ਼ਨ ਹੋਵੇਗੀ ਇੰਡਸਟ੍ਰੀਸ਼ਨਲੀ ਦਾ ਕਲਾਈਗੀ ਕਵਾਂਦੋ ਲਈ ਟਾਈਪ ਦੀ ਮਾਰਚੀਆ ਟ੍ਰਾਂਸਪੋਰਟਾਦਾ ਜਿਸ ਤਰ੍ਹਾਂ ਜਿਸ ਟਾਈਪ ਦਾ ਤੁਸੀਂ ਸਮਾਰਟ ਟ੍ਰਾਂਸਪੋਰਟ ਕਰਦੇ ਹੋਵੇ ਦਿਵਾਰਸਾ ਆਕਵਲ ਇੰਡੀਕਾਤਾ ਸੁਰਕਾਤਾ ਚਿਕਸ਼ਨ ਹੈ ਕਹਿੰਦੇ ਡਿਫਰੈਂਟ ਵਾਜਾ ਕਰਤਾ ਚਿਕਸ਼ਨ ਇੰਡੀਕੇਟ ਕੀਤਾ ਜਾਂਦਾ ਦੇਖੋ ਕਾਰਨ ਦੇ ਚਿਕਸ਼ਨ ਹੈ ਤੇ ਇੰਡੀਕੇਟ ਨਹੀਂ ਕੀਤਾ ਜਾਂਦਾ ਹੈ ਵੀ ਤੁਸੀਂ ਦੁਆਣੇ ਲੈ ਕੇ ਜਾ ਰਹੇ ਹੋਗੇ ਕਿ ਸੇਵ ਲੈ ਕੇ ਜਾ ਰਹੇ ਹੋ ਠੀਕ ਹੈ ਇਸ ਕਰਕੇ ਗਲਤ ਗਣੇ पे ਫਾਲਸ ਹੋਇਆ

ਜੇ ਸੰਦ ਤੁਸੀਂ ਟ੍ਰਾਂਸਪੋਰਟ ਕਰਦੇ ਹੋ ਚੀਜ਼ਾਂ ਐਲੀਮੈਂਟਰੀ ਫਰੈਸ਼ ਕੀ ਐਲੀਮੈਂਟਰੀ ਦੀਆਂ ਚੀਜ਼ਾਂ ਔਰ ਫਰੈਸ਼ ਚੀਜ਼ਾਂ ਦੇ ਜੋਰਨੀ ਫੈਸਟੀਵਿਚ ਛੁੱਟੀ ਵਾਲੇ ਦਿਨ ਕਹਿੰਦੇ ਨੇ ਜਿਸ ਟਾਈਮ ਤੁਸੀਂ ਐਲੀਮੈਂਟਰੀ ਦੀਆਂ ਚੀਜ਼ਾਂ ਲੈ ਕੇ ਜਾਂਦੇ ਹੋ ਨਾ ਛੁੱਟੀ ਵਾਲੇ ਦਿਨ ਤੇ ਕਹਿੰਦੇ ਉਹਨੂੰ ਅਚਾਨਕ ਆਲੇ ਕਿ ਲਾਣਗੇ ਦੇਖੋ ਗਲਤ ਕਰਨੇ ਬੀ ਫਾਲਸ ਹੋਇਆ ਭਾਵੇਂ ਭਾਵੇਂ ਤੁਸੀਂ ਐਲੀਮੈਂਟਰੀ ਦੀਆਂ ਚੀਜ਼ਾਂ ਭਾਵੇਂ ਛੁੱਟੀ ਵਾਲੇ ਦਿਨ ਲੈ ਕੇ ਜਾਓ ਭਾਵੇਂ ਛੁੱਟੀ ਵਾਲੇ ਤੋਂ ਬਾਅਦ ਲੈ ਕੇ ਜਾਓ ਇਸ ਕਰਕੇ ਫਾਲਸ ਹੋਇਆ ਠੀਕ ਹੈ ਹਾਕੀ ਤਹੀਂ ਲੋਕਾਂ ਨੂੰ ਉਮੀਦ ਆਣਾ ਕਨੇ ਵੀ ਸੋਨੋ ਕਨਸੀਡਰੇਟ ਟ੍ਰਾਂਸਪੋਰਟ ਤੇ ਇਨਕੰਡੀਸ਼ਨ ਦੀ ਚਸ਼ਨਾਲੀ ਦਾ ਕਨੇ ਕਨਸੀਡਰ ਕੀਤਾ ਜਾਏਗਾ ਤੇ ਟ੍ਰਾਂਸਪੋਰਟ ਤੇ ਚਸ਼ਨਾਲੀ ਦਾ ਤੂਤੇਲੇ ਟ੍ਰਾਂਸਪੋਰਟ ਤੇ ਮਟੀਰੀਆ ਐ ਐਸਪਲੋਸਿਵੋ ਜਦ ਵੀ ਤੁਸੀਂ ਟ੍ਰਾਂਸਪੋਰਟ ਕਰਦੇ ਹੋ ਮਟੀਰੀਅਲ ਜਿਹੜਾ ਤਮਾਕਾ ਖੇਜ ਹੋਵੇ ਗਲਤ ਕਨੇ ਵੀ ਫਾਲਸ ਹੋਇਆ ਉਹ ਵੀ ਖਤਰਨਾਕ ਮਟੀਰੀਅਲ ਗਿਲਾਏਗਾ ਅ ਚਸ਼ਨਾਲੀ ਤਾਂ ਨਹੀਂ ਗਿਲਾਏਗਾ ਫਾਲਸ ਹੋਇਆ ਠੀਕ ਹੈ ਤੇਰਗਾ ਸੀ ਅੱਗੇ ਪੜੀਏ ਅੱਛਾ ਠੀਕ ਹੈ ਓਕੇ ਟਾਈਮ ਹੋ ਗਿਆ ਆਖਰੀ ਆਖਰੀ ਪੇਜ ਪੜ ਲੈਣਾ ਨਾ ਆ ਜਾਓ ਅੱਗੇ ਆ ਗਏ ਹੈ ਅੱਛਾ ਸ਼ਾ ਆ ਨਹੀਂ ਨਹੀਂ ਅੱਗੇ ਆ ਗਏ ਆਖਰੀ ਪੇਜ ਪੜਦੇ ਆ ਨਾ ਇਹ ਕਹਿੰਦੇ ਨੇ ਬੇ ਫਿਰ ਅੱਗੇ ਆ ਸਾਰੇ ਕੁਝ ਪੇਜ ਫਿਰ ਪੜ ਲਵਾਂਗੇ ਕਹਿੰਦੇ ਵੈਂਗਾ ਨਾ ਦਫੀਨੇ ਤੇ ਚਸ਼ਨਾਰੀ ਤਾਂ ਕੁਆਲੀ ਵੀ ਕੋਲੀ ਕੇ ਇਨਕਮ

ਯਾਰ ਸਗੋਂ ਗੱਡੀ ਦੀ ਸ਼ਕਲ ਗੱਡੀ ਦਾ ਜਿਹੜਾ ਫਲਾਓ ਆਰਡਨਰੀ ਆਰਡਨਰੀ ਤੌਰ ਤੇ ਆਮ ਤੌਰ ਤੇ ਜਾਂਦਾ ਜੇ ਉਦੋਂ ਵਧ ਜੇਗੀ ਗੱਡੀ ਤੇ ਅਚਿਸ਼ਣਾਲੇ ਕਲਾਏਗੀ ਦਰੁਸਤ ਕਰਨ ਵੀ ਹੋਇਆ ਆਰਡਨਰੀ ਕਿੰਨੀ ਹੁੰਦੀ 3% ਪਿੱਛੇ 3 ਸੈਂਟੀਮੀਟਰ ਸੱਜੇ ਕਬਲੂ ਚ ਪੋਜੀਸ਼ਨ ਲੈ ਕੇ ਉੱਤੇ 4 ਮੀਟਰ ਅਗਲੀ ਸਾਈਡ ਤੇ ਜਮ ਨਹੀਂ ਵਧਾ ਨਹੀਂ ਸਕਦੇ ਜੇ ਇਹ ਇਹਨਾਂ ਸਭਾ ਚੀਜ਼ਾਂ ਦੀ ਕੋਈ ਵਾਧੇਗੀ ਉਹ ਅਚਿਸ਼ਣਾਲੇ ਹੋ ਜਾਏਗੀ ਯਾ ਵਜ਼ਨ ਦੀ ਲਿਮਟ ਵਧੇਗੀ ਅਚਿਸ਼ਣਾਲੇ ਹੋ ਜਾਏਗੀ ਦੋ ਨੰਬਰ ਸਿਓ ਰਿਸੀ ਵਿਗੋਲੀਆ ਅਚਿਸ਼ਣਾਲੇ ਕੰਪਲੈਕਸੋ ਵਿਕੋਲੀਆ ਤੋਰੀਜ਼ਾਤੀ ਕਹਿੰਨੇ ਕੰਪਲੀਟ ਜੀ ਗੱਡੀ ਅਥਰ ਰ ਅ ਅਗਲੀ ਗੱਡੀ ਚਚਣਾ ਵਾਲੀ ਹੁੰਦੀ ਹੈ ਕਿ ਨੋਨ ਰਿਸਪੈਕਟ ਨੋਰਮੇ ਜਨਰਾਲੇ ਸੁੱਲ ਤਰੇਨੋ ਦੀ ਤਰੇਨੋ ਦੀ ਦਲਵਿਕੋਲੋ ਕਹਿੰਦੇ ਜਿਹੜੇ ਕਿ ਨੀ ਰਿਸਪੈਕਟ ਕਰਦਾ ਹੈ ਨੋਰਮੇ ਜਨਰਾਲੇ ਜਿਹੜੇ ਜਨਰਲੀ ਕਾਨੂੰਨ ਲਾਗੂ ਹੁੰਦਾ ਹੈ ਤਰੇ ਨਾਲ ਕਰਦੇ ਗੱਡੀ ਦੇ ਦੂਜੇ ਕਿੰਨੇ ਵੀ ਵੇਰ ਹੋਇਆ ਕਿੰਨੇ ਵੀ ਕੋਲੀ ਚਚਣਾ ਵਾਲੀ ਕਰੇ ਗਲਾਈ ਗੀਓ ਜੇ ਕੰਪਲੀਟ ਗੱਡੀ ਅਥੋਰਾਈਜ਼ਡ ਨਹੀਂ ਹੈ ਠੀਕ ਹੈ ਅਥੋਰਾਈਜ਼ਡ ਵੀ ਕੋਲੀ ਅਥੋਰਾਈਜ਼ਡ ਹੋ ਜੇ ਅਥੋਰਾਈਜ਼ਡ ਹੈ ਕਿ ਨੋ ਰਿਸਪੈਕਟ ਨੋਰਮੇ ਜਨਰਾਲੇ ਟ੍ਰੈਨੋ ਦੇ ਵਿਗੋਲੀ ਜਿਹੜੀ ਟ੍ਰੈਨ ਆਲੇ ਕਾਰਦੇ ਲੈ ਜਿਹੜੇ ਨੋਰਮਲ ਜਨਰਲ ਕਾਨੂੰਨ ਲਾਗੂ ਹੁੰਦੇ ਨਾ ਜੇ ਉਹਨੇ ਰਿਸਪੈਕਟ ਨਹੀਂ ਕਰਦੇ ਉਹ ਵੀ ਗੱਡੀਆਂ ਚੋ ਸ਼ਨਾਲੇ ਕਲਾਈ ਗੀ ਦਰੁਸਤ ਕਰਨ ਵੀ ਫਿਰ ਹੋਇਆ ਵੀ ਕਹਿੰਦੇ ਟ੍ਰਾਂਸਪੋਰਟ ਉਹ ਕੰਡੀਸ਼ਨਾਂ ਦੀ ਅਚੇਚਣਾਲੀ ਤਾਂ ਜਿਹੜੀ ਟ੍ਰਾਂਸਪੋਰਟ ਕਰਦੇ ਕੰਡੀਸ਼ਨ ਅਚੇਚਣਾਲੀ ਤਾਂ ਵਿੱਚ ਵਿਗੋਲੀ ਚੋ ਸ਼ਨਾਲੇ ਯਾਨੀ ਕਿ ਟ੍ਰਾਂਸਪੋਰਟ ਕਰਦੇ ਉਹਦੀ ਵਿਕੋਲੀ ਅਚੇਚਣਾਲੀ ਜਿਹੜੀਆਂ ਗੱਡੀਆਂ ਚੋ ਸ਼ਨਾਲੀ ਹੁੰਦੀਆਂ ਨੇ ਦੁਰਾਂਤਲ ਜੇ ਸਰਕੂਲੇਸ਼ਨ ਸਰਕੂਲੇਸ਼ਨ ਰਨ ਦੇਵਨੋਂ ਵੇਰੇ ਅੱਛੇ ਜੋ ਸਿਗਨਲ ਸ਼ੂਨੇ ਲੂਮੀਨੋਸੋ ਦੀ ਪੈਰੀਗਲੋ ਸੇ ਲੱਟਾਂ ਵਾਲਾ ਸਿਗਨਲ ਖਤਰੇ ਦਾ ਹੋਣਾ ਚਾਹੀਦਾ ਹੈ ਇਨ ਸੇਮ ਹੈ ਦੂਨੋ ਪਿਉ ਦੀਸਪੋਜੀਟਿਵੋ ਅਲੂਜੇ ਯਾਲਾ ਲੰਬਿਆਨ ਓਰੀਜੀਨਲ ਇੱਕ ਹੋਰ ਪੀਲੀ ਜਗਦੀ ਬੁਜੀ ਲਾਈਟ ਹੋਣੀ ਚਾਹੀਦੀ ਚੋਵੇ ਚੋਵੇ ਇੰਡੀਕੇਟਰ ਹੋਣੇ ਚਾਹੀਦੇ ਨਾਲ ਬਲਦੇ ਔਰ ਇਧਰ ਲਾਵਾ ਇੱਕ ਹੋਰ ਲੈਡ ਪੀਲੀ ਜਗਦੀ ਬੁਜੀ ਹੋਣੀ ਚਾਹੀਦੀ ਹੈ ਐ ਇ ਲਾਲੂਜੇ ਪੋਜੀਸ਼ਨੇ ਐਡ ਐ ਪ੍ਰੇਟੋਰੀਆ ਨਾ ਬਲੈਂਦੀ ਔਰ ਲੂਜੇ ਪੋਜੀਸ਼ਨੇ ਔਰ ਪ੍ਰੇਟੋਰੀਆ ਨਾ ਬਲੈਂਦੀ ਵੀ ਬਲਦੀ ਹੋਣੀ ਚਾਹੀਦੀ ਅਨੇ ਬਲੰਦੀ ਪੋਜੀਸ਼ਨੇ ਦੇ ਨਾਲ ਫਿਰ ਪੀਲੀ ਜਗਦੀ ਵੀ ਦੀ ਲਾਈਟ ਉਰਚੋ ਬੇ ਫਰੀਚੇ ਦਰੂਸਿਕਨ ਬੇ ਫਿਰ ਹੋਇਆ ਕਨ ਵੀ ਕੋਲੇ ਜਿਛਨਾਲੇ ਅਚੈਨ ਅਚੇ ਦੈਨ ਤੇ ਲਮਾਸਾ ਕੋਂਸੈਂਟਿਦਾ ਇਹ ਵੱਧ ਅਚੇ ਦੇ ਰਹੀ ਯਾਨੀ ਕਿ ਕਰਦੀ ਹੈ ਵੱਧਦੀ ਹੈ ਮਾਸਾ ਕੋਂਸੈਂਟਿਦਾ ਜਿੰਨਾ ਵਜ਼ਨ ਜਾਦਤ ਹੈ ਜਿੰਨਾ ਕਰਤੇ ਚਿਕਨ ਲਿਗਾ ਉਹਦੇ ਦੁਦ ਵਧਾਂਦੀ ਹੈ ਵਜ਼ਨ ਵੱਧ ਜਾਂਦਾ ਸੋ ਜੇ ਤੋ ਆ ਪਗਮੈਂਟੋ ਦੀ ਇੰਡੀਨੀਡਿਓ ਇ ਤੇ ਮਤਲਬ ਹੁੰਦਾ ਹੈ ਕਿ ਤੁਸੀਂ ਪੇ ਕਰੋਗੇ ਇੰਡੀਨੀ ਜੋ ਮੁਆਵਜ਼ਾ ਉਜ਼ੂਰਾ ਐਨ ਤੇ ਪ੍ਰੋਪੀਡਾ ਅਤਰਾਦਾ

ਮਾਸਾ ਕੰਬਲਸਿਵ ਪੇ ਜਿਹੜਾ ਕੋਚ ਇਸ ਤਰ੍ਹਾਂ ਦਾ ਰੋਡ ਦੇ ਕਾਨੂੰਨ ਦੇ ਤਹਿਤ ਹੋਣੀ ਲਿਮਿਟ ਜਿਹਦੇ ਦੀ ਵਧੀਆਂ ਕਿੰਨੇ ਚੇਸ਼ਨਾ ਨਿਕਲ ਆਂਦੀਆਂ ਆ ਵੀ ਸੇ 995 ਅੰਕ ਲਿਮਿਟ ਇਸ ਕੋ ਮਾ ਜੇ ਨਹੀਂ ਵਧੀਆਂ ਆ ਵੀ ਲਿਮਿਟ ਤੋਂ ਗਲਤ ਗਣ ਬੇਫਾਲ ਹੋਇਆ ਜੇ ਲਿਮਿਟ ਤੋਂ ਨਾ ਵਧਣਦੇ ਬਿਗੋਲੇ ਚੇਸ਼ਨਾਲੇ ਨਹੀਂ ਕਿਹਦਾ ਨਹੀਂ ਕਲਾਂਦੀ ਇਸ ਕਰਕੇ ਫਾਲਸ ਹੋਇਆ ਜਿਹੜਾ ਔਰ ਜਿਹੜਾ ਮਾਸਾ ਔਰ ਦੇ ਨਾਲੇ ਦਿੱਤਾ ਜਾਂਦਾ ਮਾਸਾ ਔਰ ਦੇ ਨਾਲੇ ਕੀ ਕੀ ਹੁੰਦੇ ਆ ਜੋ ਦੇ ਨੀਣਾ ਵੱਧੀਆਂ ਮਾਸੋਰ ਦੇ ਨਾਲ ਜੇ 3% ਪਿੱਛੇ ਜੋ 3% ਪਿੱਛੇ ਹੋਵੇਗਾ ਤਾਂ ਕੋਈ ਮਸਲਾ ਨਹੀਂ ਹੈ ਜੇ 3% ਵੱਧ ਹੋਵੇਗਾ ਤਾਂ ਉਹ ਚਸ਼ਨਾਲੀ ਹੋਵੇਗੀ ਕਿਨੇ ਵਿਯਤਾ ਤੋਂ ਵਿਯਤਾ ਤੋਂ ਇੱਕ ਸਰਕੂਲੇਸ਼ਨ ਆਤ ਸਰਾਦਾ ਇਹ ਵੀ ਕੋਲੀ ਇਹ ਚਸ਼ਨਾਲੀ ਕਿਨੇ ਬਿਲਕੁਲੀ ਚਸ਼ਨਾਲੀ ਨਾ ਅਸਰਾ ਤੇ ਚੱਲਣਾ ਮਨਾਈ ਹੈ ਮਨਾਈ ਹੁੰਦੀ ਹੈ ਨਹੀਂ ਸਰ ਇੰਡੀਨੀਜੋ ਬਾਤ ਬੇ ਕਰਨਾ ਪਵੇਗਾ ਮਵਾਜ਼ਾ ਬਾਤ ਬੇ ਕਰਨਾ ਪਵੇਗਾ ਲੇਕਿਨ ਚੱਲ ਸਕਦੇ ਫਾਲਸ ਹੋਇਆ ਕਿਨੇ ਕੌਨ ਸਿਰਾ ਤੇ ਵਿਗੋਲੀ ਚਸ਼ਨਾਲੇ ਕਿਨੇ ਬਿਲਕੁਲੀ ਚਸ਼ਨਾਲੇ ਕਨਸੀਡਰ ਕੀਤਾ ਜਾਂਦੇ ਚ ਨੂੰ ਉਹਨਾ ਮੇਜ਼ੂਦੀ ਉਪਰਾ ਤੇ 83 ਜਿਹੜੀ ਗੱਡੀ ਮੇਜ਼ੂਦੀ ਉਪਰਾ ਤੇ 83 ਤਿੰਦੂਰਿਆਂ ਵਾਲੀ ਐ ਭਾਵੇਂ ਚਾਰ ਦੂਰਾਂ ਵੀ ਉਹ ਕੋਈ ਚੱਛਣ ਹਾਲੀ ਨਹੀਂ ਹੁੰਦੀ ਐ ਵੀ ਠੀਕ ਐ ਕਿਨੇ ਇੱਕ ਮਾਸ ਕੰਪਲੈਕਸ ਵੀ ਉਹ ਪੇਨੋ ਕਾਰੀ ਕੋ ਪਾਰੀ 32 ਟਨ ਜਿਹਦਾ ਵਜ਼ਨ 32 ਟਨ ਹੁੰਦਾ ਗੱਲ ਕਿਨੇ ਫਾਲਸ ਹੋਇਆ 32 ਟਨ ਨਹੀਂ ਹੁੰਦਾ ਪਹਿਲੀ ਗੱਲ ਉਹਦਾ ਵਜ਼ਨ ਹੁੰਦਾ ਐ ਮੇਜ਼ੂਦੀ ਉਪਰਾ ਦਾ 83 ਦਾ 33 ਟਨ ਠੀਕ ਐ ਇਸ ਕਰਕੇ ਫਾਲਸ ਹੋਇਆ ਉਹ 33 ਟਨ ਵੀ ਜੂ ਹੈ ਮਿਕੋਲੀ ਚਚੇ ਨਾਲ ਹੀ ਹੁੰਦੀ 8 ਨੰਬਰ ਕਹਿੰਦੇ ਨੋਨ ਬੈਂਕਡ ਡਿਫੀਨਿਟਿਚੇ ਨਾਲ ਹੀ ਵਿਕੋਲੀ ਆਲਸੋ ਪਰਨ ਲਿਮਿਟਿਡ ਕਮਾ ਉਹ ਦਿਨਾਰੀ ਮਹੰਤੇ ਪ੍ਰਵਿਸ਼ਤ ਉਹ ਜਿਹੜਾ ਆਰਡਰ ਹੀ ਦਿੱਤਾ ਜਾਂਦਾ ਹੈ ਲਿਮਟ ਉਹਦੇ ਤੋਂ ਵੱਧ ਹੋਵੇ ਨਾ ਦਲਕਾਰੀ ਕੋ ਇਹਦੇ ਲੈ ਕੋਈ ਜਿਹੜਾ ਸਰਾ ਦਾ ਰੋਡ ਦੇ ਕਾਨੂੰਨ ਦੇ ਹੈ ਤੇ ਕਹਿੰਦੇ ਜੇ ਗੱਡੀ ਵੱਧ ਹੋਵੇ ਨਾ ਜਿਹੜਾ ਨਾਰਮਲ ਰੋਡ ਦੇ ਕਾਨੂੰਨ ਨੇ ਕਹਿੰਦੇ ਨੇ ਫਿਰ ਗੱਡੀ ਚਚੇ ਨਾਲ ਨਹੀਂ ਗਿਲਾਉਂਦੇ ਫਿਰ ਕਿਹ ਇਤਰਾਤੀ ਦੀ ਵਿਕੋਲੀਆ ਹਲਮਨ ਚ ਕਿ ਕਵਾਸੀ ਕਿ 480 ਗੱਡੀ ਹੈ 4 ASCII ਭਾਵੇਂ ਗੱਡੀ ਸੋਰੀ 5 ASCII ਪੰਜ ASCII ਗੱਡੀ ਹੈ ਭਾਵੇਂ ਪੰਜ ASCII ਗੱਡੀ ਹੋਵੇ ਨਾ ਇੱਕ ਲਿਮਿਟ ਤੋਂ ਵਧਣਾ ਚਾਹੀਦਾ ਹੈ ਵੀ ਠੀਕ ਹੈ ਜੇ 3% ਪਿੱਛੇ ਹੈ 3 ਸੈਂਟੀਮੀਟਰ ਸੱਜੇ ਖੱਬੇ 4 ਮੀਟਰ ਉੱਤੇ ਅੱਗੇ ਤਾਂ ਬਿਲਕੁਲ ਨਹੀਂ ਸਕਦੇ ਜੇ ਇਸ ਲਿਮਿਟ ਤੋਂ ਬਾਹਰ ਹੋਵੇਗਾ ਤੇ ਅੱਛਾ ਸ਼ਨਾਲੀ ਹੋਵੇਗੀ ਇਸ ਕਰਕੇ ਫਾਲਸ ਹੋ ਕੰਨ ਤੁਸੀਂ ਵੀ ਗੋਲੀ ਜਲਾਤੀ ਸੁਪੇਰਾਨੋ ਸੁਪੇਰਾਨੋ ਲੁੰਘੇ ਜਿਹਾ 12 ਮੀਟਰ ਜਿਹਨੇ ਲੰਬਾਈ 12 ਮੀਟਰ ਤੋਂ ਵੱਧ ਹੁੰਦਾ ਹੈ ਕਨਸੀਡਰਾਟ ਉਹ ਵੀ ਗੋਲੀ ਜੇ ਸ਼ਨਾਲੀ ਕਹਿੰਦੇ ਇਹਨਾਂ ਨੂੰ ਬੱਕੋਲੀ ਅੱਛਾ ਸ਼ਨਾਲੀ ਬਣੇ ਜਾਂਦੇ ਗਲਤ ਕਰਨ पे ਫਾਲਸ ਹੋਇਆ ਹਰ ਇੱਕ ਗੱਡੀ ਜਿਹੜੀ 12 ਮੀਟਰ ਤੋਂ ਵੱਧ ਗਈ ਹੈ ਚਿਨਾਲੇ ਨਹੀਂ ਹੋ ਸਕਦੀ ਹੈ ਵੀ ਠੀਕ ਹੈ ਇਸ ਕਰਕੇ ਕਿਉਂਕਿ ਚਿੰਕ ਵਿਆਸ ਹੀ ਗੱਡੀ ਹੁੰਦੀਆਂ ਨੇ ਉਹ ਮੌਮਕਨ 12 ਮੀਟਰ ਤੋਂ ਵੱਧੀਆਂ ਹੋਣ ਉਹ ਅਚਿ ਚਿਨਾਲੇ ਨਹੀਂ ਗਲਾਂਦੀਆਂ ਵੀ ਠੀਕ ਹੈ ਇਸ ਕਰਕੇ ਫਾਲਸ ਹੋਇਆ ਲੋ ਜੀ ਅੱਗੇ ਪੜਾਂਗੇ 10168 ਨੰਬਰ ਪੇ 158 ਨੰਬਰ ਪੜਾਂਗੇ ਨਾਲ ਹੀ ਹੋਣੀ ਅਗਲੀ ਕਿਸਤ ਵਿੱਚ ਸਾਬਾ ਤੋਂ ਪੜ ਲਾਂਗੇ ਠੀਕ ਹੈ ਆਪਣੇ ਫਰੈਂਡਸ ਕਿਹਦੇ ਦੱਸਦੇ ਹੋ ਕਿੰਨੇ ਕੀਤੇ ਸ਼ਾਬਾਸ਼